ਵੀ ਇਹ ਗੱਲ ਜੇ ਸਾਡੇ ਸੀਐਮ ਸਾਹਿਬ ਦੇ ਕੰਨਾਂ ਚ ਪਹੁੰਚਦੀ ਹੈ ਵੀ ਜਿਵੇਂ ਦੂਸਰੇ ਕਹਿ ਰਹੇ ਨੇ ਵੀ ਸਾਡੇ ਨਾਲ ਵੀ ਗੱਲ ਹੋਈ ਸੀ, ਇਹਦੀ ਖੇਤੀ ਬਾਈ ਜੀ ਪੰਜਾਬ ਚ ਹੋ ਸਕਦੀ ਹੈ। ਇਹ ਕਿਸਾਨ ਯੂਨੀਅਨ ਦੀ ਮੰਗ ਕਰਨ ਵੀ 1,57,000 ਪਟਾ ਮਿਲ ਗਿਆ ਰਾਜਸਥਾਨ ਚ, ਤਾਂ ਪੰਜਾਬ ਚ ਕਿਉਂ ਨਹੀਂ? ਕਹਿੰਦੇ ਅਸੀਂ ਭਾਈ ਕਾਰਡ ਬਣਾਵਾਂਗੇ, ਤੁਸੀਂ ਇਸ ਨੰਬਰ ਤੇ ਮਿਸ ਕਾਲ ਮਾਰੋ, ਨਾਮ ਗੁਪਤ ਰੱਖਿਆ ਜਾਊਗਾ। ਉਹਦੇ ਨਾਲ ਸ਼ਰਤ ਵੀ ਰੱਖ ਦਿਓ ਵੀ ਜਿਹੜੇ ਬੰਦੇ ਕਾਰਡ ਬਣਨਗੇ ਉਹਨੂੰ ਸਰਕਾਰੀ ਤੌਰ ਤੇ ਵੇਰਕਾ ਦਾ ਕਿਲੋ ਦੇਸੀ ਘਿਓ ਦੇਵਾਂਗੇ। ਅਗਲਾ ਪਿੰਨੀਆਂ ਵੀ ਲਊਗਾ ਵੀ ਕਿਲੋ ਪਿੰਨੀਆਂ ਵੀ ਦੇਵਾਂਗੇ, ਲੈਣੀਆਂ ਪੈਣਗੀਆਂ, ਲਊਗਾ। ਲੋਕ ਤਾਂ ਕਹਿੰਦੇ ਹੁਣ ਪਿੱਛੇ 15 ਸਾਲ ਉਮਰ ਘੱਟ ਗਈ, ਉਹ ਘਟਣ ਦਾ ਕਾਰਨ ਹੀ ਇਹੀ ਹੈ, ਤੁਸੀਂ ਡੋਡਿਆਂ ਦੀ ਖੇਤੀ ਚਲਾ ਦਿਓ 15 ਫੀਰ ਵੱਜੂ। ਜੇ ਆਮ ਆਦਮੀ ਪਾਰਟੀ ਕਹਿੰਦਾ ਡੋਡਿਆਂ ਦੀ ਖੇਤੀ ਚਾਲੂ ਕਰਦੇ, ਕਹਿੰਦਾ 5 ਸਾਲ ਤੱਕ, ਕਹਿੰਦਾ 50 ਸਾਲ ਸਰਕਾਰ ਨਹੀਂ ਜਾਂਦੀ, ਕਹਿੰਦਾ ਆਮ ਆਦਮੀ ਪਾਰਟੀ ਦੀ ਹੈ ਗੱਲ ਇਹ ਸੱਚ ਹੈ? ਮੈਂ ਤਾਂ ਇੱਕ ਗੱਲ ਕਹਿਣਾ, ਆਮ ਪਾਰਟੀ ਵਾਲੀ ਵੀ ਸੁਣ ਲਓ ਵੀ ਭਾਜਪਾ ਕੀ ਵੀ ਕਰੂਗੀ ਵੀ ਸੈਂਟਰ ਚ ਅਸੀਂ ਹੈਗੇ ਆ, ਵੀ ਆ ਜਾਓ ਪੰਜਾਬ ਵਾਲੇ, ਜਿਹੜਾ ਮਰਜ਼ੀ ਪਿੱਛੋਂ ਹਾਕਾ ਮਰ ਜੀ, ਉਹ ਕਿਸੇ ਨੇ ਨਹੀਂ ਮੁੜਨਾ ਬਾਈ ਜੀ। ਸੱਚਾਈ ਹੈ ਇਸ ਗੱਲ ਦੀ, ਜੇ ਭਾਜਪਾ ਦੇ ਕੰਨੀ ਗੱਲ ਪਏਗੀ ਆਪਾਂ ਕਦੇ ਐਂ ਕਰਦੇ ਹਿੰਦੀ ਚ ਬੋਰਡਕਾਸਟ ਕਰਦੇ ਵੀ ਤਾਂ ਸੈਂਟਰ ਚ ਪਹੁੰਚ ਜੀਓ। ਰਣਜੀਤ ਵਿਚਾਰਾ ਬਾਹਲਾ ਕਹਿੰਦਾ ਐਵੇਂ ਬਾਈ ਭਗਵੰਤ ਮਾਨ ਆ, ਸਾਨੂੰ ਕਹਿੰਦਾ ਤੇਰੀ ਤੂੰ ਉਮੀਦ ਆ, ਹੋਰ ਕਿਸੇ ਤੋਂ ਉਮੀਦ ਨਹੀਂ, ਉਹ ਤਾਂ ਐਂ ਵੀ ਕਹਿੰਦਾ। ਨਹੀਂ ਉਮੀਦ ਹੁੰਦੀ ਬਾਈ 2.5 ਸਾਲਾਂ 'ਚ ਕੁਛ ਨਾ ਕੁਛ ਕਰ ਦਿੰਦਾ, ਹੁਣ ਤਾਂ ਕੋਈ ਉਮੀਦ ਹੈ ਨਹੀਂ। ਉਹਨੂੰ ਕੈਪਟਨ ਸਾਹਿਬ ਨੂੰ ਕਿਸੇ ਨੇ ਪੁੱਛ ਲਿਆ ਵੀ ਆ ਭੁੱਕੀ ਦੀ ਖੇਤੀ, ਇਹ ਭੁੱਕੇ ਪਾਕੇ ਕੀ ਹੁੰਦੀ? ਮੈਂ ਨਹੀਂ ਜਾਣਦਾ, ਮੈਂ ਨਹੀਂ ਜਾਣਦਾ ਭੁੱਕੇ ਪਾਕੇ ਕੀ ਹੁੰਦੀ ਹੈ। ਉਹ ਕਹਿਣ ਦਾ ਮਤਲਬ ਉਹਨਾਂ ਨੇ ਆਪ ਤਾਂ ਕਹਿੰਦਾ ਵੀ ਇਹਨੂੰ ਪੰਜਾਬੀ ਬੋਲਣੀ ਨਹੀਂ ਆਉਂਦੀ, ਇਹਨੇ ਠੇਠ ਪੰਜਾਬੀ 'ਚ ਨਿਊਜ਼ੀਲੈਂਡ 'ਚ ਪ੍ਰੋਗਰਾਮ ਕਰੀ ਜਾਂਦਾ ਸੀ। ਉਹ ਕਹਿੰਦਾ ਤੁਹਾਡੇ ਤਾਂ ਐਂ ਕਹਿੰਦਾ ਮਰਿਆਂ 'ਤੇ ਪਾਉਂਦੇ ਨੇ ਫੁੱਲ, ਸਾਡੇ ਤਾਂ ਮਰਿਆਂ 'ਚ ਜਾਨ ਪਾਉਂਦੇ ਨੇ। ਮੈਂ ਯਾਰ ਬਾਈ ਇਹ ਕੁਛ ਕਰੂਗਾ, 12 ਟਰੱਕ ਚਟਾਲਾ ਵੇਚਦਾ ਰਿਹਾ ਉਹਦੀ ਰਾਜ 'ਚ, 12 ਟਰੱਕ ਰੋਜ਼ ਦੇ ਉਹਦੇ ਵਿਕਦੇ। ਹੁਣ ਉਹਨੂੰ ਕਿਹਾ ਕੈਪਟਨ ਸਾਹਿਬ, ਕਹਿੰਦਾ ਤੁਹਾਨੂੰ ਸੱਦ ਲੈਣਗੇ ਉਹ। ਇਹ ਤਾਂ ਪਹਿਲਾਂ ਨਾ ਇੱਕ ਬੁੱਧੀਜੀਵੀਆਂ ਦੀ ਮੀਟਿੰਗ ਬੁਲਾਈ ਜਾਵੇ ਵੀ ਪੰਜਾਬ ਸਰਕਾਰ ਇਹ ਖੇਤੀ ਕਰਵਾ ਸਕਦੀ ਹੈ, ਬੰਦ ਟੋਡਿਆਂ ਦੀ ਖੇਤੀ ਕਰਵਾ ਸਕਦੀ ਹੈ, ਜਿਹਦੇ 'ਚੋਂ ਨਾ ਤਾਂ ਖਸਖਸ ਨਿਕਲੂਗੀ। ਸਿਰਫ ਜਦੋਂ ਡੋਡਾ ਪੱਕ ਗਿਆ ਉਹਨੂੰ ਚਾਰ ਉਂਗਲਾਂ, ਕਿਉਂਕਿ ਉਹਦੇ ਨਾਲ ਬਾਈ ਜੀ ਜੇ 2 ਦਿਨ ਬਰਸਾਤ ਆ ਗਈ, 3 ਦਿਨ ਬਰਸਾਤ ਆ ਗਈ, ਕੋਈ ਨੁਕਸਾਨ ਨਹੀਂ ਹੋਣਾ। ਜੇਕਰ ਪੰਜਾਬ ਦੇ ਵਿੱਚ ਡੋਡੇ ਅਫੀਮ ਦੀ ਖੇਤੀ ਹੁੰਦੀ ਹੈ ਤਾਂ ਚਿੱਟਾ ਬੰਦ ਹੋਊ, ਕੁਦਰਤੀ ਹੈ, ਕੁਦਰਤੀ ਹੈ। ਇਹ ਦੂਜਾ ਹੱਲ ਹੈਗਾ, ਇਹ ਦੂਜਾ ਹੱਲ ਕਿਉਂ? ਪਹਿਲਾ ਹੱਲ ਹੀ ਹੈ, ਝਾਕਣਾ ਵੀ ਨਹੀਂ ਕਿਸੇ ਨੇ ਚਿੱਟੇ ਕੰਨੀ। ਠੀਕ ਹੈ ਇਹਨੂੰ ਖੁੱਲ੍ਹੇ ਤੌਰ 'ਤੇ ਅਪਣਾਉਣਾ ਕੋਈ ਨਹੀਂ ਚਾਹੁੰਦਾ, ਪਰ ਜਦੋਂ ਕੋਈ ਮੈਂ ਤੁਹਾਨੂੰ 20 ਦੇਖੇ ਹੋਣਗੇ ਬਈ ਯਾਰ ਬੇਬੇ ਨੂੰ ਧਰੰਗ ਹੋ ਰਿਹਾ, ਬਈ ਬਾਪੂ ਨੂੰ ਮਾੜਾ ਜਿਹਾ ਧਰੰਗ ਦੀ ਸ਼ਿਕਾਇਤ ਜੀ ਲੱਗਦੀ ਹੈ, ਕਦੇ ਅਟੈਕ ਨਾ ਆ ਜੇ, ਘਰੇ ਪਈ ਰਹੂਗੀ। ਮੈਂ ਕਹਿੰਦਾ ਯਾਰ ਦਿਲ ਤੇ ਹੱਥ ਰੱਖ ਕੇ ਕਰੋ, ਕਿਹੜੇ ਘਰ 'ਚ ਪਈ ਨਹੀਂ ਮਾੜੀ ਮੋਟੀ ਛੋਲੇ ਜਾਣੇ ਮੈਨੂੰ। ਕਰੋੜ ਰੁਪਏ ਉਹਨੂੰ ਕਹਿੰਦੇ ਨੇ ਜਿਹੜਾ ਬੰਦਾ ਇਹ ਸਾਬਤ ਕਰ ਦੋ ਵੀ ਫੀਮ ਦੇ ਨੁਕਸਾਨ ਨੇ। ਬੰਦ ਡੋਡਿਆਂ ਦਾ ਉਪਯੋਗ ਲਾ ਲਓ ਜਾਂ ਪੋਸਟ ਦਾ ਉਪਯੋਗ, ਵਧੀਆ ਉਪਯੋਗ ਕਰਦਾ ਪਿਓਰ ਦਾ, ਬਾਈ ਜੀ ਘੱਟੋ ਘੱਟ ਦਿਨ 'ਚ 1/2 ਕਿਲੋ ਦੁੱਧ ਪੀਊਗਾ ਉਹ, ਪਾਈ ਆ ਦਹੀਂ ਖਾਊ, ਪਾਈ ਆ ਲੱਸੀ ਪੀਊ, 4 ਚਮਚੇ ਘਿਓ ਦੇ ਖਾਊ। 1,57,000 ਇਹਨਾਂ ਨੇ ਬੰਦ ਡੋਡਿਆਂ ਦੇ ਪਰਮਿਟ ਜਾਰੀ ਕੀਤੇ ਨੇ। ਕਿੱਥੇ? ਇਹ ਰਾਜਸਥਾਨ 'ਚ। ਰਾਜਸਥਾਨ ਇਹ ਤਾਂ ਜਿਹੜੀ ਹੀਰੋਇਨ ਬਣਦੀ ਹੈ ਨਾ, ਹੀਰੋਇਨ ਤੋਂ ਬਾਅਦ ਹਥਿਆਰ ਲੈਣ ਲੱਗ ਗਏ, ਉਹ ਸਾਰਾ ਚੱਕਰ ਨੇ ਇਹਨੂੰ ਅਫੀਮ ਨੂੰ ਬਦਨਾਮ ਕਰਤਾ ਇੰਟਰਨੈਸ਼ਨਲ ਲੈਵਲ 'ਤੇ। 10 ਕਿਲੋ ਫੀਮ ਦੇ ਵਿੱਚੋਂ ਸ਼ਾਇਦ ਕਹਿੰਦੇ ਕਿਲੋ ਹੀਰੋਇਨ ਬਣਦੀ ਹੈ,
ਵਕੀਲ ਬਣਦੀ ਆ। ਹੁਣ ਆਪਾਂ ਨਿਰਾ ਪੂਰਾ ਕਹਿ ਦਈਏ ਵੀ ਇਹ ਫੀਮ ਦੀ ਖੇਤੀ ਨਾਲ ਸਮਾਜ ਬਦਲ ਜੂਗਾ, ਨਹੀਂ। ਹਾਂ, ਇੰਨੀ ਜ਼ਰੂਰ ਹੈ 21 ਤਰ੍ਹਾਂ ਦੀ ਬਿਮਾਰੀ ਦੀ ਮੈਡੀਸਨ ਬਣਦੀ ਹੈ, ਜਿਹਨੂੰ ਓਪੀਆਰ ਕਹਿ ਦਿੰਦੇ ਆਪਾਂ। ਇਹ ਗੱਲ ਕਿੰਨੀ ਕੁ ਸੰਭਵ ਹੈ ਵੀ ਜੇ ਮੰਨ ਲਓ ਅਫੀਮ ਦੇ ਨਾਲ ਡੋਡਿਆਂ ਦੇ ਨਾਲ ਮੈਡੀਕਲ ਮਾਫੀ ਨੂੰ ਠੱਲ ਪਊਗੀ? ਇਹ ਲੱਗਦਾ ਕਿ ਹਾਂ ਵੀ ਮਰੀਜ਼ ਘੱਟ ਹੋਣਗੇ, ਬਿਮਾਰੀਆਂ ਘੱਟ ਜਾਣਗੀਆਂ? ਤੁਸੀਂ ਠੱਲ ਦੀ ਗੱਲ ਕਰਦੇ ਹੋ, ਮੈਂ ਕਹਿੰਦਾ ਬੰਦੀ ਹੋ ਜੀ। ਇੱਕ ਲਾਲ ਜਿਹਾ ਡਰਿੰਕ ਵਿਕ ਰਿਹਾ 20 ਰੁਪਏ ਦਾ, ਕਦੇ ਧਿਆਨ ਦਿੱਤਾ? ਉਹ ਬਹੁਤ ਘੱਟ ਹੈ। ਕਿੰਨੇ ਚਿੰਤਕ ਲੋਕ ਨੇ ਪੰਜਾਬ 'ਚ ਬੋਲ ਰਹੇ ਨੇ, ਕਦੇ ਉਹ 'ਤੇ ਬੋਲੇ ਨੇ? ਤੁਹਾਨੂੰ ਲੱਗਦਾ ਕਿ ਇਹ ਚੀਜ਼ ਦੇ ਨਾਲ ਕਿਸਾਨੀ ਅਤੇ ਮਜ਼ਦੂਰਾਂ ਦੇ ਜਿਹੜੇ ਅੰਕੜੇ ਨੇ ਖੁਦਕੁਸ਼ੀਆਂ ਦੇ ਜਾਂ ਕਰਜ਼ੇ ਮੁਕਤੀ ਦੇ? ਬਾਈ ਜੀ, ਏ ਟੂ ਜੈਡ ਇੱਕ ਸ਼ਬਦ ਹੁੰਦਾ ਜੀ, ਏ ਟੂ ਜੈਡ ਮਸਲਿਆਂ ਦਾ ਹੱਲ ਹੈ। ਇਹ 'ਚ ਕੱਦੂਆਂ 'ਤੇ ਸਪਰੇ ਕਰਕੇ ਉਹਨੂੰ ਪੀਸ ਪੀਸ ਕੇ ਭੁੱਕੀ 'ਚ ਖਵਾਈ ਜਾਂਦੇ ਨੇ, ਪੋਸਟ 'ਚ ਕੀ ਕਰੋਗੇ? ਪਸ਼ੂਆਂ ਵਾਲੀ ਫੀਡ ਤੱਕ ਖਵਾਈ ਜਾਂਦੀ ਹੈ। 5-7 ਸਾਲ ਚਾਲੂ ਕਰਤੀ, ਉਦੋਂ ਸਰਕਾਰ ਆਈ, ਕਿਸੇ ਨੇ ਬੰਦ ਕਰਤਾ, ਫਿਰ ਉਹ ਸਰਕਾਰ ਆਉਂਦੀ ਨੀ। ਸਰਕਾਰ ਤਾਂ ਆਊ ਨਾ ਜੇ ਉਹ ਚਾਹੂ। ਸਤਿ ਸ਼੍ਰੀ ਅਕਾਲ, ਮੈਂ ਸੁੱਖੀ ਮੰਗਾਣੀਆ ਇੱਕ ਵਾਰ ਫਿਰ ਲੈ ਕੇ ਹਾਜ਼ਰ ਹਾਂ ਤੁਹਾਡੇ ਪਸੰਦੀਦਾ ਗੈਸਟ ਰਕੇਸ਼ ਕੁਮਾਰ ਕੱਤੂ ਜੀ ਨੂੰ। ਕੱਤੂ ਸਾਹਿਬ ਹਮੇਸ਼ਾ ਲਗਾਤਾਰ ਕਦੇ ਡੇਅਰੀ ਫਾਰਮਿੰਗ 'ਤੇ, ਕਦੇ ਫੂਡ ਪ੍ਰੋਡਕਟ ਦੇ ਉੱਤੇ, ਕਈ ਵਾਰ ਅਫੀਮ 'ਤੇ, ਸ਼ਰਾਬ 'ਤੇ, ਮੀਟ 'ਤੇ ਬਹੁਤ ਸਾਰੀਆਂ ਗੱਲਾਂ ਬਾਤਾਂ ਤੁਹਾਡੇ ਨਾਲ ਪਹਿਲਾਂ ਕੀਤੀਆਂ ਨੇ। ਅੱਜ ਪੰਜਾਬ ਦੀ ਆਬੋ ਹਵਾ ਦੇ ਵਿੱਚ ਜਿਹੜਾ ਲਗਾਤਾਰ ਜਿਹੜਾ ਮੁੱਦਾ ਹੈ ਗੂੰਜ ਰਿਹਾ ਹੈ, ਉਹ ਹੈਗਾ ਅਫੀਮ ਦੀ ਖੇਤੀ, ਡੋਡਿਆਂ ਦੀ ਖੇਤੀ। ਕਰਦੇ ਹਾਂ ਗੱਲਬਾਤ ਰਕੇਸ਼ ਕੁਮਾਰ ਕੱਤੂ ਜੀ ਨਾਲ। ਕੱਤੂ ਸਾਹਿਬ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਰਲੇਖ ਦੇ ਸਾਰੇ ਦੋਸਤਾਂ ਨੂੰ ਇੱਕ ਵਾਰੀ ਫੇਰ ਅੱਜ ਤੁਹਾਡੇ ਰੂਬਰੂ ਹੋਣ 'ਤੇ ਸਾਰੀ ਟੀਮ ਦਾ ਧੰਨਵਾਦ, ਤੁਹਾਡਾ ਵੀ ਧੰਨਵਾਦ ਜਿਹੜਾ ਤੁਸੀਂ ਇੰਨਾ ਪਿਆਰ ਦਿੰਦੇ ਹੋ। ਉਮੀਦ ਹੈ ਇਹਨੂੰ ਵੀ ਅੱਗੇ ਵੱਧੋ ਵੱਧ ਪਹੁੰਚਾਉਂਗੇ। ਕੱਤੂ ਸਾਹਿਬ, ਖਾਣ ਵਾਲੇ ਖਾਈ ਜਾ ਰਹੇ ਨੇ, ਵੇਚਣ ਵਾਲੇ ਵੇਚੀ ਜਾ ਰਹੇ ਨੇ, ਫੀਮ ਮਿਲ ਵੀ ਰਹੀ ਹੈ, ਡਿਮਾਂਡ ਖੇਤੀ ਦੀ ਹੋ ਰਹੀ ਹੈ, ਪਰ ਮਿਲ ਫਿਰ ਵੀ ਰਹੀ ਹੈ। ਦੇਖੋ, ਜਿਨ੍ਹਾਂ ਨੇ ਖਾਣੀ ਹੈ ਉਹ ਤਾਂ ਖਾ ਹੀ ਰਹੇ ਨੇ। ਵਧੀਆ ਆ ਰਹੀ ਹੈ, ਮਾੜੀ ਆ ਰਹੀ ਹੈ, ਜਾਂ ਇਹਦੇ ਬਾਰੇ ਸੋਚਦੇ ਵਿਚਾਰਦੇ ਕਿਵੇਂ ਹੋ, ਜਾਂ ਇਹਨੂੰ ਕਿਵੇਂ ਬਾਚਦੇ ਹੋ? ਗੱਲ ਤਾਂ ਸੁੱਖੀ, ਪਤਾ ਕੀ ਹੈ, ਜਿਹੜੀ ਚੀਜ਼ ਕੋਈ ਵੀ ਹੈ ਜੇ ਉਹਦੀ ਆਪਾਂ ਥੋੜ੍ਹਾ ਹੋ ਜਾਏ, ਉਹਨੂੰ ਬਲੈਕ ਮਾਰਕੀਟ ਕਹਿੰਦੇ ਨੇ ਜੀ। ਦੇਖੋ, ਪਹਿਲਾਂ ਵੀ ਕਈ ਵੀਰ ਲੱਗੇ ਹੋਏ ਨੇ ਇਸ ਗੱਲ 'ਤੇ, ਮੈਂ ਉਹਨੂੰ ਇਹੀ ਗੱਲ ਕਹਿ ਰਿਹਾ ਹੁੰਦਾ ਵੀ ਇੱਕ ਤਾਂ ਆਪਾਂ ਇਹਨੂੰ ਫੀਮ ਦੀ ਖੇਤੀ ਕਦੇ ਵੀ ਨਹੀਂ ਹੋ ਸਕਦੀ ਪੰਜਾਬ 'ਚ, ਉਹਦਾ ਕਾਰਨ ਆਪਾਂ ਤੁਹਾਨੂੰ ਦੱਸਾਂਗੇ। ਇਹਨੂੰ ਡੋਡਿਆਂ ਦੀ ਖੇਤੀ ਕਿਹਾ ਕਰੋ, ਪੋਸਟ ਦੀ ਖੇਤੀ ਕਿਹਾ ਕਰੋ, ਕਿਉਂਕਿ ਸੁੱਕੀ 'ਚ ਪਹਿਲਾਂ ਇਹਦਾ ਇਤਿਹਾਸ ਜਾਣਨਾ ਜ਼ਰੂਰੀ ਹੈ ਜੀ। ਕਿਉਂਕਿ ਦੇਖੋ, ਮੈਂ ਰਮਾਇਣ ਵੀ ਪੜ੍ਹੀ ਹੈ, ਗੀਤਾ ਵੀ ਪੜ੍ਹੀ ਹੈ, ਯਾਨੀ ਕਿ ਹਿੰਦੂ ਗ੍ਰੰਥ, 6-7 ਹਜ਼ਾਰ ਸਾਲ ਪੁਰਾਣਾ ਇਹਦਾ ਇਤਿਹਾਸ ਹੈ ਜੀ। ਠੀਕ ਹੈ, ਵੀ ਸ਼ਾਇਦ ਨਾ ਇਹ ਕੁਦਰਤ ਨੇ, ਜਦੋਂ ਆਪਾਂ ਦੇਖੋ ਕੁਦਰਤ ਨੇ ਜਿੰਨੀਆਂ ਵੀ ਜੜੀਆਂ ਬੂਟੀਆਂ ਉਗਾਈਆਂ ਹੈਗੀਆਂ, ਉਹ ਕੋਈ ਕਿਸੇ ਬਿਮਾਰੀ ਵਾਸਤੇ ਉਗਾਤੀ? ਕਿਉਂਕਿ ਮੈਨੂੰ ਯਾਦ ਹੈ ਕੋਈ ਨਾ ਹਿਮਾਚਲ ਟਰੈਕਿੰਗ 'ਤੇ ਗਏ ਸੀ ਅਸੀਂ, ਸਾਨੂੰ ਉੱਥੇ ਜਦੋਂ ਟਰੈਕਿੰਗ ਚੜ੍ਹਨ ਲੱਗੇ ਪ੍ਰੋਫੈਸਰਾਂ ਨੇ ਇੱਕ ਗੱਲ ਕਹੀ
ਕਹਿੰਦੇ ਵੀ ਉਹਨਾਂ ਨੇ ਸਾਨੂੰ ਦਿਖਾਇਆ ਕੋਲੇ ਜਾ ਕੇ, ਕਹਿੰਦੇ ਆਹ ਬੂਟੀ ਹੈ ਜੇ ਤੁਹਾਡੇ ਟੱਚ ਕਰ ਗਈ ਤੁਹਾਨੂੰ ਕਹਿੰਦੇ ਜਲਨ ਹੋਣ ਲੱਗ ਜੂਗੀ, ਪਰ ਘਬਰਾਇਓ ਨਾ, ਇਹਦੇ ਨਾਲ ਹੀ ਕਹਿੰਦੇ ਆਹ ਬੂਟੀ ਇਹਨੂੰ ਮੰਨ ਲਓ, ਉੱਤੇ ਇਹਨੂੰ ਉੱਪਰ ਮੰਨ ਲਓ, ਘਸਾ ਲਓ ਜੀ। ਉਹੀ ਗੱਲ ਉਹਨਾਂ ਨੇ ਤਜਰਬਾ ਵੀ ਕਰਕੇ ਦਿਖਾਇਆ, ਅਸੀਂ ਵੀ ਫਿਰ ਤਜਰਬਾ ਕੀਤਾ, ਉਹ 15 ਸਕਿੰਟਾਂ 'ਚ ਠੀਕ। ਵੀ ਕਹਿਣ ਦਾ ਮਤਲਬ ਜਿਹੜੇ ਕੁਦਰਤ ਨੇ ਜੜੀਆਂ ਬੂਟੀਆਂ ਪੈਦਾ ਕੀਤੀਆਂ ਨਾ, ਠੀਕ ਹੈ ਵੀ ਅਸੀਂ ਇਹ ਗੱਲ ਕਹਿੰਦੇ ਹਾਂ ਵੀ ਅਫੀਮ ਤੇ ਵੀ ਆਪਾਂ ਲੋਕ ਇਸ ਨੂੰ ਬਹੁਤ ਇੱਕ ਅਲੱਗ ਹੀ ਨਿਗਾਹ ਨਾਲ ਦੇਖਦੇ ਨੇ, ਪਰੰਤੂ ਉਹਨਾਂ ਦੀ ਕੀਮਤੀ ਕੋਈ ਜ਼ਿਆਦਾ ਨਹੀਂ ਹੈਗੀ। ਤੁਸੀਂ ਬਾਜ਼ਾਰ ਦੇ ਵਿੱਚ ਕਿਤੇ ਵੀ ਆਪਾਂ ਤੁਰ ਫਿਰ ਰਹੇ ਹਾਂ, ਕਿਉਂਕਿ ਇਹ ਇੱਕ ਚੀਜ਼ ਐਸੀ ਹੈ ਨਾ, ਜਿਵੇਂ ਸ਼ਰਾਬ ਹੈ, ਸ਼ਰਾਬ ਤੁਸੀਂ ਪੀ ਲਓਗੇ ਉਹਦੀ ਸਮੈਲ ਆਊਗੀ, ਤੁਸੀਂ ਦਫ਼ਤਰ 'ਚ ਜਾਓਗੇ ਸਮੈਲ ਆਊਗੀ। ਆਪਾਂ ਅਕਸਰ ਫਿਲਮਾਂ 'ਚ ਵੀ ਦੇਖਦੇ ਹਾਂ, ਮੂਵੀਆਂ 'ਚ ਵੀ ਦੇਖਦੇ ਹਾਂ, ਨਾਟਕਾਂ 'ਚ ਵੀ ਦੇਖਦੇ ਹਾਂ ਵੀ ਸ਼ਰਾਬ ਜਿਹੜਾ ਪੀ ਕੇ ਵੀ ਦਫ਼ਤਰ ਆਉਂਦਾ ਉਹ ਇਹ ਸੋਚਦਾ ਵੀ ਇਹ ਸ਼ਾਇਦ ਕੰਮ ਕਰ ਨਹੀਂ ਸਕਦਾ, ਪਰੰਤੂ ਤੁਸੀਂ ਕਿਸੇ ਦੀ ਜੱਜਮੈਂਟ ਨਹੀਂ ਲਾ ਸਕਦੇ। ਇਹ ਨਹੀਂ ਪਤਾ 100 ਦੇ ਵਿੱਚੋਂ ਜਾ ਦਿਨ ਤਾਂ 30 ਜਾਣੇ ਵੀ ਅਲਾ ਆਪਦਾ ਖੁਰਾਕ ਤੌਰ 'ਤੇ ਖਾ ਕੇ ਤੁਰਿਆ ਫਿਰਦਾ ਹੋਵੇ। ਤੁਸੀਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਤੋਂ ਉਮੀਦ ਕਰਦੇ ਹੋ ਕਿ ਉਹ ਡੋਡਿਆਂ ਦੀ ਖੇਤੀ ਪੀਣ ਦੀ ਖਾਤੀ ਖੇਤੀ ਜਿਹੜੀ ਚਾਲੂ ਕਰਨ? ਇਹ ਨਾ ਜੀ 66 'ਚ ਇਹਦੀ ਖੇਤੀ ਬੰਦ ਕਰਤੀ ਸੀਗੀ, ਜਿੱਥੋਂ ਤੱਕ ਮੈਂ ਪੜ੍ਹਿਆਗਾ ਵੀ ਉਦੋਂ ਨਾ ਇੱਕ ਜਿਵੇਂ ਨਾ ਆਪਣੇ ਤੁਸੀਂ ਵੀ ਦੇਖਿਆ ਹੋਊਗਾ ਹੋਸਪਿਟਲ 'ਚ ਨਾ ਵੈਕਸੀਨਾਂ ਆਉਣੀਆਂ ਸਟਾਰਟ ਹੋਈਆਂ ਸੀਗੀਆਂ ਜੀ, ਵੱਖ ਵੱਖ ਬਿਮਾਰੀਆਂ ਦੀਆਂ, ਟਾਈਫਾਇਡ ਦੀ ਵੈਕਸੀਨ, ਪੀਲੀਏ ਦੀ ਵੈਕਸੀਨ, ਪੋਲੀਓ ਦੀ ਵੈਕਸੀਨ, ਸ਼ਾਇਦ ਪੋਲੀਓ ਤਾਂ ਇਹਦਾ ਆਪਣੇ ਸਰਕਾਰ ਦਾ ਹਿੱਸਾ ਹੋਊਗਾ, ਪਰੰਤੂ ਉਹਨਾਂ ਨੇ ਇੱਕ ਪਤਾ ਨਹੀਂ ਕੀ ਸੋਚ ਕੇ ਇੱਕ ਨਾ WHO ਨੇ ਇਹਨਾਂ ਨੂੰ ਕੋਈ ਫੰਡ ਦਿੱਤਾ ਸੀ ਪੰਜਾਬ ਸਰਕਾਰ ਨੂੰ ਵੀ ਤੁਸੀਂ ਇਹਦੀ ਫੀਮ ਦੀ ਖੇਤੀ ਬੰਦ ਕਰ ਦਿਓ। ਉਹਦੇ 'ਚ ਥੋੜ੍ਹਾ ਜਿਹਾ ਪੰਜਾਬ ਵੀ ਜਿਹੜੇ ਆਪਣੇ CM ਸਾਹਿਬ ਸੀਗੇ ਉਹ ਐਕਚੁਲੀ ਦੁਖੀ ਸੀ, ਕਿਉਂਕਿ ਮੇਰਾ ਜਨਮ 70 ਦਾ, ਪਰੰਤੂ ਜਿਹੜਾ ਮੇਰਾ ਵਿਚਾਰ ਹੈ ਵੀ ਖੇਤੀ ਦੀ ਬੰਦ ਕਿਉਂ ਹੋਈ, ਵੀ ਇਹਦੇ 'ਚ ਨਾ ਜਦੋਂ ਡੋਡਾ ਪੱਕ ਜਾਂਦਾ ਉਹਦੀ ਪ੍ਰਕਿਰਿਆ ਹੁੰਦੀ ਹੈ ਚੀਰਾ ਲਾ ਕੇ ਫੀਮ ਕੱਢਣ ਦੀ ਜੀ। ਤੁਸੀਂ ਦੇਖੋ ਵੀ ਇਹ ਨਹੀਂ ਪਤਾ ਭਰਾ ਰਾਤ ਨੂੰ ਚੀਰਾ ਲਾਇਆ ਸਵੇਰ ਨੂੰ ਬਰਸਾਤ ਆ ਗਈ, ਉਹਦੇ ਨਾਲ ਕਾਫੀ ਡਿਸਪਿਊਟ ਪੈਂਦਾ ਸੀਗਾ ਕਿਸਾਨਾਂ ਦਾ, ਸਰਕਾਰ ਦਾ, ਵੀ ਸਾਡੇ ਤਾਂ ਮੀਂਹ 'ਚ ਰੁੜ ਗਿਆ। ਤੁਹਾਨੂੰ ਜਾਣਕਾਰੀ ਹੋਣੀ ਚਾਹੀਦੀ ਹੈ ਪਿੱਛੇ ਜੇ ਪਿਛਲੇ ਸਾਲ 1,57,000 ਇਹਨਾਂ ਨੇ ਬੰਦ ਡੋਡਿਆਂ ਦੇ ਪਰਮਿਟ ਜਾਰੀ ਕੀਤੇ ਨੇ। ਕਿੱਥੇ? ਇਹ ਰਾਜਸਥਾਨ 'ਚ। ਰਾਜਸਥਾਨ ਬੰਦ ਡੋਡਿਆਂ ਦਾ ਮਤਲਬ ਉਹਨੂੰ ਚੀਰਾ ਨਹੀਂ ਲੱਗੂਗਾ ਜੀ, ਜਦੋਂ ਡੋਡਾ ਪੱਕ ਗਿਆ, ਕਿਉਂਕਿ ਤਜਰਬਾ ਹੋ ਜਾਂਦਾ ਆਪਾਂ ਨੂੰ ਪਤਾ ਟਿੰਡਾ ਪੱਕ ਗਿਆ। ਉਦੋਂ ਬਾਅਦ ਕੋਈ ਇਹਨਾਂ ਨੇ ਯੂਨਿਟ ਲਾਏ ਨੇ ਪ੍ਰੋਸੈਸਿੰਗ ਕਰਨ ਦੇ, ਵੀ ਉਹ 'ਚ ਮੋਰਫਿਨ ਅਲੱਗ ਕਰਨ ਦੇ ਜੀ। ਉਹ ਇਹ ਮੇਰੇ ਜਿੱਥੋਂ ਤੱਕ ਮੇਰੇ ਧਿਆਨ 'ਚ ਆਇਆ MP 'ਚ ਰਾਜਸਥਾਨ 'ਚ, ਕਿਉਂਕਿ ਤੁਸੀਂ ਦੇਖਿਆ ਹੋਊਗਾ ਮੈਂ ਤਾਂ ਕਦੇ ਸੁਣਿਆ ਨਹੀਂ ਸੀ ਪਹਿਲਾਂ ਵੀ ਰਾਜਸਥਾਨ ਡਰਾਈ ਏਰੀਆ, ਕਿਉਂਕਿ ਡਰਾਈ ਏਰੀਆ ਜ਼ਿਆਦਾ ਹੁੰਦੀ ਸੀ, ਅੱਜ ਕੱਲ੍ਹ ਤਾਂ ਰਾਜਸਥਾਨ 'ਚ ਵੀ ਹੜ੍ਹ ਹੋਣ ਲੱਗ ਗਏ। ਵੀ ਮੌਸਮ ਦੀ ਜਿਹੜੀ ਚੇਂਜਿੰਗ ਹੈ ਨਾ, ਇਹਦੇ ਨਾਲ ਗੌਰਮੈਂਟ ਵੀ ਪਰੇਸ਼ਾਨ ਹੈ ਵੀ ਮੈਚਰ ਆ ਗਿਆ ਜਾਂ ਕਿਸਾਨ ਦੀ ਫਸਲ ਰੁੜ ਗਈ, ਕਿਉਂਕਿ ਬਾਈ ਜੀ ਜਦੋਂ ਨਾ ਇਹ ਮਾਰਕੀਟ ਬਲੈਕ 'ਚ ਆਉਂਦੀ ਹੈ ਨਾ, ਇਹ ਤੋਂ ਜਿਹੜੀ ਹੀਰੋਇਨ ਬਣਦੀ ਹੈ ਨਾ, ਹੀਰੋਇਨ ਤੋਂ ਹਥਿਆਰ ਲੈਣ ਲੱਗ ਗਏ, ਉਹ ਸਾਰਾ ਚੱਕਰ ਨੇ ਇਹਨੂੰ ਅਫੀਮ ਨੂੰ ਬਦਨਾਮ ਕਰਤਾ ਇੰਟਰਨੈਸ਼ਨਲ ਲੈਵਲ ਤੇ, ਕਿਉਂਕਿ ਉੱਧਰ USA ਹਾਈ ਉਹ ਬੰਦੇ ਨਾ ਹਾਈ ਲੈਵਲ ਤੇ ਕੋਕੀਨ ਦਾ ਇਸਤੇਮਾਲ ਕਰਦੇ ਨੇ, ਕੋਕੀਨ ਪ੍ਰੋਡਕਟ ਹੈ ਜਿਹੜਾ ਇਹ ਵੀ ਅਫੀਮ ਤੋਂ ਬਣਦਾ ਹੈ। ਪੰਜਾਬ ਖੇਤੀ ਪ੍ਰਧਾਨ ਸੂਬਾ ਹੈ, ਪੰਜਾਬ ਦੇ ਲੋਕਾਂ ਬਾਰੇ ਪੂਰੀ ਦੁਨੀਆ ਜਾਣਦੀ ਹੈ ਕਿ ਮਿਹਨਤੀ ਨੇ, ਜੋਸ਼ੀਲੇ ਨੇ, ਹੱਥੀਂ ਕੰਮ, ਸਰੀਰਕ ਮਿਹਨਤ ਬਹੁਤ ਜ਼ਿਆਦਾ ਕਰਨ ਵਾਲੇ ਹੈਗੇ ਨੇ। ਜੇ ਹੋਰ ਸੂਬਿਆਂ ਦੇ ਵਿੱਚ ਖੇਤੀ ਹੋ ਸਕਦੀ ਹੈ ਤਾਂ ਸਾਡੇ ਕਿਹੜੀਆਂ ਸਮੱਸਿਆਵਾਂ ਨੇ
ਕਿਉਂ ਨਹੀਂ ਹੋ ਰਹੀ ਜਾਂ ਕਿਉਂ ਕਰਨਾ ਨਹੀਂ ਚਾਹੁੰਦੀ ਸਰਕਾਰ, ਕੋਈ ਲੱਗਦਾ ਇਹਦੇ ਨਾਲ ਨੁਕਸਾਨ ਕੀ ਹੋਣਗੇ? ਬਾਈ ਜੀ ਆਪਾਂ ਪਹਿਲਾਂ ਵੀ ਦੱਸ ਚੁੱਕੇ ਹਾਂ ਵੀ 66 ਦੇ ਵਿੱਚ ਇਹਦੀ ਖੇਤੀ ਬੰਦ ਕਿਉਂ ਹੋਈ, ਉਹ ਤਾਂ ਜਿਹੜੇ ਸਰਕਾਰਾਂ 'ਚ ਬੈਠੇ ਨੇ ਸੈਕਟਰੀਟਾਂ 'ਚ ਬੈਠੇ ਨੇ, ਆਪਾਂ ਕਈ ਵਾਰੀ ਸਰਚ ਕਰਨ ਦੀ ਕੋਸ਼ਿਸ਼ ਕਰਦੇ ਹਾਂ ਫਿਰ ਸੋਚਦੇ ਹਾਂ ਵੀ ਉਹਦਾ ਕੋਈ ਫਾਇਦਾ ਤਾਂ ਹੋਣਾ ਨਹੀਂ ਹੈਗਾ। ਵੀ ਮੈਂ ਤੁਹਾਨੂੰ ਦੱਸਿਆ ਵੀ ਮੈਨੂੰ ਇੰਨਾ ਪਤਾ ਹੈ, ਉਦੋਂ ਮੈਨੇ ਕਿਸੇ ਪਤਾ ਨਹੀਂ ਮੈਗਜ਼ੀਨ 'ਚ ਪੜ੍ਹਿਆ ਸੀ ਕਿਸੇ ਨਿਊਜ਼ ਪੇਪਰ 'ਚ ਪੜ੍ਹਿਆ ਸੀਗਾ ਵੀ ਇਹਨਾਂ ਨੇ ਇੱਕ ਨਾ ਉੱਥੋਂ ਅਖਤਿਆਰੀ ਫੰਡ ਲਿਆ ਸੀਗਾ ਅਫੀਮ ਬੰਦ ਕਰਨ ਦੇ, ਉਸ 'ਚ ਫਿਰ ਮੈਂ ਤੁਹਾਨੂੰ ਦੱਸਿਆ ਵੀ ਆਪਣੇ ਦਰਖਤ ਇੰਨੇ ਸੀਗੇ, ਉਹਦੇ ਨਾਲ ਇਹ ਨਹੀਂ ਪਤਾ ਕਦੋਂ ਦਬਾਅ ਬਣ ਗਿਆ, ਕਿਉਂਕਿ ਜਿਹੜੀ ਇਹ ਚੀਰਾ ਲਾ ਕੇ ਫੀਮ ਕੱਢਣ ਦੀ ਪ੍ਰਕਿਰਿਆ ਨਾ ਇਹ 3-4 ਦਿਨ ਚੱਲਦੀ ਹੈ। ਇਹਦੇ 'ਚ ਇਹ ਹੁੰਦਾ ਹੈਗਾ ਵੀ ਜਦੋਂ ਸ਼ਾਮ ਨੂੰ ਚੀਰਾ ਲਾਤਾ, ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਪਹਿਲਾਂ ਉਹਨੂੰ ਨਿਬੇੜਨਾ ਹੁੰਦਾ, ਕਿਉਂਕਿ ਸੂਰਜ ਦੀ ਰੋਸ਼ਨੀ ਪੈਣ ਨਾਲ ਉਹ ਪਿਘਲ ਕੇ ਥੱਲੇ ਡਿੱਗ ਪੈਂਦੀ ਹੈ, ਕਿਉਂਕਿ ਇਹਦਾ ਫਿਰ ਜਦੋਂ ਅਗਲਾ ਦੇਖੋ ਝੂਠ ਬੋਲਦਾ ਸੱਚ ਬੋਲਦਾ ਮੇਰੀ ਥੱਲੇ ਡਿੱਗ ਪਈ ਜਾਂ ਮੀਂਹ ਆ ਗਿਆ, ਗੌਰਮੈਂਟ ਦਾ ਇੱਕ ਹਿੱਤ ਹੁੰਦਾ ਹੈਗਾ, ਗੌਰਮੈਂਟ ਦੀ ਇੱਕ ਚਿੰਤਾ ਹੁੰਦੀ ਹੈ ਵੀ ਇਹ ਮਾਰਕੀਟ 'ਚ ਬਲੈਕ ਹੱਥਾਂ 'ਚ ਨਾ ਆ ਜਾਊ, ਬਲੈਕ ਹੱਥਾਂ 'ਚ ਆਊਗੀ ਹੀਰੋਇਨ ਬਣੂਗੀ। ਉਹ ਤਾਂ ਵੈਸੇ ਵੀ ਆ ਰਹੀ ਹੈ ਫਿਰ, ਜਿਹੜੇ ਹੁਣ ਜੋ ਹੁਣ ਹੁੰਦੀ ਨੀ, ਜਿਹੜੇ ਲੈਣ ਵਾਲੇ ਤਾਂ ਲੈਂਦੇ ਨੇ, ਜਿਹੜੇ ਖਾਣ ਵਾਲੇ ਖਾਂਦੇ ਹੀ ਨੇ। ਮੈਂ ਤੁਹਾਨੂੰ ਉਹੀ ਦੱਸ ਰਿਹਾ ਵੀ ਜਿਹੜਾ ਇਦੂ ਬਾਅਦ ਹਥਿਆਰ ਲੈਣ ਲੱਗ ਗਏ ਨਾ, ਕਿਉਂਕਿ ਜਿੱਥੋਂ ਤੱਕ ਮੇਰੀ ਜਾਣਕਾਰੀ ਹੈ ਨਾ ਪਹਿਲਾਂ 85 ਆਪਣਾ 45% ਆਪਣੇ 55% ਸ਼ਾਇਦ ਭਾਰਤ ਤੋਂ ਪੀਣ ਜਾਂਦੀ ਸੀ, ਜਿਹੜੇ ਕੰਪਨੀਆਂ ਮੋਰਫਿਨ ਦੇ ਟੀਕੇ ਜਾਂ ਓਪੀਆਰ ਤਿਆਰ ਕਰਦੇ ਨੇ ਵੀ ਪੀਣ ਤੋਂ ਬਣਨ ਵਾਲੀਆਂ ਦਵਾਈਆਂ ਤਿਆਰ ਕਰਦੇ ਨੇ, ਜਦੋਂ ਵੀ ਅਫਗਾਨਿਸਤਾਨ 'ਚ ਖੇਤੀ ਬੰਦ ਹੋਈ ਹੈ ਇਹਨਾਂ ਨੇ ਅਫਗਾਨਿਸਤਾਨ 'ਚ, ਜਾਣੀ ਕਿ ਨਾ ਉਹ ਜਿਹੜੀ ਸਰਕਾਰ ਹੈ ਨਾ ਤਾਲਿਬਾਨ, ਕਿਉਂਕਿ ਜਿੰਨੀਆਂ ਵੀ ਸਾਰੇ ਉਹ ਨੇ ਵੀ ਉੱਥੇ ਉਹ ਨਾਲ ਦੀ ਨਾਲ ਯੂਨਿਟ ਲੱਗੇ ਹੋਏ ਸੀ ਹੀਰੋਇਨ ਬਣਨ ਦੇ, ਉੱਥੇ ਫਿਰ ਜਿਹੜੇ ਅੱਤਵਾਦੀ ਲੋਕ ਉਹ ਜਾਣੀ ਕਿ ਤੁਸੀਂ ਇਹ ਲਾ ਲਓ ਵੀ 10 ਕਿਲੋ ਫੀਮ ਦੇ ਵਿੱਚੋਂ ਸ਼ਾਇਦ ਕਹਿੰਦੇ ਕਿਲੋ ਹੀਰੋਇਨ ਬਣਦੀ ਹੈ, ਕੁਕੀਨ ਬਣਦੀ ਹੈ, ਉਹ ਦੇ ਕੇ ਹਥਿਆਰ ਲੈਣ ਲੱਗ ਗਏ ਨਾ, ਫਿਰ ਇੰਟਰਨੈਸ਼ਨਲ ਲੈਵਲ ਤੇ ਬਦਨਾਮ ਹੋ ਗਏ ਅਫਗਾਨਿਸਤਾਨ ਵਾਲੇ, ਉੱਥੋਂ ਦੀ ਸਰਕਾਰ ਸੀ ਉਹ ਲੈਵਲ ਲਾਉਣਾ ਚਾਹੁੰਦੀ ਸੀ, ਉਹਨਾਂ ਨੇ ਅੰਤਰਰਾਸ਼ਟਰੀ ਪੱਧਰ ਤੇ ਇਹ ਸ਼ੋਅ ਕਰਤਾ ਵੀ ਅਸੀਂ ਫੀਮ ਦੀ ਖੇਤੀ ਬੰਦ ਕਰਵਾ ਰਹੇ ਹਾਂ, ਪਰੰਤੂ ਉਹਦੇ ਨਾਲ ਭਾਰਤ ਦੀ ਮੰਗ ਵਧ ਗਈ। 1,57,000 ਪਰਮਿਟ ਕਿਉਂ ਜਾਰੀ ਕੀਤੇ? ਮੈਂ ਵਾਰ ਵਾਰ ਪਹਿਲਾਂ ਵੀ ਆਪਾਂ ਕਈ ਪੋਡਕਾਸਟਾਂ 'ਚ ਕਿਹਾ, ਜਿਹੜੇ ਵੀਰੇ ਇਹਦੇ ਮਗਰ ਲੱਗੇ ਹੋਏ ਨੇ, ਆਪਾਂ ਇਹੀ ਗੱਲ ਕਹਿੰਦੇ ਹਾਂ ਵੀ ਪੰਜਾਬ ਸਰਕਾਰ ਇਹ ਖੇਤੀ ਕਰਵਾ ਸਕਦੀ ਹੈ, ਬੰਦ ਟੋਡਿਆਂ ਦੀ ਖੇਤੀ ਕਰਵਾ ਸਕਦੀ ਹੈ, ਜਿਹਦੇ 'ਚੋਂ ਨਾ ਤਾਂ ਖਸਖਸ ਨਿਕਲੂਗੀ, ਸਿਰਫ ਜਦੋਂ ਡੋਡਾ ਪੱਕ ਗਿਆ ਉਹਨੂੰ ਚਾਰ ਉਂਗਲਾਂ, ਕਿਉਂਕਿ ਉਹਦੇ ਨਾਲ ਬਾਈ ਜੀ ਜੇ 2 ਦਿਨ ਬਰਸਾਤ ਆ ਗਈ, 3 ਦਿਨ ਬਰਸਾਤ ਆ ਗਈ, ਕੋਈ ਨੁਕਸਾਨ ਨਹੀਂ ਹੋਣਾ, ਕਿਉਂਕਿ ਉਹ ਕੱਟ ਕੇ ਆਪਦੇ ਘਰ ਦੇ ਵਿੱਚ ਵੀ ਸਾਂਭ ਸਕਦਾ। ਉਹ ਗੌਰਮੈਂਟ ਜਿਹੜੇ ਹੁਣ ਰਾਜਸਥਾਨ ਤੋਂ ਲੈ ਰਹੀ ਹੈ, ਆਪਾਂ ਦੇਖੋ ਸਾਰੇ ਕਹਿੰਦੇ ਆ ਵੀ ਜ਼ਮੀਨਾਂ ਵੀ ਪਾਣੀ ਥੱਲੇ ਵਗ ਗਿਆ ਤੇ ਰੇਹਾਂ ਸਪਰੇਆਂ ਵਰਤੀਆਂ ਜਾ ਰਹੀਆਂ, ਫਿਰ ਮੈਂ ਤੁਹਾਨੂੰ ਦੱਸਾਂ ਇਹਦੇ ਨਾਲ ਡੈਰੀ ਵੀ ਜੁੜੀ ਹੋਈ ਹੈ। ਡੈਰੀ ਕਿਵੇਂ ਜੁੜੀ ਹੋਈ ਹੈ ਬਾਈ ਜੀ, ਇੱਕ ਨਾ ਇੱਕ ਪਰਸੋਂ ਮੈਂ ਪੋਡਕਾਸਟ ਸੁਣ ਰਿਹਾ ਸੀਗਾ, ਸ਼ਾਇਦ ਉਹਨੇ ਤੁਹਾਡੇ ਚੈਨਲ ਤੇ ਵੀ ਪੋਡਕਾਸਟ ਕੀਤਾ ਹੈ, ਕੀ ਨਾਂ ਉਹਦਾ, ਜੱਗਾ, ਮੈਂ ਉਹਨੂੰ ਪਹਿਲਾਂ ਬਾਈ ਨੂੰ ਫੋਨ ਕਰਕੇ ਵੀ ਕਿਹਾ ਸੀ ਬਾਈ ਮਹਾਂ ਨਾ ਤੂੰ ਬਾਹਲੀ ਕਾਹਲੀ ਕਰ ਜਾਂਦਾ ਵੀ 1,00,000 ਇਨਾਮ ਦੇਊਂਗਾ, ਸੁੱਖੀ ਜੀ ਇਹ ਬਦਨਾਮ ਕਿਉਂ ਹੋਈ ਭਾਰਤੀ ਲੋਕਾਂ 'ਚ ਥੋੜ੍ਹਾ ਜਿਹਾ ਥੋੜ੍ਹਾ ਥੋੜ੍ਹਾ ਬਦਨਾਮ ਕਿਵੇਂ ਹੋਈ? ਰਾਜਸਥਾਨ 'ਚ ਨਾ ਕੁੜੀਆਂ ਮਾਰਦੇ ਹੁੰਦੇ ਸੀ, ਜਿਹਦੇ ਕੁੜੀ ਪੈਦਾ ਹੋ ਜਾਂਦੀ ਸੀ ਬਾਈ ਜੀ ਉਹਦੇ ਮੂੰਹ 'ਚ ਫੀਮ ਤੁੰਦੇ ਹੁੰਦੇ ਸੀ, ਵੀ ਤੁਸੀਂ ਲਾ ਲਓ ਵੀ 2 ਛੋਲੇ ਦਾਣੇ ਉਹਨੇ ਫੀਮ ਪਾਤੀ ਕੁੜੀ ਦੇ ਮੂੰਹ 'ਚ, ਉਹਨੂੰ ਬੰਨ ਪੈ ਜਾਂਦਾ ਸੀ, ਉੱਥੇ 2-3 ਦਿਨਾਂ ਬਾਅਦ ਕੁੜੀ ਡੱਡ ਹੋ ਜਾਂਦੀ ਸੀ, ਜਾ ਕੇ ਦੱਬੇ ਹੁੰਦੇ ਸੀ। ਤੁਸੀਂ ਕਲਾ ਫਿਲਮਾਂ ਵੀ ਬਣੀਆਂ ਹੋਈਆਂ ਇੱਥੇ, ਜੇ ਉਹ ਕਹਿਣਾ ਉਹਨਾਂ ਲੋਕਾਂ ਨੇ ਬਦਨਾਮ ਕੀਤਾ ਇਹਨੂੰ,
ਬਦਨਾਮ ਕੀਤੀ ਜਾਂਦੀ ਹੈ ਸਰਕਾਰੀ ਹਸਪਤਾਲ ਨੂੰ, ਬਦਨਾਮ ਕੀਤਾ ਗਿਆ ਬੱਸਾਂ ਨੂੰ, ਬਦਨਾਮ ਕੀਤਾ ਗਿਆ ਪੀ ਆਰ ਟੀ ਸੀ ਨੂੰ, ਬਦਨਾਮ ਕੀਤਾ ਨੀ ਗਿਆ, ਫਿਰ ਬੰਦ ਕਰਦੇ ਨੇ। ਜਦੋਂ ਖਬਰ ਨਿਕਲਦੀ ਸੀ ਨਾ ਵੀ ਕੁੜੀ ਨੇ ਮੁੰਝ ਫੀਮ ਦੇਤੀ, ਉੱਥੇ ਫੀਮ ਦਾ ਇੱਕ ਨਾ ਜਿਹੜੇ ਜਿਵੇਂ ਆਪਾਂ ਆਪਣੇ ਸਮਾਜ ਦੇ ਕਈ ਸ਼੍ਰੇਣੀਆਂ ਨੇਗੀਆਂ ਵੀ ਇੱਕ ਬੰਦਾ ਤਾਂ ਪੂਰਾ ਯਾਓ ਫਲਾਣਾ, ਇੱਕ ਬੰਦਾ ਡਰਦਾ ਹੁੰਦਾ, ਇੱਕ ਮੀਡੀਅਮ ਜਿਹਾ ਹੁੰਦਾ, ਜਿਹੜੇ ਉਹ ਡਰਨ ਵਾਲੇ ਲੋਕ ਸੀਗੇ ਉਹ ਥੋੜ੍ਹਾ ਜਿਹਾ ਇਹਦਾ ਜਦੋਂ ਖਬਰ ਸੁਣਦੇ ਸੀ ਉਹ ਫੀਮ ਦਾ ਆਪਦੇ 'ਤੇ ਗਲਤ ਇਫੈਕਟ ਪਾਈ ਗਏ। ਹੁਣ ਜਿਹੋ ਜਿਹਾ ਆਪਦੇ 'ਤੇ ਦਿਮਾਗ 'ਤੇ ਬ੍ਰੇਨ 'ਤੇ ਉਸਰ ਗਿਆ ਉਹੋ ਜਿਹਾ ਆਪਾਂ ਬੱਚਿਆਂ ਨੂੰ ਸਿੱਖਿਆ ਦੇਤੀ, ਉਹੀ ਜਿਹੀ ਅੱਗੇ ਸਿੱਖਿਆ ਦੇਤੀ। ਉੱਧਰੋਂ ਤੁਸੀਂ ਇਹ ਦੇਖੋ ਜਿੰਨੇ ਫੀਮ ਤੋਂ ਬਣਨ ਵਾਲੀਆਂ ਦਵਾਈਆਂ ਉਹਦਾ ਚੱਲ ਜਦੋਂ 66 'ਚ ਖੇਤੀ ਬੰਦ ਹੋਈ ਹੈ ਉਦੋਂ ਬਾਅਦ ਹੀ ਚੱਲ ਹੋਇਆ। ਹੁਣ ਜਿਵੇਂ ਮੈਂ ਤੁਹਾਨੂੰ ਪਹਿਲਾਂ ਗੱਲ ਉਹ ਰਹਿ ਗਈ ਸੀ ਵੀ ਜੱਗਾ ਬਾਈ ਕਹਿੰਦਾ ਮੈਂ ਕਰੋੜ ਰੁਪਏ ਇਨਾਮ ਦੇਊਂਗਾ। ਬਾਈ ਜੀ ਜੇ ਅਸੀਂ ਲਿਮਿਟਡ ਮਾਤਰਾ 'ਚ ਖਾਂਦੇ ਹਾਂ, ਇਹ ਫੀਮ ਕਿਹੋ ਜਿਹੀ ਚੀਜ਼ ਹੈ, ਤੁਸੀਂ ਇਹਦੀ ਮਾਤਰਾ ਕਿੱਥੋਂ ਤੱਕ ਲੈ ਜਾਓ? ਉਹ ਕਰੋੜ ਰੁਪਏ ਉਹਨੂੰ ਕਹਿੰਦੇ ਨੇ ਜਿਹੜਾ ਬੰਦਾ ਇਹ ਸਾਬਤ ਕਰ ਦਊ ਵੀ ਫੀਮ ਦੇ ਨੁਕਸਾਨ। ਬਾਈ ਜੀ ਫੀਮ ਦੇ ਨੁਕਸਾਨ ਨਾਲ ਆਪਾਂ ਇਹ ਕਹੋ ਨਾ ਵੀ ਜ਼ਿਆਦਾ, ਹੁਣ ਜੇ ਕੁੜੀ ਮਾਰਤੀ ਅਗਲਿਆਂ ਨੇ, ਜੇ ਹੁਣ ਬੰਦਾ ਕੋਈ 20 ਗ੍ਰਾਮ ਫੀਮ ਖਾ ਲੂਗਾ ਬਚੂਗਾ? ਨੰਬਰ ਦੋ ਤੇ ਫਿਰ ਤਾਂ ਦਵਾਈ ਵੀ ਜ਼ਹਿਰ ਬਣਦੀ ਹੈ। ਤੁਸੀਂ ਮੈਂ ਕਹਿੰਦਾ ਫੀਮ ਖਵਾ ਦਿੰਦੇ ਆ, ਜਿਹੜੇ ਬੰਦੇ ਫੀਮ ਖਾਂਦੇ ਨੇ ਮਾੜੀ ਮੋਟੀ ਪ੍ਰਯੋਗ ਕਰਦੇ ਨੇ ਠੀਕ ਹੈ ਦਵਾਈ ਤੌਰ ਤੇ, ਜੇ ਕਦੇ ਵੱਧ ਖਾ ਲੈਣ ਮਾੜੀ ਜੀ ਸਰੀਰ ਦੇ ਖੁਰ ਘੁੱਟ ਜਾਂਦੀ ਹੈ, ਇਹ ਬਾਈ ਜੀ ਖੁਸ਼ਕੀ ਕਰਦੀ ਹੈ। ਮੈਂ ਤਾਂ ਹੀ ਕਹਿੰਦਾ ਇਹਦੇ ਨਾਲ ਡੈਰੀ ਜੁੜੀ ਹੋਈ ਹੈ। ਜਿਹੜਾ ਬੰਦਾ ਅਫੀਮ ਦਾ ਪ੍ਰਯੋਗ ਜਾਂ ਹਾਂ ਆਪਾਂ ਉਹੀ ਗੱਲ ਆ ਗਈ ਫਿਰ ਆਪਾਂ ਅਫੀਮ ਦੀ ਗੱਲ ਹੀ ਨਹੀਂ ਕਰਨੀ, ਬੰਦ ਡੋਡਿਆਂ ਦਾ ਪ੍ਰਯੋਗ ਲਾ ਲਓ ਜਾਂ ਪੋਸਟ ਦਾ ਪ੍ਰਯੋਗ ਵਧੀਆ ਪ੍ਰਯੋਗ ਕਰਦਾ ਪਿਓਰ ਦਾ, ਬਾਈ ਜੀ ਘੱਟੋ ਘੱਟ ਦਿਨ 'ਚ ਅੱਧਾ ਕਿਲੋ ਦੁੱਧ ਪੀਊਗਾ ਉਹ, ਪਾਈ ਆ ਦਹੀਂ ਖਾਊ, ਪਾਈ ਆ ਲੱਸੀ ਪੀਊ, 4 ਚਮਚੇ ਘਿਓ ਦੇ ਖਾਊ, ਇਹ ਬਾਈ ਜੀ ਖੁਸ਼ਕੀ ਕਰਦੀ ਆਪਾਂ ਨੂੰ ਵੀ ਉਹ ਚਿਕਨਾਹਟ ਹੈ ਜਿਹੜੀ ਉਹਦੇ ਨਾੜਾਂ ਨੂੰ ਮਿਲੂਗੀ। ਇਹਦੇ ਨਾਲ ਡੈਰੀ ਜੁੜੀ ਹੋਈ ਹੈ ਅਫੀਮ ਦੀ ਖੇਤੀ ਨਾਲ। ਫਿਰ ਨਾਲੇ ਆਪਾਂ ਜਦੋਂ ਇੰਨੇ ਆਪਾਂ ਮੈਂ ਉਹੀ ਗੱਲ ਕਿਸਾਨ ਯੂਨੀਅਨ ਨੂੰ ਕਹਿਣਾ ਵੀ 1,57,000 ਪਟਾ ਤੁਸੀਂ ਪਤਾ ਕਰ ਲਓ ਮਿਲਿਆ ਬੰਦ ਡੋਡਿਆਂ ਦਾ ਮਿਲਿਆ, ਕੀੜਾ ਨਹੀਂ ਲਾਉਣਾ ਤੇ ਆਉਣ ਵਾਲੀ ਸਾਰੀ ਖੇਤੀ ਹੀ ਇਹ ਐਸੇ ਤਰ੍ਹਾਂ ਹੀ ਕਰ ਰਹੇ ਨੇ, ਤੇ ਇਹ ਖੇਤੀ ਇੰਗਲੈਂਡ ਆਸਟ੍ਰੇਲੀਆ 'ਚ ਆਲਰੇਡੀ ਹੋ ਰਹੀ ਹੈ। ਇੰਗਲੈਂਡ 'ਚ ਕਿਉਂ ਹੋ ਰਹੀ ਆ? ਇੰਗਲੈਂਡ 'ਚ ਇੰਨੇ ਮੀਂਹ ਪੈਂਦੇ ਨੇ, ਐਂ ਨਹੀਂ ਪਤਾ WW ਵੂਮਨ ਵਰਥ ਤੇ ਪਤਾ ਨਹੀਂ ਇੱਕ ਹੋਰ ਚੀਜ਼ ਵੈਦਰ ਵੀ ਇਹਦਾ ਕੀਦਾ ਕਦੋਂ ਬਦਲ ਜੇ, ਉੱਥੇ ਵੀ ਖੇਤੀ ਹੋ ਰਹੀ ਹੈ ਇਹਦੀ ਉੱਥੇ। ਪਰੰਤੂ ਜੋ ਡੋਡਾ ਪੱਕ ਗਿਆ ਥੱਲੋਂ 4 ਉਂਗਲਾਂ ਕੱਟ ਕੇ ਆਪਣੀ ਸਰਕਾਰ ਲੈ ਜਾਂਦੀ ਹੈ, ਉੱਥੇ ਕੀ ਕਰਦੇ ਨੇ ਜਿਹੜਾ ਪ੍ਰੋਪਰ ਸਾਈਜ਼ ਦਾ ਡੋਡਾ ਹੁੰਦਾ ਉਹ ਲੈ ਜਾਂਦੇ ਨੇ, ਉਹਨੂੰ ਕਿਸਾਨ ਨੂੰ ਜਿਹੜਾ ਹੁੰਦਾ ਉੱਥੋਂ ਦਾ, ਹੁਣ ਤਾਂ ਅੰਗਰੇਜ਼ਾਂ ਨੂੰ ਪਤਾ ਨਹੀਂ ਉੱਥੇ ਪਤਾ ਕੀ ਹੈ ਜੀ ਕਲਚਰ ਹੈ, ਕੋਈ ਸੈਲੀਬ੍ਰੇਸ਼ਨ ਹੈ ਜਾਂ ਕੋਈ ਜਿਵੇਂ ਕੋਈ ਭਗਵੰਤ ਮਾਨ ਸਾਹਿਬ ਨੂੰ, ਤਾਂ ਹੀ ਤਾਂ ਉਹੀ ਗੱਲ ਆਪਾਂ ਨੂੰ ਇੱਕਦਮ ਜੁੜ ਜਾਂਦੇ ਨਾ, ਬੰਦਾ ਨਾਲ ਜੁੜ ਜਾਂਦਾ ਵੀ ਆ ਸਾਡੇ ਦਾ ਇਹ ਜਾਣ ਪਾਉਂਦੀ ਹੈ, ਉਦੋਂ ਲੱਗਿਆ ਵੀ ਯਾਰ ਬੰਦਾ ਯਾਰ ਇਹ ਕਰੂਗਾ ਕੁਛ ਨਾ ਕੁਛ। ਫਿਰ ਜਿਵੇਂ ਜੱਗਾ ਬਾਈ ਕਹਿੰਦਾ ਮੈਨੂੰ ਵੀ ਕਿਹਾ ਸੀ ਉਹਨੇ ਠੀਕ ਹੈ, ਉਹ ਜੱਗਾ ਬਾਈ ਕਹਿੰਦਾ ਇੰਗਲੈਂਡ 'ਚ ਬਾਈ ਨਹੀਂ ਮਿਲਦੀ ਉੱਥੇ ਇਹ, ਉੱਥੇ ਜਿਹੜਾ ਤੁਹਾਨੂੰ ਹੋਰ ਜਾਣਕਾਰੀ ਦੇਵਾਂ, ਪਿੱਛੇ ਜੇ ਵਿਧਾਨ ਸਭਾ 'ਚ ਮਤਾ ਪੈ ਗਿਆ ਹਿਮਾਚਲ 'ਚ ਭੰਗ ਦੀ ਖੇਤੀ ਤੋਂ ਬਣਨ ਵਾਲੇ ਪਦਾਰਥ ਬਣਿਆ ਕਰਨਗੇ ਹਿਮਾਚਲ 'ਚ, ਭੰਗ ਦੀ ਖੇਤੀ ਲੋਡ ਕਰ ਰਹੇ ਨੇ ਉਹ। ਹੁਣ ਦੇਖੋ ਬਿੱਲ ਅਗਾਂਹ ਅੱਗੇ ਗਿਆ ਹੋਇਆ ਸੈਂਟਰ ਸਰਕਾਰ 'ਚ ਕੀ ਫੈਸਲਾ ਲੈਂਦੇ ਨੇ, ਉੱਥੇ ਜਿਹੜੇ ਉਹ ਨਾ 20% ਨੇ ਉਹ ਫਿਰ ਨਾ ਇੱਕ ਨਾ ਜਾਣੀ ਕਿ ਤੁਸੀਂ 5 ਡੋਡਿਆਂ ਦਾ ਪੈਕਟ ਬਣਾ ਕੇ 10 ਦਾ ਪੈਕਟ ਬਣਾ ਕੇ ਮਾਰਕੀਟ 'ਚ ਸੈਲੀਬ੍ਰੇਸ਼ਨ ਵਾਸਤੇ ਤਾਰ ਦਿੰਦੇ ਨੇ, ਜਿਵੇਂ ਕੋਈ ਆਪਾਂ ਬੁੱਕਾ ਬਣਾ ਲਿਆ ਫੁੱਲਾਂ ਦਾ ਨਾਲ ਉਹਦਾ ਹੋ ਗਿਆ, ਪਤਾ ਨਹੀਂ ਹੋਊ ਕੋਈ ਉਹਨਾਂ ਦਾ ਤਾਂ ਆਪਾਂ ਇਹਨੇ ਉਹ ਸਰਚ ਨਹੀਂ ਕੀਤਾ। ਉਹ ਜਿਹੜੇ ਫਿਰ ਉਹ ਆਪਣੇ ਜਿਹੜੇ ਪੰਜਾਬੀ ਬੰਦੇ ਨੇ ਉਹਨੂੰ ਪਤਾ ਵੀ ਆਹ ਚੀਜ਼ ਹੈ,
ਉਹ ਫਿਰ ਜਿਹੜੇ ਖਾਂਦੇ ਨੇ ਉਹਨਾਂ ਨੂੰ ਫਿਰ ਉਹ ਇਕੱਠੇ ਕਰਕੇ ਦੋ ਦੋ ਤਿੰਨ ਤਿੰਨ ਕਿਲੋ ਦੇ ਦਿੰਦੇ ਨੇ। ਅੱਜ ਉੱਥੇ ਕਹਿਣ ਦਾ ਮਤਲਬ, ਪਿੱਛੇ ਬੰਦਾ ਬੜੀ ਚਿੰਤਾ ਕਰ ਰਿਹਾ ਸੀ, ਕਹਿੰਦਾ ਯਾਰ ਪਹਿਲਾਂ ਤਾਂ 800 ਰੁਪਏ ਕਿਲੋ ਮਿਲ ਜਾਂਦੇ 8 ਪਾਉਂਡ ਦੇ ਕਿਲੋ, ਕਹਿੰਦਾ ਯਾਰ ਹੁਣ ਤਾਂ 14 ਦੇ ਹੋ ਗਏ। ਉਹ ਮਾਂ ਭੈਣ ਦਾ ਵੀਰਾ ਤੂੰ ਇਹੀ ਗੱਲ ਪੰਜਾਬ ਚ ਕਹਿ, ਮੈਂ ਉਹਦਾ ਸਾਰੀ ਪੱਟ ਕੇ ਲੈ ਜਾ ਕਰਨਗੇ। ਉਹ ਕਹਿਣ ਦਾ ਮਤਲਬ ਉਹ ਇਸ ਤਰ੍ਹਾਂ ਖੇਤੀ ਚੱਲਦੀ ਆ ਉੱਥੇ। ਪਰੰਤੂ ਮੈਂ ਫੇਰ ਕਹਿ ਰਿਹਾ, ਜੇ ਕੋਈ ਇਹਦੇ ਚੋਂ ਫੀਮ ਕੱਢਦਾ ਫੜ ਲਿਆ, ਮੈਂ ਕਹਿੰਦਾ ਤੁਸੀਂ ਸ਼ਰੇਆਮ ਚੌਂਕ ਚ ਖੜ ਕੇ ਫਾਂਸੀ ਲਾ ਦੋ। ਵੀ ਇਹ ਗੱਲ ਜੇ ਸਾਡੇ ਸੀਐਮ ਸਾਹਿਬ ਦੇ ਕੰਨਾਂ ਚ ਪਹੁੰਚਦੀ ਹੈ, ਵੀ ਜਿਵੇਂ ਦੂਸਰੇ ਕਹਿ ਰਹੇ ਨੇ ਵੀ ਸਾਡੇ ਨਾਲ ਵੀ ਗੱਲ ਹੋਈ ਸੀ, ਇਹਦੀ ਖੇਤੀ ਬਾਈ ਜੀ ਪੰਜਾਬ ਚ ਹੋ ਸਕਦੀ ਹੈ। ਇਹ ਕਿਸਾਨ ਯੂਨੀਅਨ ਵੀ ਮੰਗ ਕਰਨ ਵੀ 1,57,000 ਪਟਾ ਮਿਲ ਗਿਆ ਰਾਜਸਥਾਨ ਚ, ਤਾਂ ਪੰਜਾਬ ਚ ਕਿਉਂ ਨਹੀਂ? ਮੈਂ ਦਾਅਵਾ ਕਰਦਾ ਜੇ ਇਹਦੀ ਖੇਤੀ, ਤੁਸੀਂ ਨਾਲ ਸ਼ਰਤਾਂ ਰੱਖ ਦੋ ਕੁਛ ਵੀ ਜਿਹਦੇ ਕੋਲ ਕਿਸਾਨ ਜਥੇਬੰਦੀਆਂ ਲਈ ਇਹ ਮੇਨ ਮੁੱਦਾ ਨਹੀਂ ਹੈਗਾ, ਮੰਗਾਂ ਹੋਰ ਬਹੁਤ ਨੇ ਉਹਨਾਂ ਦੀਆਂ, ਪਰ ਫੀਮ ਜਾਂ ਡੋਡਿਆਂ ਦੀ ਖੇਤੀ ਉਹਨਾਂ ਦੇ ਏਜੰਡੇ ਤੇ ਨਹੀਂ ਆਈ। ਖੇਤੀ ਜ਼ਿਆਦਾ ਮਾਤਰਾ ਫੀਮ ਖਾਓਗੇ ਬੰਦਾ ਕੰਮ ਨਹੀਂ ਕਰ ਸਕਦਾ, ਕਿਉਂਕਿ ਫਿਰ ਤਾਂ ਉਹਨੂੰ ਜਦੋਂ ਝੂਟਾ ਆਉਂਦਾ ਬਸ ਉਹਦੀ ਆਦਤ ਪੈ ਜਾਂਦੀ ਹੈ। ਫਿਰ ਤਾਂ ਉਹ ਜਾਣੀ ਕਿ ਜਿੱਥੇ ਪਿਆ ਮੰਜੇ ਤੇ ਪੈ ਗਿਆ, ਕੁਰਸੀ ਤੇ ਪੈ ਗਿਆ, ਆਫਿਸ ਚ ਪੈ ਗਿਆ ਉਹ ਨੀ ਫਿਰ ਕਹਿਣ ਦਾ ਮਤਲਬ, ਉਹ ਤਾਂ ਫਿਰ ਜਿਵੇਂ ਕਹਿੰਦੇ ਨੂਰੀ ਝੂਟੇ ਲੈਂਦਾ। ਉਹ ਜਿਹੜੀ ਗੱਲ ਕਰਦੇ ਸੀ ਨਾ ਵਿਚਾਰੇ ਦਾ ਕੀਤਾ ਜਾਂਦਾ ਵੀ ਹਾਂ ਬਸ ਫੀਮ ਦੀ ਡਲੀ ਖਾ ਕੇ ਡੋਡੇ ਖਾ ਕੇ ਵਾਲਾ ਕੰਮ ਹੀ ਬਹੁਤ ਕਰਦਾ, ਇਹਨੂੰ ਤਾਂ ਪ੍ਰਚਾਰ ਹੀ ਆ ਜਾਂਦਾ। ਮੈਂ ਦਾਅਵਾ ਕਰਦਾ ਕੰਮ ਢੰਗ ਨਾਲ ਕਰਦਾ ਨਾ। ਜੇ ਹੁਣ ਤੁਹਾਨੂੰ ਮੈਂ ਦੱਸਿਆ ਵੀ ਬੰਦ ਡੋਡਿਆਂ ਦਾ ਪੀਸ ਕੇ ਅੱਧਾ ਚਮਚਾ ਵਾਧੂ ਹੈ, ਜੇ ਅਗਲਾ ਹੁਣ 4 ਚਮਚੇ ਖਾ ਜਿਹੜੇ ਅਮਲੀ ਹੁੰਦੇ ਨੇ। ਹੁਣ ਮੈਂ ਗੰਗਾਨਗਰ ਦੇਖਿਆ ਸੀ, ਹੁਣ ਤਾਂ ਮੈਂ ਕਦੇ ਜਾ ਨੀ ਹੋਇਆ ਉੱਥੇ 2-3 ਅਮਲੀ ਹੁੰਦੇ ਸੀਗੇ, ਉਹ ਸਵੇਰੇ ਬੱਸਾਂ ਤੋਂ ਰੁਪਈਏ ਮੰਗਦੇ 10-10 ਰੁਪਈਏ, ਕਹਿੰਦੇ ਬਾਈ ਪੋਸਟ ਖਾਣਾ, ਉਹ ਪਾਈਆ ਪੋਸਟ ਖਾ ਜਾਂਦੇ ਸੀ। ਉਹ ਥੋੜੀ ਕੰਮ ਕਰਨਗੇ ਵੀ ਉਹ ਚੀਨੀਆਂ ਦੀ ਲੜਾਈ ਹੋਈ ਸੀ ਇੰਗਲੈਂਡ ਨਾਲ, ਚੀਨੀਆਂ ਨੇ ਦੇਖਿਆ ਫਿਰ ਇਹਦਾ ਜੜ ਪੜੀ ਵੀ ਇਹਨਾਂ ਨੂੰ ਜ਼ਿਆਦਾ ਮਾਤਰਾ ਯਕੀਨ ਖਵਾਈ ਜਾ ਰਹੀ ਹੈ, ਉਹਨਾਂ ਨੇ ਫਿਰ ਜ਼ਿਆਦਾ ਮਾਤਰਾ ਦੀ ਥਾਂ ਤੇ ਉਹ ਸਾਰੀ ਬੰਦ ਕਰਤੀ। ਹੁਣ ਆਪਾਂ ਨਿਰਾਪੁਰਾ ਕਹਿ ਦਈਏ ਵੀ ਇਹ ਫੀਮ ਦੀ ਖੇਤੀ ਨਾਲ ਸਮਾਜ ਬਦਲ ਜੂਗਾ, ਨਹੀਂ। ਹਾਂ ਇੰਨੀ ਜ਼ਰੂਰ ਹੈ 21 ਤਰ੍ਹਾਂ ਦੀ ਬਿਮਾਰੀ ਦੀ ਮੈਡੀਸਨ ਬਣਦੀ ਹੈ ਜਿਹਨੂੰ ਓਪੀਆਰ ਕਹਿ ਦਿੰਦੇ ਹਾਂ ਆਪਾਂ। ਇਹ 66 ਤੋਂ ਬਾਅਦ ਦਾ ਚਲਣ ਚੱਲਿਆ ਨਾ ਜਿਹੜਾ ਅੱਜ ਤੱਕ ਚੱਲ ਰਿਹਾ, ਕਦੇ ਇਹ ਟ੍ਰੈਮਾਡੋਲ ਦੇ ਰੂਪ ਚ ਆ ਗਿਆ, ਕਦੇ ਟੈਂਪੈਰਾਡੋਲ ਦੇ ਰੂਪ ਚ ਆ ਗਿਆ, ਕਦੇ ਲੋਮੋਟਿਲ ਦੇ ਰੂਪ ਚ ਆ ਗਿਆ, ਕਦੇ ਕੋਡੀਨ ਦੀਆਂ ਗੋਲੀਆਂ ਦੇ ਰੂਪ ਚ ਆ ਗਿਆ, ਕਦੇ ਫੈਂਸੀਡਿਲ ਦੀਆਂ ਸ਼ੀਸ਼ੀਆਂ ਦੇ ਰੂਪ ਚ ਆ ਗਿਆ, ਕਦੇ ਕੋਰੈਕਸ ਦੀਆਂ ਸ਼ੀਸ਼ੀਆਂ ਦੇ ਰੂਪ ਚ ਆ ਗਿਆ। ਇਹ ਓਪੀਆਰ ਬਾਈ ਜੀ ਚੱਲਦਾ ਹੀ ਮੈਡੀਕਲ ਕਾਲਜਾਂ ਚੋਂ ਸੀ, ਕਿਉਂਕਿ ਜਿਹੜੇ ਡਾਕਟਰ ਦਾ ਕੋਰਸ ਕਰਦੇ ਉਹਨੂੰ ਪਤਾ ਵੀ ਓਪੀਆਰ ਤੋਂ ਬਣੀ ਹੋਈ ਹੈ ਉਹਨਾਂ ਨੇ ਐਕਸਪੈਕਟ, ਕਿਉਂਕਿ ਬਾਈ ਜੀ ਗੱਲ ਪਤਾ ਕੀ ਹੈ ਆਪਾਂ ਫਿਰ ਗੱਲ ਨੂੰ ਅਗਲਾ ਕਹਿੰਦਾ ਵੀ ਤਾਂ ਬੜਾਵਾ ਦਿੰਦਾ ਜਿਹੜਾ ਆਪਾਂ ਜਿਹਨੂੰ ਨਸ਼ੇ ਤੌਰ ਤੇ ਵਰਤੀਏ ਨਾ, ਨਸ਼ਾ ਤੁਹਾਨੂੰ ਸਾਰੇ ਸਮਾਜ ਨਾਲੋਂ ਬੇਫਿਕਰ ਕਰਦਾ ਹੈ, ਤੁਹਾਨੂੰ ਕਈ ਕੋਈ ਚਿੰਤਾ ਨਹੀਂ ਭੈਣ ਦੀ ਮਾਂ ਦੀ ਪਿਓ ਦੀ, ਜੇ ਉਹਨੂੰ ਚਿੰਤਾ ਹੋਵੇ ਕਰੀ ਕਿਉਂ। ਤੁਸੀਂ ਦੇਖ ਲਓ ਜਿਹੜੇ ਬੰਦੇ ਸਮੈਕ ਕੀ ਹੁੰਦੇ ਪਹਿਲਾਂ, ਸਮੈਕ ਤਾਂ ਬੰਦ ਹੀ ਹੋ ਗਈ ਹੁਣ, ਤੁਹਾਡਾ ਚਿੱਟਾ ਚੱਲ ਪਿਆ, ਇਹ ਵੀ ਦੱਸਾਂਗੇ ਕੀ ਚੀਜ਼ ਹੈ ਇਹ। ਉਹ ਬੰਦੇ ਨੂੰ ਕਿੰਨਾ ਮਰਜ਼ੀ ਸਮਝਾ ਲਓ, ਜਦੋਂ ਨਸ਼ੇ ਦੀ ਲੱਤ 'ਚ ਪੈ ਗਿਆ, ਨਾ ਤਾਂ ਉਹ ਭੈਣ ਦੀ ਚਿੰਤਾ, ਨਾ ਮਾਂ ਦੀ ਚਿੰਤਾ, ਨਾ ਪਿਓ ਦੀ, ਨਾ ਗੁਰੂ ਦੀ, ਨਾ ਦੋਸਤ ਦੀ, ਨਾ ਸਮਾਜ ਦੀ, ਉਹਨੇ ਆਪਦੀ ਹੀ ਇੱਕ ਲੋੜ 'ਚ ਰਹਿਣਾ, ਠੀਕ ਹੈ। ਉਹ ਜਿਹੜੀ ਚੀਜ਼ ਹੈ ਨਾ, ਜੇ ਅਸੀਂ ਆਪਾਂ ਕਹਿ ਦਈਏ ਅਸੀਂ ਉਸ ਹੱਦ ਤੱਕ ਪਹੁੰਚਦੇ ਹਾਂ, ਤਾਂ ਉੱਥੇ ਅਫੀਮ ਵੀ ਮਾੜੀ ਹੈ। ਪਰ ਤੁਸੀਂ ਇਹ ਗੱਲ ਕਹਿੰਦੇ ਵੀ ਅਸੀਂ ਫੀਮ ਦੀ ਖੇਤੀ ਤਾਂ ਕਰਨੀ ਨਹੀਂ, ਅਸੀਂ ਤਾਂ ਬੰਦ ਡੋਡੇ ਦੀ ਖੇਤੀ ਕਰਨੀ ਹੈ। ਇੱਕ ਬੰਦੇ ਦਾ ਪਾਈਆ ਦਾ ਕਾਰਡ ਬਣਾਉਣਾ ਮਹੀਨੇ ਦਾ। ਬੁੱਪੇ ਨੋਰਫਲ ਦੀਆਂ ਗੋਲੀਆਂ ਬਾਈ ਜੀ ਇਹਨਾਂ ਨੇ
ਹਕੀਕਤ ਤਾਂ ਵਧੀਆ ਸੀ ਉਹ ਬੱਪੀ ਨੌਰ ਪਿੰਡ ਗੋਲੀ, ਐਸੀ ਗੱਲ ਨਹੀਂ, ਬਹੁਤ ਵਧੀਆ ਗੋਲੀ ਹੈ ਬੱਪੀ ਨੌਰ ਪਿੰਡ। ਜੇ ਕਿਸੇ ਨੂੰ ਗੁਰਦੇ ਦਾ ਪੇਨ ਹੋ ਰਿਹਾ ਤੁਸੀਂ ਉਹ ਜੀਭ ਥੱਲੇ ਗੋਲੀ ਦੇ ਦਿਓ, ਪੇਨ ਕਿਲਰ ਹੈ ਉਹ ਗੋਲੀ ਵਧੀਆ ਇਸ ਕਰਕੇ ਚਲਾਈ ਸੀ। ਹੈਰਾਨਗੀ ਤਾਂ ਇਸ ਗੱਲ ਦੀ ਨਾ, ਜਦੋਂ ਕੋਈ ਸਰਕਾਰ 5 ਸਾਲ ਆ ਜਾਂਦੀ ਹੈ ਮੈਨੂੰ ਤਾਂ ਪਤਾ ਨਹੀਂ ਬਾਕੀ ਨਹੀਂ ਜਾਂਦੀ ਆ ਉਹ, ਉਦੋਂ ਥੱਲੇ ਕਹਿਤਾ ਉਹਨਾਂ ਨੇ, ਕੈਪਟਨ ਨੇ ਕਹਿਤਾ ਕਰ ਦਿਓ, ਦੇ ਦਿਓ ਗੋਲੀਆਂ ਚਾਲੂ ਕਰ ਦਿਓ। ਠੀਕ ਹੈ, ਚਾਲੂ ਕਰਤੀਆਂ ਗੋਲੀਆਂ, ਪਰ ਜਦੋਂ ਗੋਲੀਆਂ 'ਚ ਕਮਿਸ਼ਨ ਬਣਨ ਲੱਗ ਗਿਆ ਇਹਨਾਂ ਨੂੰ, ਪੰਜਾਬ ਦੀ ਜਨਤਾ ਥੋੜ੍ਹੀ ਹੈ। ਹੁਣ ਤੁਸੀਂ ਇਹ ਹਿਸਾਬ ਲਾ ਲਓ, ਇਹਦਾ ਯੂਟੀ ਉਹਦੀ ਰਿਪੋਰਟ ਹੈ ਵੀ 8.5 ਲੱਖ ਕਾਰਡ ਬਣਿਆ ਹੋਇਆ ਗੋਲੀਆਂ ਦਾ, ਮੈਂ 50 ਰੁਪਏ ਲਾਉਣਾ ਬਾਈ ਜੀ ਖਰਚਾ, ਇਹ ਖਰਚਾ ਜ਼ਿਆਦਾ ਹੈ ਇਹਦਾ, ਜਿਹੜਾ ਕਹਿੰਦੇ ਵੀ ਖਰਚਾ ਘੱਟ ਹੋਇਆ, ਖਰਚਾ ਜ਼ਿਆਦਾ ਹੋਇਆ ਇਹਦਾ। ਪਰੰਤੂ ਜਦੋਂ ਦੇਖਿਆ ਵੀ ਉਹ ਤਾਂ ਲੋਕਾਂ ਨੇ ਆਦਤ ਪੈ ਲਈ, ਕਈ ਲੋਕ ਵਿੱਚ ਵਿੱਚ ਚੁਣ ਲੱਗੇ, ਕਈਆਂ ਨੇ ਕੀ ਕੀਤਾ ਨਾ, ਬੁੱਫੇ ਨੌਰਫਨ ਦੀ ਗੋਲੀ ਖਾਣ ਨਾਲ ਨਾ ਜਿਹੜੀ ਉਹ ਮਹੀਨੇ 2 ਕਿਲੋ ਭੁੱਕੀ ਖਾਂਦੇ ਸੀ, ਉਹਨਾਂ ਨੇ ਘਟਾ ਕੇ 1/2 ਕਿਲੋ ਤਿਆਗੇ, ਉਹਨਾਂ ਤਾਂ ਬੁੱਫੇ ਨੌਰਫਨ ਦੀ ਗੋਲੀ ਵੀ ਖਾਈ ਗਏ ਨਾਲੇ ਵੀ ਭੁੱਕੀ ਵੀ ਖਾਈ। ਠੀਕ ਹੈ, ਉਹ ਜਿਹੜੀ ਗੋਲੀ ਹੈ, ਹੁਣ ਜੇ ਅੱਜ ਸਰਕਾਰ ਬੰਦ ਕਰਦੀ ਹੈ, ਜੇ ਆਪਾਂ ਸੋਚ ਲਿਆ ਵੀ ਬੰਦ ਡੋਡੇ ਦੀ ਖੇਤੀ ਚਲਾਤੀ, ਆਪਾਂ ਬੰਦ ਡੋਡੇ ਦੀ ਖੇਤੀ ਚਲਾਤੀ, ਗੌਰਮੈਂਟ 2.5-2.25 ਲੱਖ ਕਿੱਲਾ ਬਾਈ ਜੀ ਕਵਰ ਹੋਊਗਾ ਇਹਦੇ ਨਾਲ, ਗੌਰਮੈਂਟ ਸ਼ਰਤਾਂ ਰੱਖਦੇ ਵੀ ਜਿਹੜੇ ਬੰਦਾ ਕੋਈ ਬੰਦ ਰੋਡਿਆਂ ਦੀ ਖੇਤੀ ਕਰੂਗਾ ਉਹਨੇ ਜੀਰੀ ਨਹੀਂ ਬੀਜਣੀ ਨਾਲ, ਉਹ ਤਾਂ ਮੱਕੀ ਬੀਜੂਗਾ ਜਾਂ ਮੂੰਗੀ ਬੀਜੂਗਾ, ਆਪਾਂ ਮੂੰਗੀ ਦਾ ਵੀ ਹੱਲ ਕਰ ਦਾਂਗੇ। ਸਰਕਾਰਾਂ ਕਰੇ ਤਾਂ ਸਹੀ ਗਾ ਕੁਛ, ਉਹ ਜਦੋਂ ਮੱਕੀ ਬੀਜੂਗਾ ਤਾਂ ਪਸ਼ੂ ਵੀ ਪਾਲੂ ਬਾਈ ਜੀ। ਉਹ ਗੱਲ ਇਹ ਤੇ ਆਪਾਂ ਆਉਂਦੇ ਹਾਂ, ਇਹ ਗੱਲ ਕਿੰਨੀ ਕੁ ਸੰਭਵ ਹੈ ਵੀ ਜੇ ਮੰਨ ਲਓ ਅਫੀਮ ਦੇ ਨਾਲ ਡੋਡਿਆਂ ਦੇ ਨਾਲ ਮੈਡੀਕਲ ਮਾਫੀ ਨੂੰ ਠੱਲ ਪਊਗੀ, ਇਹ ਲੱਗਦਾ ਕਿ ਹਾਂ ਵੀ ਮਰੀਜ਼ ਘੱਟ ਹੋਣਗੇ, ਬਿਮਾਰੀਆਂ ਘੱਟ ਜਾਣਗੀਆਂ। ਠੱਲ ਤਾਂ ਬਾਈ ਜੀ ਇਹ ਬੜਾ ਪ੍ਰਚਾਰਿਆ ਜਾਂਦਾ, ਠੱਲ ਤਾਂ ਬਾਈ ਜੀ ਇਹ ਹੁੰਦਾ ਵੀ ਜਾਨ ਘੱਟ ਗਿਆ, ਤੁਸੀਂ ਠੱਲ ਦੀ ਗੱਲ ਕਰਦੇ, ਮੈਂ ਕਹਿੰਦਾ ਬੰਦੀ ਹੋ ਜੂ, ਜਿੰਨੇ ਵੀ ਓਪੀਐਡ ਆ ਰਹੇ ਨੇ ਹੁਣ ਹੁਣ ਉਹਦੇ ਨਾਲ ਕਿਤੇ ਨਾ ਕਿਤੇ ਨਾ ਉਹ ਬਾਈ ਜੀ ਆਪਦੀ ਉਹ ਜੀ ਪੋਸਟ ਦੀ ਫੀਮ ਤੱਕ ਤਾਂ ਨੀ ਪਹੁੰਚ ਸਕਦੇ ਵਿਚਾਰੇ, ਉਹ ਫੀਮ ਪਹਿਲਾਂ ਭੁੱਕੀ ਲੈ ਲੈਂਦੇ ਸੀਗੇ 600 ਰੁਪਏ ਕਿਲੋ, 800 ਰੁਪਏ ਕਿਲੋ, 1200 ਫਿਰ 1600 ਫਿਰ 1800 2200 2400 5000 ਤੱਕ ਪਹੁੰਚ ਗਈ। ਉਹਨਾਂ ਨੇ ਫਿਰ ਭੁੱਕੀ ਥਾਂ ਤੇ ਫਿਰ ਉਹਨਾਂ ਨੇ ਇਹਨਾਂ ਚੋਂ ਆਪਦੀ ਚੀਜ਼ ਲੱਭਣੀ ਸ਼ੁਰੂ ਕੀਤੀ। ਉਹ ਜਿਵੇਂ ਕਿਸੇ ਨੇ ਤੁਹਾਨੂੰ ਦੱਸਿਆ ਉਹ ਡਾਕਟਰ, ਇਹ ਸਾਰਾ ਕੰਮ ਚੱਲਦਾ ਮੈਡੀਕਲ ਕਾਲਜਾਂ ਚੋਂ। ਹੁਣ ਜਿਹੜਾ ਸਿਗਨੇਚਰ ਕੈਪਸੂਲ ਹੈ, ਤੁਸੀਂ ਸਿਗਨੇਚਰ ਦੀ ਗੱਲ ਕਰਦੇ ਹੋ, ਇੱਕ ਲਾਲ ਜਿਹਾ ਡਰਿੰਕ ਵਿਕ ਰਿਹਾ 20 ਰੁਪਏ ਦਾ, ਕਦੇ ਧਿਆਨ ਦਿੱਤਾ ਉਹ ਬਹੁਤ ਘੱਟ ਹੈ, ਕਿੰਨੇ ਚਿੰਤਕ ਲੋਕ ਨੇ ਪੰਜਾਬ ਚ ਬੋਲ ਰਹੇ ਨੇ, ਕਦੇ ਉਹ ਤੇ ਬੋਲੇ ਨੇ ਕਦੇ, ਉਹ ਸ਼ਰਿਆਂ ਵਿਕੀ ਜਾਂਦੀ ਹੈ ਕਰਿਆਨੇ ਦੀ ਦੁਕਾਨਾਂ ਤੇ। ਹੁਣ ਇਹਨਾਂ ਨੇ ਉਹਦੇ ਵਿੱਚ ਪਾ ਕੇ ਹੋਰ ਤੁਹਾਨੂੰ ਦੱਸਾਂ ਮੈਂ, ਕੌਫੀ ਚ ਮਿਕਸ ਕਰਕੇ ਉਹਦੇ ਨਾਲ ਪੀਣ ਲੱਗ ਗਏ ਕੈਪਸੂਲ ਘੋਲ ਕੇ। ਇਹ ਪਤਾ ਕੀ ਹੈ ਜੀ, ਜਿਹੜਾ ਸਿਗਨੇਚਰ ਸੀ ਨਾ, ਸਿਗਨੇਚਰ ਦਾ ਉਹਦਾ ਨਾਮ ਸੀਗਾ ਪ੍ਰੋ ਗੈਬਾ ਬੈਟਰਨ, ਇਸ ਤਰ੍ਹਾਂ ਕੁਛ ਨਾਮ ਸੀ, ਉਹਨੂੰ ਪ੍ਰੋ ਕੱਟ ਕੇ ਉਹਨੂੰ NTPC ਚ ਕਰਤਾ, ਇਹਨੂੰ ਗੈਬਾ ਉਹ ਬਣ ਕੇ ਰੋਕ ਲਾਤੀ, ਹੁਣ ਗੈਬਾ ਬੈਟਰਨ ਕਰਤਾ, ਗੈਬਾ ਬੈਟਰਨ ਕਰਤਾ, ਇਹਦੇ ਵੀ ਸਰਕਾਰੀ ਤੌਰ ਤੇ ਆਪਦੀ ਰੋਕ ਲੱਗੀ ਹੋਈ ਆ, ਪਰੰਤੂ ਜੇ ਪੱਕੇ ਤੌਰ ਤੇ ਰੋਕ ਲੱਗ ਗਈ ਨਾ ਬਾਈ ਜੀ, ਤੁਸੀਂ ਇਹ ਦੇਖ ਲਓ ਜਿੰਨੇ ਵਿਚਾਰੇ ਕੋਈ ਨਾ, ਮੈਂ ਸਾਰਿਆਂ ਨੂੰ ਨੀ ਕਹਿੰਦਾ, ਜ਼ਿਆਦਾਤਰ
ਆਟੋ ਰਿਕਸ਼ੇ ਵਾਲੇ, ਕੋਈ ਛੋਟੇ ਕੰਮ ਕਰਨੇ ਰੇਹੜੀਆਂ ਵਾਲੇ, ਜਾਂ ਜਿਹੜੇ ਫਰਿੱਜ ਫੁਰਿੱਜ ਲੱਡੇ ਹੁੰਦੇ ਰੇਹੜੀਆਂ ਵਾਲੇ ਵਿਚਾਰੇ, ਬਾਈ ਉਹ ਕਰਨ ਕੀ? ਉਹ 30 ਰੁਪਏ 3 ਕੈਪਸੂਲ ਲੈ ਲੈਂਦੇ ਨੇ, ਉਹ ਕਰਨ ਕੀ? ਮੈਂ ਦੱਸਾਂ ਉਹ ਘਰੇ ਬਹਿ ਜਾਣਗੇ ਬਾਈ। ਦੁਕਾਨਦਾਰ ਵੀ ਕਹਿੰਦਾ ਮੈਂ ਕੀ ਕਰਾਂ ਉਹ ਬੰਦਿਆਂ ਨੇ, ਤੁਸੀਂ ਜਿਹੜਾ ਬੰਦਾ ਦਿੰਦਾ ਨਾ ਕੋਈ ਪਾਪ ਨੀ ਕਰਦਾ, ਉਹ ਠੀਕ ਹੈ ਬੱਚਿਆਂ ਨੂੰ ਦੇਣਾ, ਮੈਂ ਕਹਿੰਦਾ ਹੱਥ ਵੱਢ ਦੋ ਚਾਹੇ ਦੇ। ਜਿਹੜਾ ਬੰਦਾ ਇੱਕ ਮਜ਼ਦੂਰੀ ਕਰ ਰਿਹਾ, ਬਾਈ ਜੀ 48 ਡਿਗਰੀ ਟੈਂਪਰੇਚਰ ਪਿੱਛੇ ਜੇ ਰਿਹਾ, ਆਪਾਂ ਬਾਹਰ ਨੀ ਨਿਕਲਦੇ, AC ਲੱਗਿਆ ਹੋਇਆ, ਜਿਹੜੇ ਬੰਦੇ ਨੇ ਨਿਓ ਪੁੱਟਣੀ ਹੋਵੇ 8 ਫੁੱਟ, ਬਾਈ ਜੀ ਸੋਚ ਕੇ ਦੇਖੋ। ਅਸੀਂ ਇਹ ਗੱਲ ਨੀ ਕਹਿੰਦੇ ਵੀ ਬੱਚਿਆਂ ਨੂੰ ਦੇਣਾ ਮਾੜਾ, ਸਟੂਡੈਂਟ ਨੂੰ ਦੇਣਾ ਮਾੜਾ, ਇੱਕ ਉਮਰ ਵਿੱਚ ਦੋ, 30 ਸਾਲ ਤੱਕ ਨਹੀਂ ਦੇਣਾ ਕਿਸੇ ਨੂੰ, 30 ਸਾਲ ਤੋਂ ਬੰਦਾ ਮਜ਼ਦੂਰੀ ਕਰਦਾ। ਉਹ ਮੈਂ ਤਾਂ ਕਹਿੰਦਾ ਬੰਦ ਰੋਡੇ ਦੀ ਖੇਤੀ ਚਲਾ ਦਿਓ, ਠੱਲ ਕੀ ਬੰਦੀ ਹੋਜੂ ਸਾਰਾ ਕੁਛ, ਚਾਹੇ ਤੁਸੀਂ ਜਿਹੜੇ ਬੰਦੇ ਲਾਇਸੈਂਸ ਬਣਾਏ ਨੇ ਮੈਡੀਕਲ ਦੀ ਦੁਕਾਨਾਂ ਤੇ ਰੱਖ ਦਿਓ। ਜਿਹੜੇ ਲੋਕ ਅਫੀਮ ਦੀ ਮੰਗ ਕਰ ਰਹੇ ਨੇ ਉਹਨਾਂ ਨੇ ਇਹ ਵੀ ਕਹਿਣਾ ਕਿ ਜੇਕਰ ਪੰਜਾਬ ਦੇ ਵਿੱਚ ਡੋਡੇ ਅਫੀਮ ਦੀ ਖੇਤੀ ਹੁੰਦੀ ਹੈ ਤਾਂ ਚਿੱਟਾ ਬੰਦ ਹੋ ਜਾਵੇ। ਕੁਦਰਤੀ ਹੈ, ਕੁਦਰਤੀ ਹੈ, ਇਹ ਦੂਜਾ ਹੱਲ ਹੈਗਾ? ਦੂਜਾ ਹੱਲ ਕਿਉਂ? ਪਹਿਲਾ ਹੱਲ ਹੀ ਹੈ, ਝਾਕਣਾ ਵੀ ਨੀ ਕਿਸੇ ਨੇ ਚਿੱਟੇ ਕੰਨੀ, ਕਿਉਂਕਿ ਚਿੱਟਾ ਬਾਈ ਜਿਹੜਾ ਸਿੰਥੈਟਿਕ ਹੈ ਨਾ, ਇਹ ਸੂਡੋਐਫਡ੍ਰਿਨ ਸਾਲਟ ਹੈ। ਤੁਸੀਂ 25 ਸਾਲ ਪਹਿਲਾਂ ਜਾਓ, ਜਿਹੜੇ ਇਹ ਆਪਣਾ ਪੋਡਕਾਸਟ ਸੁਣ ਰਹੇ ਨੇ, ਇੱਕ ਗੋਲੀ ਹੁੰਦੀ ਸੀ ਐਕਟੀਫੈਡ, 2.5 ਰੁਪਏ ਦਾ ਪੱਤਾ ਹੁੰਦਾ ਸੀ 10 ਗੋਲੀਆਂ ਦਾ, ਉਹ ਗੋਲੀ ਨਜ਼ਲੇ ਜ਼ੁਕਾਮ ਵਾਸਤੇ ਹੁੰਦੀ ਸੀ, ਮਿੱਛਾਂ ਵਾਸਤੇ, ਨਜ਼ਲੇ ਵਾਸਤੇ। ਹੁਣ ਆਪਾਂ ਕਈ ਵਾਰੀ ਮਿੱਛਾਂ ਲੱਗੀਆਂ ਹੁਣ, ਜੇ ਆਪਾਂ ਨੂੰ ਪਤਾ ਬੰਦਾ ਯਾਰ ਮਾੜੀ ਮੋਟੀ ਖਾਂਦਾ, ਆਪਾਂ ਉਹਨੂੰ ਕਹਾਂਗੇ ਬਈ ਆਈਏ ਮਾੜੀ ਜਾਂ ਦੇ ਦੇ ਯਾਰ ਮਿੱਛਾਂ ਲੱਗ ਰਹੀਆਂ, ਜਾਂ ਅਗਲੀ ਆ ਬਾਹਲੀਆਂ ਮਿੱਛਾਂ ਆ ਜਾਣ, ਜਾਂ ਕੋਈ ਜ਼ੁਕਾਮ ਲੱਗਿਆ ਹੋਵੇ, ਖੜ ਜਾ ਯਾਰ ਤੂੰ ਖਵਾਉਣਾ ਤੈਨੂੰ ਮਾੜੀ, ਮੈਂ ਖਾ ਕੇ ਦੇਖ ਲੈ, ਆਹ ਖਾ ਲੈ ਯਾਰ। ਬਾਈ ਜੀ ਠੀਕ ਹੈ, ਇਹਨੂੰ ਖੁੱਲੇ ਤੌਰ ਤੇ ਅਪਣਾਉਣਾ ਕੋਈ ਨੀ ਚਾਹੁੰਦਾ, ਪਰ ਜਦੋਂ ਕੋਈ ਮੈਂ ਤੁਹਾਨੂੰ 20 ਦੇਖੇ ਹੋਣਗੇ ਬਈ ਯਾਰ ਬੇਬੇ ਨੂੰ ਧਰੰਗ ਹੋ ਰਿਹਾ, ਬਈ ਬਾਪੂ ਨੂੰ ਮਾੜਾ ਜਿਹਾ ਧਰੰਗ ਦੀ ਸ਼ਿਕਾਇਤ ਜੀ ਲੱਗਦੀ ਹੈ, ਕਦੇ ਅਟੈਕ ਨਾ ਆ ਜੇ, ਘਰੇ ਪਈ ਰਹੂਗੀ, ਮੈਂ ਕਹਿਣਾ ਯਾਰ ਦਿਲ ਤੇ ਹੱਥ ਰੱਖ ਕੇ ਕਰੋ, ਕਿਹੜੇ ਘਰ ਚ ਪਈ ਨੀ ਮਾੜੀ ਮੋਟੀ ਛੋਲੇ ਦਾਣੇ ਦੀ? ਜੇ ਤੁਸੀਂ ਇੱਥੋਂ ਤੱਕ ਸੋਚਦੇ ਹੋ, ਹੁਣ ਆਪਾਂ ਚਲੋ ਪਤਾ ਨੀ ਕਿੰਨੀ ਕੁ ਜ਼ਿੰਦਗੀ ਮਿਲੀ ਹੋਈ ਹੈ, ਲੋਕ ਤਾਂ ਕਹਿੰਦੇ ਹੁਣ ਪਿੱਛੇ 15 ਸਾਲ ਉਮਰ ਘੱਟ ਗਈ, ਉਹ ਘਟਣ ਦਾ ਕਾਰਨ ਹੀ ਇਹੀ ਹੈ, ਤੁਸੀਂ ਡੋਡਿਆਂ ਦੀ ਖੇਤੀ ਚਲਾ ਦਿਓ 1500 ਫੀਰ ਵੱਜੂ। ਬਾਈ ਜੀ ਅਗਲਾ ਕਹਿੰਦਾ ਅੱਜ ਕੱਲ੍ਹ ਦੇਖੋ ਫਾਸਟ ਫੂਡ ਆ ਗਏ, ਮੋਟਾਪਾ ਆ ਗਿਆ, ਕੋਲੈਸਟਰੋਲ ਵੱਧ ਰਿਹਾ, ਬੱਚਾ ਮੋਟਰਸਾਈਕਲਾਂ ਤੇ ਜਾਂਦੇ ਨੇ, ਉਹਨੂੰ ਇਹ ਨੀ ਪਤਾ ਮੈਨੂੰ ਸਾਹ ਚੜ ਰਿਹਾ, ਸਾਹ ਚੜਨਾ ਮਤਲਬ ਤੁਹਾਡਾ ਦਿਲ ਬਲੌਕ ਹੋਈ ਜਾਂਦਾ, ਇਹ ਨੀ ਪਤਾ ਕਦੋਂ ਭੜਾਕਾ ਪੈ ਗਿਆ। ਅੱਜ ਕੱਲ੍ਹ ਉਹ ਮਾਂ ਪਿਓ ਚਾਹੁੰਦੇ ਨੇ ਗੇ, ਡਾਕਟਰ ਰਣਜੀਤ ਕਹਿੰਦਾ ਹੁੰਦਾ ਹੈਗਾ ਜੇ ਆਮ ਆਦਮੀ ਪਾਰਟੀ ਕਹਿੰਦਾ ਡੋਡਿਆਂ ਦੀ ਖੇਤੀ ਚਾਲੂ ਕਰਦੇ, ਕਹਿੰਦਾ 5 ਸਾਲ ਤੱਕ, ਕਹਿੰਦਾ 50 ਲੱਖ ਸਰਕਾਰ ਨਹੀਂ ਆਉਂਦੀ, ਕਹਿੰਦਾ ਆਮ ਆਦਮੀ ਪਾਰਟੀ ਦੀ ਹੈ ਗੱਲ ਇਹ? ਇਹ ਤਾਂ ਆਪਾਂ ਪਿਛਲੀ ਪੋਡਕਾਸਟ ਵਿੱਚ ਕਹੀ ਸੀ, ਸੱਚ ਹੈ ਇਹ? ਸੱਚ ਹੈ, ਮੈਂ ਤਾਂ ਇੱਕ ਗੱਲ ਕਹਿਣਾ, ਆਮ ਪਾਰਟੀ ਵਾਲੀ ਵੀ ਸੁਣ ਲਓ, ਇਹ ਭਾਜਪਾ ਕੀ ਹੋਈ ਕਰੂਗੀ ਵੀ ਸੈਂਟਰ ਚ ਅਸੀਂ ਹੈਗੇ ਹਾਂ, ਵੀ ਆ ਜਾਓ ਵੀ ਪੰਜਾਬ ਵਾਲੇ, ਜਿਹੜਾ ਮਰਜ਼ੀ ਪਿੱਛੋਂ ਹਾਕਾ ਮਰ ਜੀ, ਉਹ ਕਿਸੇ ਨੇ ਨਹੀਂ ਮੁੜਨਾ। ਬਾਈ ਜੀ ਸੱਚਾਈ ਹੈ ਇਸ ਗੱਲ ਦੀ, ਕਿਉਂਕਿ ਨਾ ਜਿਹੜਾ ਸਿਗਨੇਚਰ ਖਾਂਦਾ ਨਾ ਬੰਦਾ, ਸਿਗਨੇਚਰ ਜਾਣੀ ਕਿ ਗੈਬਾ ਪੈਟਰਨ ਖਾਂਦਾ ਕੈਸ਼, ਜੇ ਅੱਜ ਉਹਦੀ ਇੱਕ ਦੀ ਡੋਜ਼ ਆ ਜੇ ਤਾਂ ਉਹ ਰੋਕ ਲੂਗਾ ਪੀਣ ਵਾਂਗੂ। ਜਿਵੇਂ ਕਹਿੰਦੇ ਨਾ, ਫਿਰ ਮੈਂ ਤੁਹਾਨੂੰ ਸਿੱਧੇ ਸ਼ਬਦਾਂ 'ਚ ਕਹਾਂ ਵੀ ਜੇ ਉਸ ਡੋਜ਼ 'ਤੇ ਰਹੂਗਾ ਤਾਂ ਉਹਨੂੰ ਨਜ਼ਾਰਾ ਆਉਣ ਹਟ ਜਾਊਗਾ। ਨਜ਼ਾਰਾ ਕਿਵੇਂ? ਤੁਹਾਡੇ ਦਿਮਾਗ ਦੇ ਚੱਕਰ ਵਧਾ ਦਿੰਦੀ ਹੈ, ਜਿਹੜੀ ਕੋਈ ਮੈਡੀਸਨ ਨਾ ਉਹ ਵੀ ਮੈਡੀਸਨ ਹੁੰਦੀ ਹੈ, ਦਿਮਾਗ ਦੇ ਚੱਕਰ ਵਧਾ ਦਿੰਦੀ ਹੈ। 6 ਮਹੀਨੇ ਆਪਾਂ ਬੰਦਾ ਪਛਤਾਉਣ ਲੱਗਦਾ, ਹਾਏ ਉਹ ਰੱਬਾ ਮੈਂ ਛੱਡਦਾ, ਕਿਉਂ? ਜਾਂ ਤਾਂ ਉਹਨੂੰ 5, 6, 7, 8, 9 ਕਰਨੇ ਪੈਣਗੇ, ਜਾਂ ਜਿਵੇਂ ਕਾਫੀ ਚ ਲਪੇਟ ਕੇ, ਜਾਂ ਸਟ੍ਰਿੰਗ ਜਾ ਰਿਹਾ, ਠੀਕ ਹੈ, ਸਟ੍ਰਿੰਗ ਹੈ ਪਤਾ ਲਾਲ ਜਾ, ਉਹ ਪੀਣ ਵਾਲਾ ਪਦਾਰਥ, ਉਹ ਤਾਂ ਸ਼ਰੇਆਮ ਵਿਕੀ ਜਾਂਦਾ। ਮੈਂ ਤਾਂ ਹੈਰਾਨ ਹਾਂ ਯਾਰ, ਉਹ ਤੇ ਸ਼ਰੇਆਮ ਲਿਖਿਆ ਹੋਇਆ, ਉਹਦੇ ਚ
ਮੈਂ ਅੱਜ ਫੋਟੋ ਖਿੱਚ ਕੇ ਲਿਆਉਣ ਲੱਗਾ ਜੀ ਕੀ ਸਾਲਟ ਪਾਇਆ ਹੋਇਆ, ਦੋ ਕੈਮੀਕਲ ਪਾਏ ਹੋਏ ਨੇ ਉਹ ਚ, ਕਲਰ ਪਾਇਆ ਹੋਇਆ ਤੇ ਮਿੱਠਾ ਪਾਇਆ ਹੋਇਆ ਯਾਰ, ਉਹ ਸ਼ਰਿਆਂ ਵੀ ਕੀ ਜਾਂਦਾ ਫਿਰ ਜਾ। ਇਸ ਤਰ੍ਹਾਂ ਲੱਗਦਾ ਵੀ ਜਿਹੜੀਆਂ ਭਾਈ ਸਰਕਾਰਾਂ ਆਉਂਦੀਆਂ ਨੇ ਜਿਹੜੀਆਂ ਚਿੱਟੇ ਵਾਲੇ ਨੇ ਉਹਨਾਂ ਨਾਲ ਸੌਦਾ ਹੋ ਜਾਂਦਾ ਪਹਿਲੀ। ਮੈਂ ਗਰੰਟੀ, ਤੁਸੀਂ ਠੱਲ ਦੀ ਗੱਲ ਕਰਦੇ ਹੋ, ਮੈਂ ਕਿਹੜਾ ਬਣਦੀ ਹੋ ਜੀ, ਇਹਦੇ ਨਾਲ ਤਾਂ ਬਾਈ ਜੀ ਬਹੁਤ ਕੁਛ ਹੋਊਗਾ, ਤਲਾਕਾਂ ਦੀ ਗਿਣਤੀ ਘੱਟ ਜਾਊਗੀ, ਬਿਮਾਰੀਆਂ ਘੱਟ ਜਾਣਗੀਆਂ। ਤੁਸੀਂ ਵੀ ਜਸ ਕੇ ਸਪੋਰਟ ਕੀਤੀ ਹੈ, ਜਾਇਆ ਕਰੋ MLA ਸਾਹਿਬ, ਸਾਡੇ ਕਾਰਜਕਾਰੀ ਪ੍ਰਧਾਨ ਨੇ, ਥੋੜੀ ਚੱਲਦੀ ਰਹੇਗੀ ਹੈ, ਸਿੱਧੀ ਥੋੜੇ ਨਾਲ ਗੱਲਬਾਤ ਹੈ। ਨਹੀਂ ਇਹ ਮਸਲੇ ਕੋਈ ਨਾ, ਇਹ ਸੈਂਟਰ ਸਰਕਾਰ ਦਾ ਮਸਲਾ ਹੈ। ਕਹਿ ਦਿਓ MLA ਸਾਹਿਬ ਨੂੰ ਕਰਵਾ ਦਿਓ ਕਹਿ ਕੇ। ਦੇਖੋ ਜਿਹੜਾ ਬੰਦਾ ਇਸ ਚੀਜ਼ ਨੂੰ ਪ੍ਰਯੋਗ ਨਹੀਂ ਕਰਦਾ ਨਾ, ਤੁਸੀਂ ਉਹਨੂੰ ਜਿੰਨਾ ਮਰਜ਼ੀ ਗਏ, ਚਲੋ ਉਹ ਤਾਂ ਇਸ ਚੀਜ਼ ਨੂੰ ਮਾੜੀ ਸਮਝਣਗੇ, ਸਿੱਧੀ ਗੱਲ ਹੈ। ਐਕਚੁਅਲੀ ਉਹ ਇਹਨਾਂ ਚੀਜ਼ਾਂ 'ਚ ਹੈ ਨਹੀਂ ਗੇ, ਠੀਕ ਹੈ। ਹੁਣ ਜਿਵੇਂ ਆਪਣੇ ਕਾਮਰੇਡ ਅਰਸ਼ੀ ਸਾਹਿਬ ਸੀ MLA ਸਾਹਿਬ, ਠੀਕ ਹੈ, ਉਹ ਕਿਸੇ ਨਾ ਥੋੜ੍ਹਾ ਢਿੱਲੇ ਹੋ ਗਏ ਸੀ ਪਿੱਛੇ ਜੇ ਜੀ, 6-7 ਸਾਲ ਹੋ ਗਏ। ਮੈਂ ਕਿਸੇ ਵਿਆਹ ਪਾਰਟੀ 'ਚ ਮਿਲਿਆ, ਪਤਾ ਨਹੀਂ ਭੋਗ ਸੀ, ਉੱਥੇ ਇਕੱਠੇ ਹੋਏ ਚਾਹ ਪੀ ਜਾਂਦੇ ਸੀ, ਮੈਂ ਅਰਸ਼ੀ ਸਾਹਿਬ ਖਾ ਲਿਆ ਕਰਨਾ ਮਾੜੀ ਮੋਟੀ, ਉਹ ਕਹਿੰਦਾ ਘੱਟੋ ਯਾਰ ਖਾ ਤਾਂ ਲਈਏ, ਕਹਿੰਦਾ ਯਾਰ, ਕਹਿੰਦਾ ਯਾਰ ਸਾਡਾ ਐ ਨੀ ਪਤਾ, ਤੀਜੇ ਦਿਨ ਸਾਨੂੰ ਕਹਿੰਦਾ ਜੇਲ੍ਹ ਛੱਡ ਦੇਣ, ਕਹਿੰਦਾ ਉੱਥੇ ਮਿਲਦੀ ਨੀ। ਮੈਂ ਇਹਦਾ ਮਤਲਬ ਜੀਤਾ ਕਰਦਾ, ਹੁਣ ਜੇ ਚੀਜ਼ ਆ ਓਪਨ ਮਿਲ ਜੇ, ਹੁਣ ਆਪਾਂ ਕਣਕ ਓਪਨ ਮਿਲੀ ਜਾਂਦੀ ਹੈ, ਚਾਵਲ ਓਪਨ ਮਿਲੀ ਜਾਂਦੇ ਨੇ, ਜਦੋਂ ਇਹਦੀ ਬੰਦਲੂਡੇ ਦੀ ਖੇਤੀ ਹੋਣ ਲੱਗ ਜਾਈ, ਗੌਰਮੈਂਟ ਕਿਸਾਨਾਂ ਤੋਂ ਲੈ ਲਏ, ਮੈਂ ਕਹਿੰਦਾ ਗਰੰਟੀ ਹੈ ਉਹਨੂੰ 800 ਰੁਪਇਆ ਰੇਟ ਦੇਵੇ, ਉਹ ਇੱਕ ਕਿੱਲਾ ਖਾਲੀ ਵੀ ਛੱਡ ਦੂ, 800 ਰੁਪਏ ਦੇ ਕੇ ਪੀਸ ਕੇ ਉਹਨਾਂ ਦੀ ਕਾਰਡ ਬਣਾ ਕੇ, ਕਿਉਂ ਜਿਹੜਾ ਬੀਜੂਗਾ ਉਹੀ ਗੱਲ ਬਈ, ਤੁਸੀਂ ਜਿਹੜੀ ਮਰਜ਼ੀ ਫਸਲ ਉਹ ਤਾਂ ਆਪਦੀ ਰੱਖ ਹੀ ਲਊਗਾ, ਕਿਲੋ ਅੱਧਾ ਕਿਲੋ, ਕਿਉਂਕਿ ਫਿਰ ਇਹ ਸਾਲ ਬਾਅਦ ਖੇਤੀ ਹੁੰਦੀ ਹੈ ਨਾ, ਅਸੀਂ ਜਿਹੜਾ ਕੋਈ ਕਾਰਡ ਬਣਾਵਾਂਗੇ ਉਹਨੂੰ ਸਾਲ ਤੱਕ ਦੇਣਾ ਪਊਗਾ। ਨਾ ਤਾਂ ਤੁਸੀਂ ਇਹ ਦੇਖੋ ਘੱਟੋ ਘੱਟ ਜ਼ਿਆਦਾ ਨੀ 10,000 ਮੁੰਡੇ ਦਾ ਰੁਜ਼ਗਾਰ ਮਿਲੂਗਾ, ਆਪਾਂ ਵਿੱਚੋਂ ਹੀ ਕੱਢਾਂਗੇ, ਵਿੱਚੋਂ ਕੱਢਾਂਗੇ ਆਪਾਂ, ਉਸ ਤੋਂ 1,000 ਰੁਪਏ ਲੈ ਕੇ ਮੈਂ ਗਰੰਟੀ ਕਰਦਾ 3,000 ਰੁਪਏ ਕਿਲੋ ਦੇ ਦਿਓ। ਅਗਲੇ ਸੁਣਨ ਵਾਲੇ ਕਹਿਣੇ ਕਿ ਤੂੰ ਸਾਹਿਬ ਤਾਂ ਹਰੇਕ ਚ ਰੁਜ਼ਗਾਰ ਲੱਭ ਲੈਂਦੇ ਨੇ, ਇਹੋ ਜਿਹੀ ਕਿਹੜੀ ਗਿੱਦੜ ਸੰਗੀ ਹੈ, ਦੱਸੋ ਭਾਈ ਜੀ ਮੇਰਾ ਰੁਜ਼ਗਾਰ ਹੈ ਚ, ਦੱਸਿਆ ਜਾਏ ਫਿਰ ਖੋਲ ਕੇ ਵੀ ਕੀ ਚੱਕਰ ਹੈ। 1,000 ਰੁਪਏ ਸਰਕਾਰ ਉਹ ਤੋਂ ਲੈ ਲਿਆ ਕਿਸਾਨ ਤੋਂ, ਕਿਸਾਨ ਨੂੰ ਮਿਲ ਗਿਆ, ਉਹਦੇ ਚੋਂ ਮੇਰੇ ਹਿਸਾਬ ਨਾਲ 1,000 ਰੁਪਏ ਕਿਲੋ ਲੈ ਲਿਆ, ਹਾਂ ਕੁਇੰਟਲ ਤਾਂ ਨਿਕਲਿਆ ਹੋਣਗੇ ਕਿਲੋ ਚੋਂ, 1,00,000 ਦਾ ਹੋ ਗਿਆ। ਤੁਹਾਨੂੰ ਦੱਸਿਆ ਜਿਵੇਂ ਪਹਿਲਾਂ ਇਹ ਚ ਜਿਹੜੀ ਰਾਜਸਥਾਨ ਚ ਜਿਹੜੀ ਮਾੜੀ ਮੋਟੀ ਬਲੈਕ ਚ ਫੀਮ ਆਉਂਦੀ ਆ ਪਾਈ ਆ, ਉਹ ਵੱਟਾਂ ਤੇ ਲਾ ਆਉਂਦੇ ਨੇ, ਐ ਤਾਂ ਫਿਰ ਆਪਣੇ ਵੀ ਜੁਗਾੜੀ ਤਾਂ ਹੈਗੇ ਨੇ, ਜਦੋਂ ਹੁਣ ਤੈਨੂੰ ਵੀ ਵੱਟਾ ਮਿਲਿਆ ਮੈਨੂੰ ਵੀ ਵੱਟਾ ਮਿਲਿਆ, ਜੇ ਤੈਂ ਵੱਟਾਂ ਤੇ ਲਾਤੇ 100-150 ਬੀਟੇ ਤਾਂ ਤੂੰ ਨਾਲ ਵਾਲੀ ਚੁਗਲੀ ਕਿਵੇਂ ਕਰੇਗਾ, ਅਲੱਗ 150 ਤੂੰ ਸਾਂਭ ਲੈ 150 ਮੈਂ ਸਾਂਭ ਲੈ, ਸਾਡੇ ਖਾਣ ਵਾਸਤੇ ਤਾਂ ਬਚ ਗਏ। ਬਾਈ ਜੀ ਜਿਹੜਾ ਬੰਦਾ ਖਾਂਦਾ ਨਾ 5,000 ਨੂੰ, ਤੁਹਾਨੂੰ ਮੈਂ ਕਹਿਣਾ 12 ਕਿਲੋ ਲਾ ਲਓ ਮਹੀਨੇ ਦੀ ਸਾਲ ਦੀ, 60,000 ਨੂੰ ਹੋ ਗਏ, ਕਈ ਤਾਂ ਮੈਂ ਇਹੋ ਜਿਹੇ ਦੇਖੇ ਨੇ 3-3 ਕਿਲੋ ਨਿਬੇੜ ਦਿੰਦੇ ਨੇ ਮਹੀਨੇ ਚ, 1,80,000 ਰੁਪਇਆ ਹੋ ਗਿਆ, ਤੋਂ ਜ਼ਿਆਦਾ ਨੀ, ਨਾਲੇ ਮਾੜੀ ਹੋ ਗਈ ਉਹ, ਕਿੱਥੇ ਉਹਦੀ ਫਸਲ, ਤੁਸੀਂ ਉਸ ਨੂੰ 3,000 ਚ ਮੋੜ ਰਹੇ ਹੋ, 2,000 ਰੁਪਇਆ ਗੌਰਮੈਂਟ ਨੂੰ ਬਚ ਗਿਆ। ਤੇ ਮੈਂ ਦਾਵਾ ਕਰਦਾ, ਤੁਸੀਂ ਐਂ ਕਰੋ, ਚਲੋ ਜਿਵੇਂ ਭਗਵੰਤ ਮਾਨ ਨੂੰ ਚੁਣਿਆ ਸੀ ਆਪਾਂ, ਮੈਂ ਪਹਿਲਾਂ ਕਹਿ ਰਿਹਾ ਜੇ ਭਾਜਪਾ ਦੀ ਕੰਨੀ ਗੱਲ ਪਏਗੀ ਆਪਾਂ ਕਦੇ ਐਂ ਕਰਦੇ ਹਿੰਦੀ ਚ ਬੋਡਕਾਸਟ ਕਰਦੇ ਵੀ ਤਾਂ ਸੈਂਟਰ ਚ ਪਹੁੰਚੀਏ। ਰਣਜੀਤ ਵਿਚਾਰਾ ਬਾਹਲਾ ਕਹਿੰਦਾ, ਕਹਿੰਦਾ ਬਾਈ ਭਗਵੰਤ ਮਾਨ ਆ, ਸਾਨੂੰ ਕਹਿੰਦਾ ਤੇਰੀ ਤੂੰ ਉਮੀਦ ਆ, ਹੋਰ ਕਿਸੇ ਤੋਂ ਉਮੀਦ ਨੀ, ਉਹ ਤਾਂ ਐਂ ਵੀ ਕਹਿੰਦਾ। ਨਹੀਂ ਉਮੀਦ ਹੁੰਦੀ ਬਾਈ 2.5 ਸਾਲਾਂ 'ਚ ਕੁਛ ਨਾ ਕੁਛ ਕਰ ਦਿੰਦਾ, ਹੁਣ ਤਾਂ ਕੋਈ ਉਮੀਦ ਹੈ ਨੀ, ਕਿਉਂਕਿ ਕੁਛ ਨਾ ਕੁਛ ਕਰ ਦਿੰਦਾ, 2.5 ਸਾਲ 'ਚ ਬਹੁਤ ਕੁਛ ਹੋ ਸਕਦਾ ਸੀ, ਇਹਦੀ ਚਰਚਾ ਕਰ ਦਿੰਦਾ, ਚਲੋ ਉਹ ਤਾਂ ਜਿਵੇਂ ਕਹਿੰਦੇ ਆਪਣਾ ਘੁੰਗਰੂ ਪੈ ਗਏ ਮੂੰਹ 'ਚ, ਹੈਰਾਨ ਤਾਂ ਪਤਾ ਕੀ ਹੈ ਜੀ ਬਾਈ ਜੀ, ਭਗਵੰਤ ਮਾਨ ਨਾ ਜਿਸ ਤਰ੍ਹਾਂ ਦੀ ਉਹਦੀ ਬੋਲੀ ਸੀ, ਜਿਸ ਤਰ੍ਹਾਂ ਦਾ, ਕਿਉਂਕਿ ਜਿਵੇਂ ਇੱਕ ਵਾਰੀ ਨਾ ਉਹਨੂੰ ਕੈਪਟਨ ਸਾਹਿਬ ਨੂੰ ਕਿਸੇ ਨੇ ਪੁੱਛ ਲਿਆ ਵੀ ਆਹ ਭੁੱਕੀ ਦੀ ਖੇਤੀ, ਇਹ ਭੁੱਕੇ ਪਾਕੇ ਕੀ ਹੁੰਦੀ, ਮੈਂ ਨੀ ਜਾਂਦਾ ਭੁੱਕੇ ਪਾਕੇ ਕੀ ਹੁੰਦੀ ਹੈ,
ਉਹ ਕਹਿਣ ਦਾ ਮਤਲਬ ਉਹਨਾਂ ਵਾਲੇ ਆਪ ਤਾਂ ਕਹਿੰਦਾ ਵੀ ਇਹਨੂੰ ਪੰਜਾਬੀ ਬੋਲਣੀ ਨਹੀਂ ਆਉਂਦੀ, ਇਹਨੇ ਠੇਠ ਪੰਜਾਬੀ ਚ ਨਿਊਜ਼ੀਲੈਂਡ ਚ ਪ੍ਰੋਗਰਾਮ ਕਰੀ ਜਾਂਦਾ ਸੀ। ਉਹ ਕਹਿੰਦਾ ਤੁਹਾਡੇ ਤਾਂ ਇਹ ਕਹਿੰਦਾ ਮਰਿਆਂ ਤੇ ਪਾਉਂਦੇ ਨੇ ਫੁੱਲ, ਸਾਡੇ ਤਾਂ ਮਰਿਆਂ ਚ ਜਾਨ ਪਾਉਂਦੇ ਨੇ। ਮੈਂ ਯਾਰ ਬਾਈ ਇਹ ਕੁਛ ਕਰੂਗਾ, ਆਪਾਂ ਤਾਂ ਅੱਕ ਚੁੱਕੇ ਸੀ। ਜੱਗੇ ਵੀ ਕਹਿੰਦੇ ਨੇ ਕਹਿੰਦਾ ਸਾਨੂੰ ਤਾਂ ਆਪ ਕਿਹਾ ਸੀ ਵੀ ਜੱਗੇ ਇੱਕ ਵਾਰੀ ਸਰਕਾਰ ਆ ਜਾਣਦੇ ਆਪਣੀ ਵੀ ਕਰਾਂਗੇ। ਮੈਂ ਤਾਂ ਹੁਣ ਕਹਿਣਾ ਹੁਣ ਮਾੜਾ ਮੋਟਾ ਰੌਲਾ ਚੱਲੀ ਜਾਂਦਾ, ਹੁਣ ਕਰਦੇ ਨਾਲੇ ਦੇਖਾਂਗੇ। ਮੈਂ ਕਹਿੰਦਾ ਨਾ ਧਰਨੇ ਲੱਗਣ ਮੈਨੂੰ ਕਹਿੰਦੀ, ਜੇ ਕੋਈ ਹੱਥ ਕੀ ਲਾ ਜਾਵੇ ਭਗਵੰਤ ਮਾਨ ਗਰੰਟੀ ਹੈ ਸਾਡੇ ਭਰਾ ਤਾਂ ਆਪ ਵਿਚਾਰੇ ਉਮੀਦਾਂ ਹੋਰ ਕੁਛ। ਮੈਂ ਗਰੰਟੀ ਕਰਦਾ ਹੈ ਚਾਰ ਨੀ ਸਾਡਾ ਗੁੱਸੇ ਕਰੀ ਸਾਡਾ ਗੁੱਸਾ ਕਰ ਹੋਈ ਬੈਠਣੇ ਬਰਾਡਰ ਕਰਦਾ ਕੀ ਹੈ ਜੀ। ਤੁਹਾਨੂੰ ਦੱਸਿਆ ਸੀ ਨਾ ਪਹਿਲਾਂ ਇੱਕ ਵਾਰੀ ਮੈਂ ਕਿੱਸਾ ਸੁਣਾਇਆ ਸੀਗਾ ਵੀ ਕੈਪਟਨ ਸਾਹਿਬ ਨੇ ਟੀਮ ਭੇਜਤੀ ਸੀ, ਉਹਨੂੰ ਕਿਸੇ ਨੇ ਅਫਸਰ ਨੇ ਡਰਾਤਾ ਜਾਂ ਇਹ ਲਾ ਲਓ ਨਾਲ ਦੇ ਕਿਸੇ ਇਹੋ ਜਿਹੇ ਬੰਦੇ ਨੇ ਡਰਾਤਾ ਸ਼ਾਇਦ ਜਿਹਦੇ ਕੋਈ ਬਾਈ ਜੀ 12 ਟਰੱਕ ਚਟਾਲਾ ਵੇਚਦਾ ਰਿਹਾ ਉਹਦੀ ਰਾਜ ਚ 12 ਟਰੱਕ ਰੋਜ਼ ਦੇ ਉਹਦੇ ਵਿਕਦੇ। ਹੁਣ ਉਹਨੂੰ ਕਿਹਾ ਕੈਪਟਨ ਸਾਹਿਬ ਕਹਿੰਦਾ ਤੁਹਾਨੂੰ ਸੱਦ ਲੈਣਗੇ ਉਹ। ਇਹ ਤਾਂ ਪਹਿਲਾਂ ਨਾ ਇੱਕ ਬੁੱਧੀਜੀਵੀਆਂ ਦੀ ਮੀਟਿੰਗ ਬੁਲਾਈ ਜਾਵੇ ਵੀ, ਕਿਉਂਕਿ ਸਰਕਾਰਾਂ ਪਤਾ ਕਿਉਂ ਡਰਦੀਆਂ ਨੇ, ਜਿਵੇਂ ਹੁਣ ਇੱਕ ਆਪਣੇ ਅਖਬਾਰਾਂ ਵਾਲੇ ਨੇ, ਹੁਣ ਤਾਂ ਅਖਬਾਰਾਂ ਚੱਲਣ ਬਹੁਤ ਘੱਟ ਗਿਆ ਕਿਉਂਕਿ ਅਖਬਾਰਾਂ ਵਾਲੇ ਵੀ ਆਪਦਾ ਪ੍ਰਚਾਰ ਕਰਨ ਵਾਸਤੇ ਵਟਸਐਪ ਤੇ ਪਾਉਂਦੇ ਨੇ ਕਟਿੰਗ ਕਰਕੇ ਜਾਂ ਫੇਸਬੁੱਕ ਤੇ। ਹੁਣ ਅਖਬਾਰਾਂ ਤੋਂ ਡਰਨ ਦੀ ਲੋੜ ਨਹੀਂ ਹੈਗੀ, ਪਹਿਲਾਂ ਨੀ ਅਖਬਾਰਾਂ ਵਾਲੇ ਅਗਲੇ ਦਿਨ ਮਾੜੀ ਤੁਸੀਂ ਬਿਆਨ ਦੇ ਦਿਓ ਵੀ ਅਸੀਂ ਆਹ ਪੋਸਟ ਦੀ ਖੇਤੀ ਬਾਰੇ ਸੋਚ ਰਿਹਾ, ਇਹ ਸਰਕਾਰ ਨਸ਼ਾ ਲਿਆ ਰਹੀ ਹੈ। ਲੈ ਤੁਸੀਂ ਮੇਰੀ ਗੱਲ ਸੁਣੋ, ਸਾਰਿਆਂ ਨੂੰ ਪਹਿਲਾਂ ਵਿਰੋਧੀ ਪਾਰਟੀਆਂ ਦੇ ਇਹ ਤਾਂ ਸਾਰਾ ਕੋਈ ਨਾ ਸਿਸਟਮ ਇਹੋ ਜਿਹਾ ਬਣੇ ਵੀ ਜਿਵੇਂ ਕਹਿੰਦੇ ਮਿਸ ਕਾਲਾਂ ਮਾਰੋ। ਮੈਂ ਗਰੰਟੀ ਕਰਦਾ ਤੁਹਾਨੂੰ 40 ਮਿਸ ਕਾਲਾਂ ਨਾਮ ਆਈਆਂ ਵੀ ਅਸੀਂ ਭਾਈ ਕਾਰਡ ਬਣਾਵਾਂਗੇ, ਤੁਸੀਂ ਇਸ ਨੰਬਰ ਤੇ ਮਿਸ ਕਾਲ ਮਾਰੋ, ਨਾਮ ਗੁਪਤ ਰੱਖਿਆ ਜਾਊਗਾ। ਉਹਦੇ ਨਾਲ ਸ਼ਰਤ ਵੀ ਰੱਖ ਦਿਓ ਵੀ ਜਿਹੜੇ ਬੰਦੇ ਕਾਰਡ ਬਣਨਗੇ ਉਹਨੂੰ ਸਰਕਾਰੀ ਤੌਰ ਤੇ ਵੇਰਕਾ ਦਾ ਕਿਲੋ ਦੇਸੀ ਘਿਓ ਦੇਵਾਂਗੇ। ਅਗਲਾ ਪਿੰਨੀਆਂ ਵੀ ਲਊਗਾ ਵੀ ਕਿਲੋ ਪਿੰਨੀਆਂ ਵੀ ਦੇਵਾਂਗੇ, ਲੈਣੀਆਂ ਪੈਣਗੀਆਂ ਲਊਗਾ। ਉਹਦੀ ਮਜਬੂਰੀ ਹੈ ਕਿਉਂਕਿ ਬਾਈ ਆ ਜੀ ਜਿਹੜੀ ਬਾਂਦਰ ਉੱਡਿਆਂ ਵਾਲੀ ਪਾਈ ਹੈ ਨਾ ਵਾਧੂ ਹੈ ਮਹੀਨੇ ਦੀ 8 ਗ੍ਰਾਮ ਰੋਜ਼ ਦੀ, ਤੇ ਨਾਲੇ ਓਵਰ ਟਾਈਮ ਲਾਇਆ ਕਰੂਗਾ 4-4 ਘੰਟੇ ਮਜ਼ਦੂਰ ਡਰਾਈਵਰ। ਪਤਾ ਕੀ ਹੈ ਬਾਈ ਜੀ, ਇਹ ਤੁਸੀਂ ਇੱਕ ਦਵਾਈ ਤੌਰ ਤੇ ਖਾਂਦੇ ਹੋ ਨਾ, ਤੁਹਾਨੂੰ ਇਹ ਜਿਵੇਂ ਕਹਿੰਦੇ ਨੀਂਦ ਨਹੀਂ ਆਉਂਦੀ, ਜਿਵੇਂ ਜਿਹੜੇ ਪਹਿਲਾਂ ਟਰੱਕਾਂ ਵਾਲੇ ਚੱਲਦੇ 36-36 ਘੰਟੇ ਵਿਚਾਰੇ, ਜਿਹੜੇ ਕੇਲੇ ਲਿਆਉਂਦੇ ਉਹਨੂੰ ਨਾਮ ਮਿਲਦਾ ਹੁੰਦਾ ਬਾਈ ਜੀ, ਉਹ ਤਾਂ ਨਾ ਦੇਖੋ ਸਾਹਮਣੇ ਉਹਨੂੰ ਦਿਖ ਰਿਹਾ ਦਿਮਾਗ ਉਹਨਾਂ ਦਾ ਸੌ ਜਾਂਦਾ ਸੀ, ਬੈਠੇ ਬੈਠੇ ਅੱਖਾਂ ਖੁੱਲੀਆਂ ਸੌ ਜਾਂਦੇ ਸੀ। ਉੱਥੋਂ ਫਿਰ ਜਿਵੇਂ ਕਹਿੰਦੇ ਡਰਾਈਵਰ ਤਬਕਾ 90% ਨਹੀਂ, ਮੈਂ 90% ਕਹਿਣਾ, 90% ਕਹਿਣਾ ਮੈਂ। ਉਹ ਜਾਣੀ ਕਿ ਜਿਵੇਂ ਰਾਤਾਂ ਨੂੰ ਚੱਲਣਾ ਵੀ ਉਹਨਾਂ ਦੇ ਤੁਸੀਂ ਦੇਖ ਲਓ ਪੁਰਾਣੀਆਂ ਫਿਲਮਾਂ, ਉਹਨਾਂ ਦੇ ਵਿੱਚ ਵੀ ਟਰੱਕ ਦਾ ਡਰਾਈਵਰ ਉਹ ਰਾਮੂ ਵੀ ਇੱਕ ਬੜਾ ਵਧੀਆ ਦਿਖਾਇਆ ਗਿਆ ਸੀਗਾ। ਠੀਕ ਹੈ, ਉਹ ਜਿਹੜੀ ਚੀਜ਼ ਹੈਗੀ ਰੁਪਈਆ ਵੀ ਬਹੁਤ ਬਚੂਗਾ ਤੇ ਸਿਹਤ ਵੀ ਬਹੁਤ ਬਚੂਗੀ। ਇੱਕ ਵਾਰੀ ਕਰ ਲੈਣਾ ਡਰਾਈਵ, ਮੈਂ ਤੁਹਾਨੂੰ ਦੱਸਿਆ ਬੰਦ ਗੋਡਿਆਂ ਦੀ ਕਰਨ ਕੀਤੀ ਪਹਿਲਾਂ ਜਿਵੇਂ ਇਹ ਦੇਖਣ ਨਾ ਜਾ ਕੇ, ਚਲੋ ਉੱਥੇ ਭੇਜ ਸਕਦੇ ਹਾਂ ਵੀ ਅੱਧਾ ਪੰਜਾਬ ਕਿਉਂ ਡਰਾਉਣ, ਸੈਂਟਰ ਸਰਕਾਰ ਨੂੰ ਕਹੋ ਅਸੀਂ ਤੁਹਾਨੂੰ ਦੇਵਾਂਗੇ ਭਾਈ ਇਹ 'ਚ ਮੋਰਫਿਨ ਕੱਢ ਕੇ, ਕਿਉਂਕਿ ਮੋਰਫਿਨ ਦਾ ਬਾਈ ਜੀ 25 ਸਾਲ ਪਹਿਲਾਂ ਤਾਂ ਸਾਰਾ ਰੁਪਈਏ ਦਾ ਟੀਕਾ ਹੁੰਦਾ ਹੀ ਖੈਲੀ ਦਾ, ਇਹ ਹੁਣ ਤਾਂ ਕਹਿੰਦੇ ਖਾਸਾ ਮਹਿੰਗਾ ਹੋ ਰਿਹਾ। ਪਰੰਤੂ ਸਾਰਿਆਂ ਨੂੰ ਵੱਡੀ ਗੱਲ ਜਿਹੜੀ ਬੁੱਫੇ ਨੋਰਮਲ ਬੰਦ ਹੋਊਗੀ, 2000 ਕਰੋੜ ਰੁਪਏ ਵੀ ਬਚੂਗਾ ਤੇ ਘੱਟੋ ਘੱਟ 2000-3000 ਕਰੋੜ ਰੁਪਏ ਤੁਹਾਨੂੰ ਉਹ ਬਾਈ ਜੀ ਕਹਿ ਰਹੇ 70000 ਕਰੋੜ ਦਾ ਐਡਾ ਵਪਾਰ ਨਹੀਂ ਹੈਗਾ ਜੀ ਇਹਦਾ। ਹੁਣ ਜਿਹੜੀ ਫੀਮ ਹੈ 4-5 ਹਜ਼ਾਰ ਨੂੰ ਕਿਲੋ ਹੈ,
4-5 ਹਜ਼ਾਰ ਨੂੰ ਕਿਲੋ ਹੈ, ਹੁਣ ਆਪਾਂ 2 ਲੱਖ ਨੂੰ ਲੱਗ ਗਏ, ਫਿਰ ਤਾਂ ਚੱਲ 70 ਕੁ ਹਜ਼ਾਰ ਕਰੋੜ ਦਾ, ਐਂ 2 ਲੱਖ ਦੀ ਵੇਚਣ ਕੌਣ ਦੇ ਦੂ? ਆਪਣਾ ਸਾਲ 'ਚ ਕੋਠੀਆਂ ਮੈਂ ਕਹਿੰਦਾ ਸਿਕਿਉਰਿਟੀ ਮਹਿੰਗਾ ਹੋਜੂ, ਫਰੀਆ ਮਹਿੰਗਾ ਹੋਜੂ। 2-3 ਵੱਡੇ ਸਵਾਲ ਨੇ ਕਿ ਅਫੀਮ ਡੋਡਿਆਂ ਦੀ ਖੇਤੀ ਦੇ ਨਾਲ ਕਿਸਾਨ ਕਰਜ਼ਾ ਮੁਕਤ ਹੋ ਜੂਗਾ, ਦੂਸਰਾ ਕਿ ਜਿਹੜਾ ਸਦਾ ਹੀ ਕਿਸਾਨ ਖੁਦਕੁਸ਼ੀ ਕਰਦਾ ਰਿਹਾ, ਹੁਣ ਤਾਂ ਗੱਲ ਇਸ ਤੱਕ ਆ ਪਹੁੰਚੀ ਹੈ, ਕਦੇ ਕਿਸਾਨ ਖੁਦਕੁਸ਼ੀ ਕਰਦਾ ਸੀ, ਫਿਰ ਮਜ਼ਦੂਰਾਂ ਦੇ ਜਦੋਂ ਅੰਕੜੇ ਕੱਢੇ ਗਏ, ਇੱਕ ਡਾਕਟਰ ਸਾਹਿਬ ਨੇ ਮੋਗੇ ਜ਼ਿਲ੍ਹੇ ਦੇ, ਉਹਨੇ ਅੰਕੜੇ ਕੱਢੇ ਵੀ ਦਲਿਤ ਜਿਹੜੇ ਮਜ਼ਦੂਰ ਨੇਗੇ ਉਹ ਲੋਕ ਵੱਡੇ ਪੱਧਰ 'ਤੇ ਖੁਦਕੁਸ਼ੀ ਕਰਦੇ ਨੇ। ਜਿਹੜਾ ਅੱਜ ਸਭ ਤੋਂ ਵੱਡਾ ਸੰਤਾਪ ਪੰਜਾਬ ਭੋਗ ਰਿਹਾ, ਤੀਜੀ ਧਿਰ ਇਹ ਆ ਗਈ ਹੈ ਵੀ ਵਿਦਿਆਰਥੀ ਖੁਦਕੁਸ਼ੀਆਂ ਲਗਾਤਾਰ ਵੱਧ ਰਹੀਆਂ ਨੇ। ਤੁਹਾਨੂੰ ਲੱਗਦਾ ਕਿ ਇਹ ਚੀਜ਼ ਦੇ ਨਾਲ ਕਿਸਾਨੀ ਅਤੇ ਮਜ਼ਦੂਰਾਂ ਦੇ ਜਿਹੜੇ ਅੰਕੜੇ ਨੇ ਖੁਦਕੁਸ਼ੀਆਂ ਦੇ ਜਾਂ ਕਰਜ਼ੇ ਮੁਕਤੀ ਦੇ? ਬਾਈ ਜੀ, A to Z ਇੱਕ ਸ਼ਬਦ ਹੁੰਦਾ ਜੀ, A to Z ਮਸਲਿਆਂ ਦਾ ਹੱਲ ਹੈ। ਇਹ 'ਚ ਤੁਹਾਨੂੰ ਮੈਂ ਦੱਸਿਆ ਤਾਂ ਹੈਗਾ, ਹੁਣ ਤਾਂ ਜੀਰੀ ਲਾਤੀ, ਠੀਕ ਹੈ, ਜੀਰੀ ਲਾਤੀ, ਕਣਕ ਲਾਤੀ, 9 ਮਹੀਨੇ ਵਿਹਲੇ, 3 ਕੁ ਮਹੀਨੇ ਲਾ ਲਓ ਤੁਸੀਂ ਜੀ, ਐਵੇਂ ਥੋੜ੍ਹੀ ਆਪਾਂ ਧਰਨਿਆਂ ਦੇ ਬੈਠੇ ਰਹੇ ਜਾ ਕੇ। ਹਾਂ, ਵੀ ਕਹਿਣ ਦਾ ਮਤਲਬ ਜੀਰੀ ਕਣਕ 'ਚ ਬਹੁਤ ਘੱਟ ਮਿਹਨਤ ਦੀ ਲੋੜ ਪੈਂਦੀ ਹੈ, ਤੁਸੀਂ ਕੁੰਡਾ ਥੱਲੇ 24-12 ਮਹੀਨੇ ਤਾਸ਼ ਚੱਲਦੀ ਹੈ, ਚੱਲ ਬੁੜੇ ਵਿਚਾਰੇ ਬੈਠੇ ਨੇ ਰਿਟਾਇਰ ਹੋ ਗਏ, ਕਿਉਂਕਿ ਨੌਕਰੀ ਵਾਲਾ ਰਿਟਾਇਰ ਹੋ ਗਿਆ, ਅਗਲਾ ਰਿਟਾਇਰ ਹੋ ਗਿਆ, ਆਪਾਂ ਜਿਹੜਾ ਘਰੇ ਕੰਮ ਕਰਦੇ ਇਹਨਾਂ ਦੀ ਰਿਟਾਇਰਮੈਂਟ ਦੀ ਉਮਰ ਹੁੰਦੀ ਹੈ, ਵਿਚਾਰੇ 70 ਸਾਲ ਤੋਂ ਬਾਅਦ ਜਿਹੜੇ ਤਾਸ਼ਾਂ ਖੇਡਣ ਲੱਗ ਗਏ, ਕੋਈ ਖਾਸ ਗੱਲ ਨਹੀਂ, ਜੀ ਲੱਗਿਆ ਰਿਹਾ, ਠੀਕ ਹੈ। ਵੀ ਉਹ ਜਿਹੜੀ ਚੀਜ਼ ਹੈ ਜਦੋਂ ਆਪਾਂ ਨਾਲ ਸ਼ਰਤਾਂ ਰੱਖ ਦਾਂਗੇ, ਉਹ ਤਾਂ ਬਹਿ ਕੇ ਪਾਲਿਸੀ ਬਣ ਜੂਗੀ ਨਾ, ਜੇ ਹੁਣ ਨਾਲ ਉਹਨੇ ਕਿੱਲਾ ਮੱਕੀ ਦਾ ਬੀਜਤਾ ਤਾਂ ਪਸ਼ੂ ਪਾਲੂਗਾ, ਜੇ ਪਸ਼ੂ ਪਾਲੂਗਾ ਮਿਹਨਤ ਵੀ ਕਰੂਗਾ। ਫਿਰ ਜਦੋਂ ਉਹਨੂੰ ਚਸਕਾ ਪੈ ਗਿਆ, ਹੁਣ ਉਹੀ ਗੱਲ ਵੀ ਅੱਧਾ ਚਮਚਾ ਉਹਨੂੰ ਮਿਲ ਗਿਆ ਰੋਜ਼ ਦਾ, ਉਸੇ ਦੀ ਫਸਲ ਦਾ ਅੱਧਾ ਚਮਚਾ ਮਿਲ ਗਿਆ ਉਹਨੂੰ, ਨਾਲ ਤੁਹਾਨੂੰ ਦੱਸੀ ਨਾ ਡੈਰੀ ਪ੍ਰਫੁੱਲਤ ਹੋਊਗੀ, ਆ ਵੇਰਕਾ ਵੀ ਕਿੱਧਰ ਹੀ ਜਾਊਗੀ। ਫਿਰ ਬਾਈ ਜੀ ਰੇਟ ਰੂਟ ਨੂੰ ਵੀ ਰੌਲਾ ਨੀ ਪਾਉਂਦੇ, ਕਿਉਂਕਿ ਤੁਸੀਂ ਇਹ ਦੇਖ ਲਓ ਜਿਹੜਾ ਬੰਦਾ, ਚਲੋ ਜਿਹੜਾ ਵਿਚਾਰਾ ਪ੍ਰਯੋਗ ਕਰਦਾ ਹੈ, ਇੱਕ ਤਾਂ ਬਾਈ ਜੀ ਕੱਦੂਆਂ ਤੇ ਸਪਰੇਅ ਕਰਕੇ ਉਹਨੂੰ ਪੀਸ ਕੇ ਭੁੱਕੀ ਚ ਖਵਾਈ ਜਾਂਦੇ ਨੇ ਪੋਸਟ 'ਚ, ਕੀ ਕਰੋਗੇ, ਪਸ਼ੂਆਂ ਵਾਲੀ ਫੀਡ ਤੱਕ ਖਵਾਈ ਜਾਂਦੀ ਹੈ, ਉਹਦਾ ਗੁਣ ਕੀ, ਉਹ ਤਾਂ ਆਪਦੀਆਂ 20 ਹੋਰ ਨੂੰ ਕਹਿ ਕੇ ਜਾਊਗਾ। ਬਾਈ ਜੀ ਪਤਾ ਗੱਲ ਕੀ ਹੈ, ਤੁਸੀਂ ਦੇਖ ਲਓ ਤਾਂ 60 ਹਜ਼ਾਰ ਰੁਪਏ ਬਚ ਗਿਆ, 60 ਹਜ਼ਾਰ ਰੁਪਏ ਬਚ ਗਿਆ, ਤੇ ਕੋਈ ਜ਼ਰੂਰੀ ਨਹੀਂ ਹੈਗਾ ਵੀ ਇੱਕ ਪਰਿਵਾਰ ਦੇ ਵਿੱਚ ਇਕੱਲਾ ਹੀ ਖਾਂਦਾ, 2 ਵੀ ਖਾਦੇ ਹੋ ਸਕਦੇ ਨੇ। ਬਾਈ ਹੁਣ ਪਤਾ ਗੱਲ ਕੀ, ਖੁਰਾਕਾਂ ਇਹੋ ਜਿਹੀਆਂ ਹੋ ਗਈਆਂ, ਮੋਟਰਸਾਈਕਲ ਹੋ ਗਏ, ਕਾਰਾਂ ਹੋ ਗਈਆਂ, ਹੁਣ ਤਾਂ ਜਿਹੜੀਆਂ ਕੋਈ ਬੁੜੀਆਂ ਮਾੜਾ ਮੋਟੇ ਜਿਹਨਾਂ ਦੇ ਬਾਰੇ ਨੌਲੇਜ ਹੈ ਜਾਂ ਗਾਹਾਂ ਫਿਰ ਨੌਲੇਜ ਸੁਣਦੀਆਂ ਨੇ, ਉਹ ਵੀ ਕਹਿਣ ਲੱਗ ਗਈਆਂ ਵੀ ਮੋਟਾਪਾ ਕਰਕੇ ਭਾਈ ਤੂੰ ਖਾ ਲਿਆ ਕਰ ਮਾੜੀ ਮੋਟੀ 40-45, ਕਿਉਂਕਿ ਇਹ ਇੱਕ ਦਿਨ ਛੱਡ ਕੇ ਖਾਓ ਨਾ, ਇਹਦੀ ਆਦਤ ਨੀ ਪੈਂਦੀ। ਫਿਰ ਅਸੀਂ ਹੁਣ ਫਸਲ ਕਰਤੀ, ਫਿਰ ਚਾਹੇ ਰੋਜ਼ ਖਾਈ ਚੱਲੀਏ, ਫਿਰ ਤਾਂ ਤੁਹਾਡੇ ਕੋਲ ਵੀ ਡੱਬਾ ਪਿਆ ਹੋਵੇ। 5-7 ਸਾਲ ਚਾਲੂ ਕਰਤੀ, ਉਦੋਂ ਸਰਕਾਰ ਆਈ, ਕਿਸੇ ਨੇ ਬੰਦ ਕਰਤਾ, ਫਿਰ ਉਹ ਸਰਕਾਰ ਆਉਂਦੀ ਨੀ, ਸਰਕਾਰ ਦਾ ਤਾਂ ਆਊ ਨਾ ਜੇ ਉਹ ਜਾਊ, ਜਿਹੜੀ ਸਰਕਾਰ ਨੇ ਲਾਗੂ ਕੀਤਾ, ਜੇ ਉਹ ਜਾਊ ਤਾਂ ਹੀ ਆਊ ਨਵੀਂ, ਉਹ ਤਾਂ ਬਰੈਂਕ ਹੋਊ ਵੀ ਤੁਹਾਨੂੰ ਪਾਈਏ ਤਾਂ ਭਾਈ 300 ਗ੍ਰਾਮ ਦੇਵਾਂਗੇ, ਬਾਲੀ ਨੀ ਵਧਾਉਂਦੇ, ਔਰ ਆਪਾਂ ਚੱਲ 50 ਗ੍ਰਾਮ ਵਧਾਤੀ ਇਹਨਾਂ ਨੇ। ਵੀ ਕਹਿਣ ਦਾ ਮਤਲਬ ਹੈ ਜੀ, ਇਹਦੇ ਨਾਲ ਡੈਰੀ ਜੁੜੀ ਹੋਈ ਹੈ, ਡੈਰੀ ਜੁੜੀ ਹੋਈ ਹੈ, A to Z ਸਮੱਸਿਆਵਾਂ ਦਾ ਹੱਲ ਜੁੜਿਆ ਹੋਇਆ, ਫਿਰ ਆਪਾਂ ਸਰ ਕਿਉਂ ਭਖਾਰੀ ਬਣਾਂਗੇ? ਬਾਈ ਜੀ ਸਾਡਾ ਅਧਿਕਾਰ ਹੈ, ਪਹਿਲਾਂ ਹੁੰਦੀ ਨਹੀਂ ਗੱਲ, ਕਿਸੇ ਮੰਤਰੀ ਨਾਲ, ਕਿਸੇ MLA ਨਾਲ, ਕਿਸੇ ਮੁੱਖ ਮੰਤਰੀ ਸਾਹਿਬ ਨਾਲ ਬੈਠਣ ਦਾ ਮੌਕਾ ਮਿਲੇ, ਇਸ ਵਿਸ਼ੇ ਤੇ ਗੱਲ ਹੋਈ ਹੈ ਕਦੇ? ਇਸ ਵਿਸ਼ੇ ਜਾ ਸਕਦੇ ਹੋ ਆਪਣੇ MLA ਸਾਹਿਬ ਨਾਲ, ਗੱਲ ਹੋਣੀ ਸੀਗੀ
ਜਦੋਂ ਚੋਣਾਂ ਤੋਂ ਪਹਿਲਾਂ ਜਦੋਂ ਸੀਐਮ ਜਿਹੜਾ ਅਨਾਉਂਸਣਾ ਸੀਗਾ ਭਗਵੰਤ ਮਾਨ ਨੂੰ, ਉਦੋਂ ਮੈਂ 5-6 ਵਿਸ਼ੇ ਲੈ ਕੇ ਗਿਆ ਸੀਗਾ ਕਿੱਥੇ ਸੰਗਰੂਰ ਕੋਠੀ ਚ ਜੀ। ਉਹਦੇ ਚ ਇੱਕ ਵਿਸ਼ਾ ਸੀਗਾ ਸੱਟੇਬਾਜ਼ੀ ਦਾ, ਸੱਟੇਬਾਜ਼ੀ ਚ ਪੰਜਾਬ ਸਰਕਾਰ ਜੀ ਨੂੰ ਪੱਛਮ ਬੰਗਾਲ ਦੀ ਤਰ੍ਹਾਂ ਕਰਦੇ, ਨਾਗਾਲੈਂਡ ਦੀ ਤਰ੍ਹਾਂ ਕਰਦੇ, 10,000 crore ਦਾ ਆਮਦਨ ਹੈ ਸਾਲ ਦੀ। ਕਰਨਲ ਸਾਹਿਬ ਦਾ ਫੋਨ ਆਇਆ ਸੀ, ਕਹਿੰਦੇ ਵੀ ਆਪਾਂ ਨੂੰ ਟਾਈਮ ਲੈਣਾ ਭਗਵੰਤ ਮਾਨ ਤੋਂ, ਵੀ ਅਸੀਂ 2-2 ਮਿੰਟ ਦਾ ਪ੍ਰੈਜੈਂਟੇਸ਼ਨ ਦੇ, ਤੁਸੀਂ 10 ਮਿੰਟ ਦੀ ਪ੍ਰੈਜੈਂਟੇਸ਼ਨ ਦੇਣੀ ਹੈ। ਬਾਕੀ ਹੁਣ ਤਾਂ ਆਪ ਹੀ ਉਲਝੇ ਫਿਲਦੇ ਰਹਿੰਦੇ ਬੰਦਾ, ਇਹ ਕੰਮ ਹੁੰਦੇ ਟੈਂਸ਼ਨ ਫ੍ਰੀ ਵਾਲੇ। ਫਿਰ ਕਈ ਨਾ ਜਿਹੜੇ ਬਾਈ ਮੈਂ ਦੇਖਿਆ ਰੀਲਾਂ ਪਾਉਣ ਦੇ, ਕੀ ਕਰੀਏ ਜੇ ਗਵਾਹ ਵਿਕ ਗਏ, ਜਿਹੜਾ ਆਪਣਾ ਇੱਕ ਬਾਈ ਜੀ ਸਮੂਹਿਕ ਦੇਸ਼ ਹੈ, ਸੈਂਟਰ ਸਰਕਾਰ ਤੋਂ ਚੱਲਦਾ ਹੈ। ਚਲੋ ਜੇ ਭਗਵੰਤ ਮਾਨ ਆਹ ਕੰਮ ਕਰ ਦਿੰਦਾ ਫੇਰ ਤਾਂ ਕਹਿ ਦੋ ਵੀ ਮੋਦੀ ਨੇ ਕੰਮ ਵਧੀਆ ਕਰਤਾ ਬਾਈ, NDPC ਹੈ, ਸਰਕਾਰ ਨੇ ਮਨਜ਼ੂਰੀ ਦੇਣੀ ਹੈ, ਉੱਥੇ ਪੱਕ ਰੱਖਿਆ ਜਾਵੇ ਵੀ ਦੇਖੋ ਨਾ ਤਾਂ ਸਾਡੇ ਡੋਡਿਆਂ ਚ, ਕਿਉਂਕਿ ਜਰਗਾਈ ਧਰਤੀ ਹੈ, ਪਰ ਉਹ ਹੋਊਗੀ ਔਰਗੈਨਿਕ, ਵੀ ਅਸੀਂ ਤੁਹਾਨੂੰ ਉਹਦੇ ਨਾਲ ਵਧੀਆ ਮਾਲ ਦੇਵਾਂਗੇ, ਵੀ ਇੰਨੇ ਤੁਹਾਨੂੰ ਕਿੱਲੇ ਦੇ ਡੋਡੇ ਦੇਵਾਂਗੇ, ਇੰਨਾ ਤੁਹਾਨੂੰ ਮੋਰਫਿਨ ਨਿਕਲੂਗੀ, ਠੀਕ ਹੈ। ਤੇ ਕੁਛ ਪਾਲਿਸੀ ਜਿਹਨਾਂ ਦੇ ਕਾਰਡ ਬਣਾਉਣਗੇ ਬੁਕਿੰਗ ਔਰਫਿਨ ਬੰਦ ਕਰਕੇ, ਕੁਛ ਪਾਲਿਸੀ ਉਹਦੇ ਤੇ ਲੈ ਰੱਖ ਲੈਣਗੇ, ਠੀਕ ਹੈ। ਤੋ ਜਿਹੜੇ ਬਰਬਾਕੀ ਆ ਜਿਹੜੀ ਗੋਲੀ ਜੀਭ ਵਾਲੀ ਹੈ, ਇਹਨਾਂ ਨੂੰ ਜੇ ਫੀਮ ਦੇਣੀ ਸਟਾਰਟ ਕਰ ਲੈਣਾ, ਫੀਮ ਤਾਂ ਤੁਸੀਂ ਭੁੱਲੀ ਜਾਓ ਜੀ, ਜਿੰਨਾ ਤੱਕ ਫੀਮ ਫੀਮ ਕਰੀ ਜਾਵਾਂਗੇ ਮਤਲਬ ਹੀ ਨਹੀਂ ਕੁਛ ਸੁਣ ਲੈ, ਫੀਮ ਤਾਂ ਬੰਦ ਕਰ ਰਹੇ ਨੇ ਬਟੇ, ਇਹ ਸਾਰੀ ਖੇਤੀ ਆਉਣ ਵਾਲੇ ਸਮੇਂ ਚ ਬੰਦ ਹੋ ਜੂ ਚੀਰੇ ਵਾਲੀ, ਕਿਉਂਕਿ ਬਾਈ ਜੀ ਜਿਹੜੀ ਚੀਜ਼ ਇਹਨਾਂ ਨੂੰ ਚਾਹੀਦੀ ਹੈ, ਇਹਨੂੰ ਕੋਡੀਨ ਚਾਹੀਦੀ ਹੈ, ਮੋਰਫਿਨ ਚਾਹੀਦੀ ਹੈ, ਉਹ ਇਹਨਾਂ ਦੇ ਪ੍ਰੋਸੈਸਿੰਗ ਯੂਨਿਟ ਲਾ ਲੇ। ਤੁਹਾਨੂੰ ਦੱਸਿਆ ਇੰਗਲੈਂਡ ਤੇ ਆਸਟ੍ਰੇਲੀਆ ਤਾਂ ਇਹ ਮੋਰਫਿਨ ਦੇ ਕੋਡੀਨ ਨਿਕਲ ਰਹੇ ਨੇ, ਉੱਥੇ ਕਿਹੜਾ ਚੀਰਾ ਲਾਉਂਦੇ ਨੇ, ਉੱਥੇ ਮੈਂ ਤੁਹਾਨੂੰ ਦੱਸੀ ਕਿਦਾਂ ਕਦੋਂ ਮੀਂਹ ਆ ਜੇ, ਉਹ ਉਹਨਾਂ ਨੇ ਕੋਈ ਪ੍ਰੋਸੈਸਿੰਗ ਯੂਨਿਟ ਹੀ ਇਹੋ ਜਿਹੇ ਲਾ ਤੇ ਉਹਨਾਂ ਚੋਂ ਨਿਕਲ ਰਹੀ ਹੈ ਜੀ। ਹਾਂ, ਬਾਕੀ ਤੁਸੀਂ ਇਹ ਦੇਖ ਲਓ ਵੀ ਕੋਈ ਵੀ ਚੀਜ਼ ਹੈ ਧਰਤੀ ਚ ਉੱਗੀ ਹੋਈ, ਜੇ ਅਸੀਂ ਉਹ ਤੋਂ ਕੁਛ ਚੀਜ਼ ਲੈ ਕੇ ਉਹਨੂੰ, ਬਾਕੀ ਉਹ ਸਾਰੀ ਰੇਹ ਸਪਰੇ ਬਣ ਜਾਂਦੀ ਹੈ। ਇਹ ਪਹਿਲਾਂ ਆਪਾਂ ਸ਼ਰਾਬ ਵਾਲੇ ਚੋਂ ਜ਼ਿਕਰ ਕੀਤਾ ਵੀ ਲਾਹਣ ਵੀ ਇੱਕ ਬਹੁਤ ਤਕੜੀ ਰੇਹ ਸਪਰੇ ਹੈ ਜ਼ਮੀਨ ਵਾਸਤੇ ਜੀ ਜੀ ਜੀ। ਪਰ ਤੂੰ ਬਾਈ ਸੁਣੇ ਕੋਈ, ਜਿਵੇਂ ਉਹਨਾਂ ਨੇ, ਮੈਂ 5-6 ਚੀਜ਼ਾਂ ਲੈ ਕੇ ਗਿਆ ਸੀ ਭਗਵੰਤ ਮਾਨ ਕੋਲੇ, ਵੀ ਜਿਵੇਂ ਸੱਟੇ ਤੋਂ ਘੱਟੋ ਘੱਟ 10,000 crore ਰੁਪਏ ਪੰਜਾਬ ਸਰਕਾਰ ਨੂੰ ਬਚ ਸਕਦਾ ਜਿਹੜਾ ਜਾ ਰਿਹਾ ਦਿੱਲੀ। ਅਸੀਂ ਉਹ ਫਿਰ ਉਹੀ ਗੱਲ ਬੁੱਧੀਜੀਵੀ ਵੀ ਯੂਆ ਫਲਾਣ, ਹੁਣ ਪੱਛਮੀ ਬੰਗਾਲ ਚੱਲ ਰਿਹਾ, ਨਾਗਾਲੈਂਡ ਚੱਲ ਰਿਹਾ, ਤ੍ਰਿਪੁਰਾ ਚੱਲ ਰਿਹਾ, ਉਹ ਤਰਜ਼ ਤੇ ਆਪਾਂ ਟੀਮ ਬਣਾ ਕੇ ਤੁਸੀਂ ਵਗ ਜਾਓ ਵੀ ਕਿਵੇਂ ਚੱਲਦਾ ਉੱਥੇ, ਉਹ ਸਰਕਾਰੀ ਸੁਪਰ ਲੋਟੋ ਵੀ ਚੱਲ ਰਿਹਾ ਸਿਸਟਮ ਉੱਥੇ, ਤੇ ਵਧੀਆ ਲੋਕ, ਕੋਈ ਦਿੱਕਤ ਵਾਲੀ ਗੱਲ ਨੀ। ਜੋ ਜਿਹੜੀ ਚੀਜ਼ ਹਟਣੀ ਨੀ, ਆਪਾਂ ਪਹਿਲਾਂ ਸਰਚ ਕਰ ਲਓ ਨਾ, ਇਹ ਚੀਜ਼ ਹਟ ਹੀ ਨਹੀਂ ਸਕਦੀ। ਫਿਰ ਡੈਰੀ ਆ ਲੈ ਕੇ ਗਿਆ ਸੀ ਵੀ ਡੈਰੀ ਨਾਲ ਫਿਸ਼ਰੀ ਜੁੜੀ ਹੋਈ ਹੈ, ਫਿਰ ਜਿਹੜੀ ਆਪਣੀ ਮੱਛੀ ਆ ਰਹੀ ਹੈ ਵਿਆਹਾਂ ਸ਼ਾਦੀਆਂ ਖਾਂਦੇ ਆਪਾਂ ਪੰਗਿਆਸ ਮੱਛੀ, ਵੀ ਇਹਦੀ ਫਾਰਮਿੰਗ ਪੰਜਾਬ ਚ ਕਿਵੇਂ ਹੋ ਸਕਦੀ ਹੈ। ਉਹ ਤਾਂ ਚਲੋ ਯੂਨੀਵਰਸਿਟੀਆਂ ਹੈਗੀਆਂ ਨੇਗੀਆਂ, ਕਿਉਂਕਿ ਇਹਨੂੰ ਗਰਮ ਜਲਵਾਯੂ ਚਾਹੀਦਾ ਪਾਣੀ ਨੂੰ, ਜਿਹੜੀ ਪੰਗਿਆਸ ਮੱਛੀ ਹੈ, ਵੀ ਉਹ ਆਪਾਂ ਕਿਵੇਂ ਅੱਗੇ ਵੱਧ ਸਕਦੇ ਹਾਂ। ਉਹਦੇ ਨਾਲ ਵੀ ਡੈਰੀ ਜੁੜੀ ਹੋਈ ਹੈ ਵੀ ਗੋਬਰ ਗੈਸ ਪਲਾਂਟ ਲਾ ਕੇ ਨਾਲ ਬੋਇਲਰ ਲਾ ਕੇ ਉਹਨਾਂ ਦੇ ਕਨੈਕਸ਼ਨ ਪਲਾਂਟਾਂ ਚ ਦੇ ਦੋ, ਤਲਾਬਾਂ ਚ, ਬਸ ਨਵੰਬਰ ਦਸੰਬਰ 3 ਮਹੀਨੇ ਬਚ ਗਈ ਮੱਛੀ, ਉਹ 1.5 ਸਾਲ ਨੂੰ ਕਿੱਲੇ ਦਾ 15 ਲੱਖ ਰੁਪਏ ਦੇ ਕੇ ਜਾਊ, 15 ਲੱਖ। ਉਹ ਚੀਜ਼ਾਂ ਮੈਂ ਲੈ ਕੇ ਗਿਆ ਸੀਗਾ, ਉਹਨੂੰ ਕੋਈ ਟਾਈਮ ਹੋ ਗਿਆ, ਅਜੇ ਇੱਕ ਗੱਲ ਹੀ ਸੁਣੀ ਸੀਗੀ। ਫਿਰ MLA ਸਾਹਿਬ ਕਹਿੰਦੇ ਵੀ ਪ੍ਰੈਜੈਂਟੇਸ਼ਨ ਬਣਾ ਕੋਈ, MLA ਸਾਹਿਬ ਕਹਿੰਦੇ ਵੀ ਪ੍ਰੈਜੈਂਟੇਸ਼ਨ ਬਣਾ ਕੇ ਦੇ ਦੇ। ਫਿਰ ਆਪਣਾ ਮਾਹੌਲ ਤਾਂ ਲੱਗ ਹੀ ਜਾਂਦਾ, ਪਤਾ ਵੀ ਕੰਮ ਉਲਝਿਆ ਜੇ ਪਿਆ ਜੇ, ਕੀ ਉਲਝਿਆ ਦੱਸ ਤਾਂ ਦਿਓ।
ਤੁਸੀਂ ਵੀ ਪੜ੍ਹਦੇ ਹੋ ਰੋਜ਼, ਜੀ ਆਪਾਂ ਸੋਸ਼ਲ ਮੀਡੀਆ ਤੇ ਦੇਖ ਹੀ ਰਹੇ ਹਾਂ ਜੀ, ਐਕਚੁਲੀ ਕੀ ਤਾਂ ਕੀ ਹੋਇਆ ਵੀ ਹੁਣ ਵੀ ਦੇਖੋ, ਸਿਆਸਤ ਆਪਣਾ ਵਿਸ਼ਾ ਨਹੀਂ ਹੈਗਾ, ਆਪਣਾ ਤਾਂ ਕੋਈ ਮਰਜ਼ੀ ਸਰਕਾਰ ਹੋਵੇ, ਇੰਨਾ ਕਹਿ ਸਕਦੇ ਹਾਂ ਵੀ ਜਿਹੜੀ ਸਰਕਾਰ 5 ਸਾਲ ਆਉਂਦੀ ਹੈ ਮੈਨੂੰ ਤਾਂ ਐਂ ਨਹੀਂ ਪਤਾ ਵਾਕ ਕਿਵੇਂ ਜਾਂਦੀ ਹੈ ਉਹ, ਕਿਉਂਕਿ ਕੋਈ ਵੀ ਪਹਿਲਾਂ ਨੇਤਾ ਆਏ ਨੇ ਉਹ ਗਰਾਊਂਡ ਲੈਵਲ ਤੇ ਨਹੀਂ ਜੁੜੇ ਹੋਏ ਸੀ ਬਾਈ ਜੀ, ਇਹ ਭਗਵੰਤ ਮਾਨ ਤੇ ਲੋਕ ਅੱਜ ਵੀ ਹੈਗਾ ਗਰਾਊਂਡ ਲੈਵਲ ਨਾਲ ਜੁੜਿਆ ਹੋਇਆ, ਕੋਈ ਵੀ ਬੰਦਾ ਗਰਾਊਂਡ ਲੈਵਲ ਨਾਲ ਜੁੜਿਆ ਹੋਇਆ। ਹੁਣ ਜਿਵੇਂ ਇਹ ਕੱਢ ਜਾਂਦੇ ਨੇ ਬਾਈ ਜੀ, ਜਦ ਤੁਹਾਨੂੰ ਪਹਿਲਾਂ ਪਿਛਲੇ ਵੀਡੀਓ ਦੱਸਿਆ ਜੈਂਬਰ ਲੱਗ ਜਾਂਦੇ ਨੇ ਆਸੇ ਪਾਸੇ, ਜਾਂ ਜਿਹੜੇ ਅਫਸਰ ਨੇ ਗੇ ਜਾਂ ਜੋ ਵੀ ਹੈ ਉਹ ਇਹਨਾਂ ਨੂੰ ਉਹ ਘੇਰੇ ਚ ਆਉਣ ਦੀ ਦੇਣਾ ਹੀ ਨੀ ਚਾਹੁੰਦੇ, ਪਰੰਤੂ ਆ ਸਕਦੇ ਹੁਣ ਪਰਸੋਂ ਉੱਥੇ ਸਤੌਜ ਆਏ ਹੋਏ ਸੀਗੇ, ਪਰੰਤੂ ਇੰਨਾ ਕਹਿੰਦੇ ਆ ਵੀ ਨਾ ਤਾਂ ਵੀ ਤੁਸੀਂ ਕਹਿੰਦੇ ਹੋ ਵੀ ਦੂਜੀ ਸਰਕਾਰ ਆ ਕੇ ਬੰਦ ਕਰਦੇ, ਦੂਜੀ ਸਰਕਾਰ ਆਊ ਤਾਂ ਹੀ ਬੰਦ ਕਰੂ, ਕਿਉਂਕਿ ਬਾਈ ਜੀ ਇਹ ਅੰਦਰ ਖਾਤੀ ਲੱਗਦਾ ਕਈਆਂ ਨੂੰ, ਐਂ ਲੱਗਦਾ ਬਹੁਤ ਲੋਕ ਜੁੜੇ ਹੋਏ ਨੇ ਇਹਦੇ ਨਾਲ, ਘੱਟੋ ਘੱਟ ਮੈਂ ਜ਼ਿਆਦਾ ਨਹੀਂ ਕਹਿੰਦਾ 60 ਲੱਖ ਲੋਕ ਜੁੜਿਆ ਹੋਇਆ ਇਹਦੇ ਨਾਲ, ਵਪਾਰ ਜੁੜਿਆ ਹੋਇਆ ਬਾਈ ਜੀ। ਪਹਿਲਾਂ ਇੱਕ ਵਾਰੀ ਮਾਣਕ ਨੇ ਜਿਵੇਂ ਗੀਤ ਨਹੀਂ ਆਇਆ ਸੀ ਵੀ ਘਰ ਮੁਰਗੇ ਰਿੱਝ ਗਏ ਨੀ, ਮੁੰਡੇ ਬਾਣੀਆਂ ਦੇ ਦਾਰੂ ਪੀਣ ਗਿੱਝ ਗਏ ਨੀ, ਬਾਈ ਜੀ ਜਿਹੜੇ ਮਹਾਜਨ ਲੋਕ ਨੇ ਨਾ ਥੋੜਾ ਜਿਹਾ ਉਹ ਹਰ ਚੀਜ਼ ਤੋਂ ਲੁੱਕ ਕੇ ਚੀਜ਼ ਕਰ ਰਹੇ ਨੇ, ਪਰੰਤੂ ਉਹ ਵੀ ਨਾ ਜਾਣੀ ਕਿ ਵਿਚਾਰੇ ਜਿਹੜੇ 40-45 ਸਾਲ ਉਹਨਾਂ ਨੂੰ ਇਸ ਚੀਜ਼ ਦੀ ਨੌਲੇਜ ਆ ਗਈ 50 ਸਾਲ ਤੋਂ ਉੱਤੇ, ਕਿਉਂਕਿ ਬਾਈ ਜੀ ਜਿਹੜੇ ਚੰਗੇ ਪਰਿਵਾਰ ਨੇ ਨਾ ਮਹਾਜਨਾਂ ਦੇ, ਜਿੰਨਾ ਕਿ ਉਹ ਆਪਾਂ ਖਾਂਦੇ ਨਾ ਦੇਸੀ ਆਪਣੇ ਨਾ ਦੁੱਗਣਾ ਖਾਂਦੇ ਨੇ, ਉਹਨੂੰ ਇਹ ਚੀਜ਼ ਦੀ ਸਮਝ ਆ ਗਈ ਵੀ ਹੁਣ ਪਹਿਲਾਂ ਸਾਈਕਲ ਖਤਮ ਹੋ ਗਏ, ਤੁਰਕੀ ਲਾਲਾ ਜੀ ਦੁਕਾਨ ਤੇ ਵਗ ਗਏ, ਮੋਟਰਸਾਈਕਲ ਆ ਗਏ, ਕਾਰਾਂ ਆ ਗਈਆਂ, ਵੀ ਸ਼ਾਇਦ ਉਹ ਵੀ ਨਾ ਇਹ ਚੀਜ਼ ਨੂੰ ਵੀ ਲੋੜ ਹੈਗੀ ਹੈ, ਪਰੰਤੂ ਉਹ ਖੁੱਲ ਕੇ ਚਰਚਾ ਨਹੀਂ ਕਰ ਸਕਦੇ। ਪਰੰਤੂ ਜੇ ਕੋਈ ਇਹੋ ਜਿਹੀ ਸਰਕਾਰ ਕਰੂਗੀ ਨਾਲ ਤਾਂ ਉਹਨਾਂ ਦਾ ਵਪਾਰ ਵਧੂਗਾ, ਉਹ ਤਾਂ ਨਾਲ ਜਿਹੜੇ ਕਿ ਉੱਥੇ ਆਉਣਗੇ ਪ੍ਰਚਾਰ ਵੀ ਕਰਨਗੇ, ਕਿਉਂਕਿ ਬਾਈ ਜੀ ਮੈਂ ਤੁਹਾਨੂੰ ਦੱਸਿਆ ਇੱਕੀ ਤਰ੍ਹਾਂ ਦੀ ਉਹ ਮੈਡੀਸਨ ਬਣਦੀ ਹੈ, ਮੈਡੀਸਨ ਜਿਹਨੂੰ ਅਸੀਂ ਕੁਛ ਜਿਹੜੀ ਗੱਲ ਹੈ ਨਾ ਵੀ ਅਧਰੰਗ ਦਾ ਅਟੈਕ ਹੀ ਰੋਕ ਹੁੰਦੀ ਹੈ, ਪ੍ਰੋਪਰ ਇਲਾਜ ਨਹੀਂ ਹੈਗਾ ਅਧਰੰਗ ਦਾ, ਇਹ ਪ੍ਰੋਪਰ ਇਲਾਜ ਤਾਂ ਉਹ ਨਾ ਤੈਨੂੰ ਰੈਗੂਲਰ ਮਿਲੂਗੀ, ਜਿਹੜੀ ਉਹ ਬੰਦ ਉੱਡਣ ਦੀ ਖੇਤੀ ਕਰਕੇ ਜਿਹੜਾ ਉਹ ਪਾਊਡਰ ਮਿਲੂਗਾ ਕਾਰਡ ਬਣਨਗੇ, ਨਾਲ ਤਾਂ ਗੌਰਮੈਂਟ ਦਾ ਦੇਖੋ 2000 ਕਰੋੜ ਰੁਪਇਆ ਬਚੂਗਾ, ਕਿੰਨੇ ਲੋਕ ਨੇ ਜਿਹੜੇ ਉਹ ਹਸਪਤਾਲਾਂ 'ਚ ਡਿਊਟੀਆਂ ਦੇਣਗੇ, ਕਿੱਥੇ ਕਿਸਾਨਾਂ ਨੂੰ ਰੁਜ਼ਗਾਰ ਮਿਲੂਗਾ, ਨਾਲ ਡੇਅਰੀ ਜੁੜੀ ਹੋਈ ਹੈ। ਮੈਂ ਕਹਿੰਦਾ ਜਿਹੜੇ ਨਾਲ ਮਜ਼ਦੂਰ ਲੋਕ ਕਾਰਡ ਬਣਾਉਣਗੇ ਉਹਨਾਂ ਨੂੰ ਸ਼ਰਤ ਰੱਖ ਦਿਓ ਵੀ ਘਰੇ ਮੈਂਸ ਰੱਖਣੀ ਪਊ, ਇੱਕ ਬੰਦਾ ਕਿਸ ਤਰ੍ਹਾਂ ਦੇ ਸਮਾਜ 'ਚ ਰਹਿੰਦਾ ਉਹਦੇ ਵਾਸਤੇ ਸ਼ਰਤ ਰੱਖ ਦਿਓ, ਗਰੰਟੀ ਹੈ ਇਹ ਗੱਲ ਵੀ ਆਪਾਂ ਹੁਣ ਆਪਾਂ ਨੂੰ ਤਾਂ ਇਹ ਲੱਗਦਾ ਵੀ ਬਹੁਤ ਛੇਤੀ ਹੋ ਜੂਗੀ, ਇਹ ਹੋ ਸਕਦੀ ਹੈ, ਪਰੰਤੂ ਜਿਵੇਂ ਅਸੀਂ ਕਹਿੰਦੇ ਹਾਂ ਵੀ ਹੁਣ ਜੇ ਕੋਈ ਮੋਦੀ ਨਾਲ ਜਾ ਕੇ ਹੱਥ ਵੀ ਮਿਲਾ ਲਏ ਪ੍ਰਧਾਨ ਮੰਤਰੀ ਹੈ ਕੋਈ ਗਰਾਂਟਾਂ, ਹੁਣ ਸਾਡੇ ਪੰਜਾਬ ਨੂੰ ਉਹ ਗਰਾਂਟਾਂ ਰੋਕ ਰੱਖੀਆਂ ਨੇ, ਕਿੰਨਾ ਅਸੀਂ ਔਖੇ ਹੋ ਰਹੇ ਹਾਂ, ਸਰਕਾਰਾਂ ਔਖਾ ਹੋ ਰਹੀਆਂ, ਕਿਉਂਕਿ ਬਾਈ ਜੀ ਕੋਈ ਵੀ ਸਰਕਾਰ ਆ ਜੇ ਉਹਨੂੰ ਕਰਜ਼ਾ ਤਾਂ ਹੀ ਮਿਲੂਗਾ। ਸਹੀ ਗੱਲ ਬਾਈ ਜੀ, 20-22 ਹਜ਼ਾਰ 25 ਹਜ਼ਾਰ ਕਰੋੜ ਰੁਪਏ ਦਾ ਵਿਆਜ ਬਣੀ ਜਾਂਦਾ, ਬਾਕੀ ਹੱਲ ਹਰ ਚੀਜ਼ ਦਾ ਹੈਗਾ, ਹਰ ਚੀਜ਼ ਦਾ ਹੱਲ ਹੈ, ਪਰੰਤੂ ਉਹਨੂੰ ਸਰਲ ਤੇ ਲੋਕਾਂ ਨੂੰ ਸਮਝਾ ਕੇ ਕਿਵੇਂ ਲਾਗੂ ਕੀਤਾ ਜਾਵੇ, ਉਹਨੂੰ ਥੋਪਿਆ ਨਾ ਜਾਵੇ। ਜੀ ਜੀ ਜੀ, ਗੋਲੀਆਂ ਨੇਗੀਆਂ ਹੁਣ ਦੱਸੀਦਾ ਇਹਨਾਂ ਤੁਹਾਨੂੰ, ਨਾਲ ਤਾਂ ਉਹ ਬਚ ਗਿਆ ਨਾਲੇ ਡੈਰੀ 'ਚ ਪੈ ਗਏ ਨਾਲੇ ਸਰਕਾਰ ਨੂੰ ਕਿਤੇ ਆਮਦਨ ਹੋਊਗੀ। ਇਹਦੇ 'ਚ ਮੈਂ ਹਿਸਾਬ ਲਾਇਆ ਸੀਗਾ ਗੌਰਮੈਂਟ ਨੂੰ 8-9 ਹਜ਼ਾਰ ਕਰੋੜ ਬਚੂਗਾ, ਜਿਹਦੇ 'ਚ ਉਹ 2 ਕੁ ਹਜ਼ਾਰ ਕਰੋੜ ਰੁਪਈਆ ਜਿਹੜੇ ਮੁੰਡੇ ਮੁਲਾਜ਼ਮ ਲੱਗਣਗੇ,
ਜੇ ਤੁਸੀਂ ਕਹਿੰਦਾ ਮਤਲਬ ਸਰਲ ਭਾਸ਼ਾ ਚ ਅਸਾਂ ਮੁਲਾਜ਼ਮ ਰੱਖ ਰਹੇ ਨੇ ਵੀ ਠੇਕੇ ਖੋਲੇ ਜਾਣਗੇ ਵੀ ਉਹ ਤੇ ਦੋ ਦੋ ਡਿਊਟੀਆਂ ਹੋ ਗਈਆਂ 16 ਘੰਟੇ ਖੁੱਲੂਗਾ ਜੀ ਜੀ ਕਿਉਂਕਿ ਜੇ ਅਸੀਂ ਫਿਰ ਉਹ ਤਾਂ ਪੈਸਿਆਂ ਕੋਲ ਪੈਸਾ ਚਲਾ ਗਿਆ ਜੇ ਅਸੀਂ ਮੈਡੀਕਲ ਦੀ ਦੁਕਾਨਾਂ ਤੇ ਰੱਖਦੇ ਹਾਂ ਪਾਊਚ ਉਹ ਤਾਂ ਪੈਸੇ ਕੋਲ ਪੈਸਾ ਚਲਾ ਗਿਆ ਉਹ ਜਿਵੇਂ ਰਾਜਸਥਾਨ ਦੀ ਤਰਜ਼ ਤੇ ਸੀਗਾ ਹੁਣ ਸਾਡੇ ਆਪ ਹੀ ਜੜਾਂ ਡਬਾਉਂਦੇ ਨਾ ਹੁਣ ਪਹਿਲਾਂ ਰਾਜਸਥਾਨ ਦੇ ਵਿੱਚ ਹੁਣ ਅਕਾਲੀ ਦਲ ਬਾਦਲ ਕਹਿੰਦੇ ਵੀ ਕਿਉਂ ਜਿਹੜੇ ਇਹਨਾਂ ਨੇ ਗੰਗਾ ਨਾਲ ਠੇਕੇ ਬੰਦ ਕਰਾਏ ਨੇ ਸੈਂਟਰ ਸਰਕਾਰ ਚ ਅਪਰੋਚ ਕਰਕੇ ਬਈ ਲੋਕ ਬੌਲੇ ਨੀ ਹੈਗੇ ਕਈ ਅਖਬਾਰਾਂ ਚ ਵੋਟਾਂ ਲੱਗੀਆਂ ਨੇਗੀਆਂ ਵੀ ਬਾਦਲ ਸਰਕਾਰ ਨੇ ਚਿੱਠੀ ਲਿਖੀ ਵੀ ਸਾਡੇ ਏਰੀਏ ਚ ਨਸ਼ਾਬੰਦੀ ਹੁੰਦੀ ਹੈ ਵੀ ਆਹ ਨਸ਼ਾਬੰਦੀ ਨੀ ਵੀ ਨਸ਼ਾ ਜ਼ਿਆਦਾ ਹੁੰਦਾ ਨਸ਼ਾ ਬਣਾ ਕੇ ਪੇਸ਼ ਕਰਾ ਕੇ ਉਹ ਬੇਚਾਰੇ ਗੰਗਾ ਨਗਰ ਵੀ ਗਾਲਾਂ ਦਿੰਦੇ ਸੀ ਉਹ ਕਹਿੰਦੇ ਉਰੇ ਕਈ ਲੋਕ ਪੋਸਟ ਲੈਣ ਆਉਂਦੇ ਹੁੰਦੇ ਸੀ ਸਾਹਮਣੇ ਚਾਹ ਦੀਆਂ ਦੁਕਾਨਾਂ ਚੱਲਦੀਆਂ ਹੁੰਦੀਆਂ ਸੀ ਸਟੇਸ਼ਨ ਦੇ ਅੱਡੇ ਦੇ ਸਾਹਮਣੇ ਵਾਧੂ ਕੰਮ ਹੁੰਦਾ ਸੀਗਾ ਅਗਲਾ ਉਹੀ ਗੱਲ ਵਧੀਆ ਪੋਸਟ ਮਿਲ ਗਿਆ ਘੰਟੇ ਬਾਅਦ ਸਰੀਰ ਬਣ ਗਿਆ ਫਿਰ ਚੱਲਦਾ ਹੁੰਦਾ ਨਾ ਲੱਡੂ ਲੈ ਲਈਆਂ ਮੱਠੀਆਂ ਲੈ ਲਈਆਂ ਮੈਂ ਖੁਦ ਗਾਲਾਂ ਦਿੰਦੇ ਦੇਖੇ ਨੇ ਤੇ ਪੰਜਾਬ ਜੋ ਗੱਲ ਫੈਲੀ ਹੈ ਬਾਈ ਜੀ ਮੈਂ ਨਾ ਇੱਕ ਲੇਡੀਜ਼ ਵਾਲੇ ਡੱਬੇ ਚੜ ਗਿਆ ਮੈਨੂੰ ਨੀ ਪਤਾ ਸੀ ਵੀ ਲੇਡੀਜ਼ ਵਾਲਾ ਡੱਬਾ ਹੈ ਇਹ ਨਾ ਅੰਗੀਰ ਵਾਲੇ ਡੱਬੇ ਚ ਅੰਗੀਰ ਵਾਲੇ ਡੱਬੇ ਚ ਉੱਥੇ ਪੰਚਕੋ ਸੀ ਪਤਾ ਨੀ ਪੁਲਿਸ ਚੜੀ ਡਰ ਮੈਂ ਵੀ ਗਿਆ ਵਹਾਂ 100-100 ਗ੍ਰਾਮ ਵਾਲੇ ਦੋ ਪੈਕਟ ਮੈਂ ਲੈ ਲਏ ਕਿਤੇ ਤੁਹਾਡੇ ਮੁਲਾਜ਼ਮ ਖਾਂਦੇ ਸੀਗੇ ਤਲਾਬ ਵੀ ਕਈ ਵਾਰੀ ਮਾਰ ਜਾਂਦੇ ਚਮਚਾ ਉਹ ਦੇਖਿਆ ਵੀ ਇਹ ਤਾਂ ਵੀ ਗਲਤੀ ਨਾਲ ਚੜ ਗਿਆ ਵੀ ਮੈਂ ਵਧੀਆ ਬੈਲ ਸ਼ੇਕ ਚੂ ਕੀਤੀ ਵਿਚਾਰੇ ਕਈ ਉਹਨਾਂ ਤੋਂ ਫੜ ਲਏ ਪੈਕਟ ਤੇ ਗੱਡੀ ਰੁਕਣ ਤੋਂ ਪਹਿਲਾਂ ਸੌਦਾ ਹੋ ਗਿਆ ਮੈਂ ਪੁੱਛਿਆ ਫਿਰ ਉਹਨਾਂ ਨੂੰ ਕਹਿੰਦਾ ਬਾਈ ਤਾਂ ਸਾਨੂੰ ਦੇਣੇ ਪੈਂਦੇ ਨੇ ਇਹਨਾਂ ਨੇ ਜਿਹੜੀ ਉਹ ਚਰਚਾ ਚੱਲੀ ਬਈ ਲੋਕਾਂ ਨੇ ਜਿਵੇਂ ਕਹਿੰਦੇ ਨੇ ਨਫ਼ਰਤ ਖੁੰਦਕ ਨਾਲ ਮੈਂ ਕਹਿੰਦਾ ਤੁਹਾਨੂੰ ਨਫ਼ਰਤ ਖੁੰਦਕ ਨਾਰਾਜ਼ਗੀ ਹੋ ਜਾਂਦੀ ਆ ਉਹ ਵੀ ਦੂਰ ਹੋ ਜਾਂਦੀ ਹੈ ਨਫ਼ਰਤ ਨਾ ਹੋਵੇ ਕਦੇ ਇਹੀ ਗੱਲ ਤਾਂ ਭਗਵੰਤ ਮਾਨ ਨੂੰ ਕਹਿਣੇ ਆ ਵੀ ਲੋਕ ਨਫ਼ਰਤ ਹੋ ਗਈ ਨਾ ਫਿਰ ਕਿੰਨਾ ਮਰਜ਼ੀ ਫਿਰ ਤਾਂ ਉਹੀ ਗੱਲ ਵੀ ਜਿੰਨਾ ਮਰਜ਼ੀ ਪਿੱਛੋਂ ਆਵਾਜ਼ਾਂ ਮਾਰ ਲੈ ਸੱਸੀ ਪੁੰਨੂ ਵਾਲੀ ਗੱਲ ਹੋ ਜੂ ਪਿੱਠ ਪਿੱਛੋਂ ਆਵਾਜ਼ਾਂ ਮਾਰਦੀ ਫਿਰ ਨੀ ਸੁਣਦੇ ਲੋਕ ਇੱਕ ਵਾਰੀ ਮੈਨੂੰ ਦੱਸੀ ਤਾਂ ਨਾ ਅਮਿਤ ਸ਼ਾਹ ਮੋਦੀ ਬਲ ਆਪਣੇ ਪੋਡਗਾਰਡ ਚ ਸੁਣ ਲਿਆ ਲੈ ਵੀ ਹਮ ਤੋ ਯੇ ਕਰੇਂਗੇ ਡਬਲ ਇੰਜਨ ਯਹਾਂ ਚਲੇਗਾ ਸੈਂਟਰ ਮੇ ਵੀ ਹਮ ਐਨਡੀਪੀਸੀ ਵੀ ਹਮਨੇ ਦੇਣਾ ਫਿਰ ਜਿਹੜੇ ਆ ਪਾਉਂਦੇ ਨਾ ਪੋਸਟਾਂ ਮੋਦੀ ਮੋਦੀ ਸ਼ਾਹ ਜੂ ਕੋਈ ਨੀ ਸੁਣਨਾ ਸਾਰੇ ਜਾਣੇ ਸੁਣਨਗੇ ਸਭ ਚੱਲ ਪੋ ਹੁਣ ਆਪਦੇ ਫਾਇਦੇ ਠਾਓ ਤੁਸੀਂ ਸੈਂਟਰ ਸਰਕਾਰ ਸਹੀ ਗੱਲ ਹੈ ਜੀ ਮੈਂ ਕਹਿਣਾ ਆ ਫਿਰ ਉਹੀ ਗੱਲ ਜੀ ਗਲਤ ਹੈ ਵੀ ਮਸਲਾ ਹੈਗਾ ਵੱਡਾ ਪਰੰਤੂ ਮੈਂ ਫਿਰ ਕਹਿਣਾ ਅਫੀਮ ਤੋਂ ਲੋਕ ਨਫ਼ਰਤ ਕਰਦੇ ਨੇ ਜੀ ਜੀ ਅਫੀਮ ਤੋਂ ਅਮਰੀਕਾ ਨਫ਼ਰਤ ਕਰਦਾ ਕਿਉਂਕਿ ਫੀਮ ਤੋਂ ਜਿਹੜਾ ਉਹ 11 ਤੋਂ ਬਾਅਦ ਬਾਹਲਾ ਜ਼ਿਆਦਾ ਹੋ ਗਿਆ ਸੀ ਨਾ 13 ਤੋਂ ਬਾਅਦ ਹੋਇਆ ਸੀ ਉਹ ਹਮਲਾ ਹੋਇਆ ਸੀਗਾ ਅਮਰੀਕਾ ਚੱਲਣ ਦੇ ਨੇ ਕੀਤਾ ਸੀਗਾ ਉਹ ਜਦੋਂ ਉਹਦੀ ਇਨਕੁਆਇਰੀ ਕੀਤੀ ਨਾ ਜਿਹੜੇ ਉੱਥੇ ਹਾਰ ਗਏ ਸੀ ਨਾ ਬਿਨ ਲਾਦਨ ਕੋਲ ਜਿੰਨੇ ਵੀ ਹਥਿਆਰ ਗਏ ਨੇ ਉਹ ਬਾਈ ਜੀ ਫੀਮ ਤੋਂ ਸਮੈਕ ਹੀਰੋਇਨ ਬਣਾ ਕੇ ਉਹ ਗਏ ਨੇ ਉੱਥੇ ਫਿਰ ਇਹਨਾਂ ਨੇ ਖੇਤੀ ਬੰਦ ਕਰਾਈ ਰਸ਼ੀਆ ਤੇ ਅਮਰੀਕਾ ਦਾ ਕਾਹਦਾ ਰਵਾ ਸੀਗਾ ਬਾਈ ਜੀ ਉਹ ਫੀਮ ਦਾ ਰਵਾ ਸੀ ਅਫਗਾਨਿਸਤਾਨ ਚ ਸਭ ਇਹ ਚੋ ਜਿਹੜੀ ਬਸ ਉਹੀ ਗੱਲ ਬੰਦ ਰੋਡਿਆਂ ਨੇ ਕੀਤੀ ਤੁਸੀਂ ਕਰ ਦੋ ਜਾਏਗਾ ਏ ਟੂ ਜੈਡ ਮਸਲੇ ਹੱਲ ਹੋਣਗੇ ਬਾਕੀ ਜਿਹੜੀ 2 ਲੱਖ ਵਾਲੀ ਕਿਲੋ ਵਾਲੀ ਗੱਲ ਹੈ ਵੀ ਉਹ ਤਾਂ ਆਪਾਂ ਉਹਦੀ ਚਰਚਾ ਹੀ ਨਾ ਕਰੋ ਜੀ ਅਸੀਂ ਤਾਂ ਕਹਿੰਦੇ ਇੰਗਲੈਂਡ ਤੇ ਆਸਟ੍ਰੇਲੀਆ ਦੀ ਤਰਜ਼ ਤੇ ਬੰਦ ਰੋਡਿਆਂ ਦੀ ਕੀਤੀ ਕਰੋ ਉਹਦੇ ਕਾਰਡ ਬਣਾਓ ਨਾਲ ਤਾਂ ਭੁੱਖੇ ਨੋਟ ਦਾ ਪੰਗਾ ਨਾਲੇ ਨਾਲ ਡੈਰੀ ਜੁੜੀ ਹੋਈ ਹੈ ਵੀ ਬਹੁਤ ਮਸਲੇ ਹੱਲ ਹੁੰਦੇ ਨੇ ਬਾਕੀ ਜੇ ਕੋਈ ਕੋਈ ਰਹਿ ਗਿਆ ਹੋਵੇ ਕੋਈ ਚੀਜ਼ ਕਈ ਵਾਰੀ ਆਪਾਂ ਭੁੱਲ ਭੱਲ ਜਾਂਦੇ ਹਾਂ ਦੇਖੋ ਪਤਾ ਪੋਡਕਾਸਟ ਕਰਨਾ ਬਹੁਤ ਇੰਟਰੂ ਕਰਨਾ
ਜਦੋਂ ਬੰਦਾ ਜਿਹੜਾ ਬਹਿੰਦਾ ਨਾ ਕੁਰਸੀ ਤੇ, ਉਹ ਕਈ ਚੀਜ਼ਾਂ ਆਪਾਂ ਸੋਚ ਕੇ ਆਏ ਨੇ ਵੀ ਇਹ ਬੋਲਾਂਗੇ, ਉਹ ਫਿਰ ਭੁੱਲ ਜਾਂਦੇ ਆ। ਵਾਰੀ ਵਾਰ ਤਾਂ ਚਲੋ ਆਪਾਂ ਪੋਡਕਾਸਟ ਕਰਦੇ ਹੀ ਰਹਿੰਦੇ, ਹੁਣ ਤਾਂ ਕਰਦੇ ਹੀ ਰਹਾਂਗੇ। ਜੀ ਜੀ ਠੀਕ ਹੈ, ਪਰਮਾਤਮਾ ਨੇ ਚਾਹਿਆ। ਪਰੰਤੂ ਜੇ ਕਿਸੇ ਨੂੰ ਕੋਈ ਤੁਹਾਨੂੰ ਕਮੈਂਟਾਂ ਚ ਕੋਈ ਪੁੱਛਦਾ ਤਾਂ ਆਪਾਂ ਉਹਦਾ ਜ਼ਰੂਰ ਜਵਾਬ ਦਿਆ ਕਰ। ਜੀ ਜੀ, ਤੁਸੀਂ ਸੁਣਿਆ ਰਕੇਸ਼ ਕੁਮਾਰ ਕੱਤੂ ਜੀ ਨੂੰ, ਲਗਾਤਾਰ ਪੰਜਾਬ ਦੇ ਵਿੱਚ ਇੱਕ ਜਥੇਬੰਦੀ ਦੇ ਤਹਿਤ, ਇਨਸਾਫ ਟੀਮ ਦੇ ਤਹਿਤ ਧਰਮਵੀਰ ਗਾਂਧੀ ਜੀ ਵੀ ਲਗਾਤਾਰ ਇਸ ਮੁੱਦੇ ਤੇ ਬੋਲਦੇ ਨੇ, ਹੋਰ ਬਹੁਤ ਸਾਰੇ ਆਗੂ ਪੰਜਾਬ ਦੇ ਲੋਕ ਜਿਨ੍ਹਾਂ ਨੂੰ ਲੱਗਦਾ ਹੈ ਕਿ ਪੰਜਾਬ ਦੀ ਜਿਹੜੀ ਕਿਸਾਨੀ ਹੈ ਉਹ ਫੀਮ ਦੀ ਖੇਤੀ ਨਾਲ ਬਚ ਸਕਦੀ ਹੈ, ਡੋਡਿਆਂ ਦੀ ਖੇਤੀ ਨਾਲ ਬਚ ਸਕਦੀ ਹੈ, ਇਹੋ ਜਿਹੇ ਤਮਾਮ ਸਵਾਲ ਸਦਾ ਉੱਠ ਰਹੇ ਨੇ। ਪਰ ਦੇਖਣਾ ਹੋਏਗਾ ਕਿ ਸਮੇਂ ਦੀ ਹੁਕਮਰਾਨ ਸਰਕਾਰ ਇਸ 'ਤੇ ਗੌਰ ਕਰਦੀ ਹੈ ਤਾਂ ਕਿਵੇਂ ਕਰਦੀ ਹੈ। ਜੁੜੇ ਰਹੋ ਪੋਡਕਾਸਟ ਦੇ ਨਾਲ।